ਕ੍ਰਿਕਟ ਦਾ ਸੀਜ਼ਨ ਆ ਚੁੱਕਾ ਹੈ ਤੇ ਪੇਪਰਾਂ ਦਾ ਸੀਜ਼ਨ ਵੀ ਬਹੁਤ ਹੀ ਛੇਤੀ ਆਉਣ ਵਾਲਾ ਹੈ। ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਕ੍ਰਿਕਟ ਤੇ ਕਰੰਟ ਅਫੇਅਰ ਦੀ ਇੱਕ ਵੱਖਰੀ ਜੁਗਲਬਤ। ਜਿਦੇ ਵਿੱਚ ਹੋਣਗੇ ਸਵਾਲ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰ ਦੇ। ਤਾਂ ਜੁੜਨਾ ਨਾ ਭੁੱਲਿਓ ਮੇਰੇ ਨਾਲ ਰੋਜ਼ ਸਵੇਰੇ 10 ਵਜੇ ਪੰਜਾਬ ਵੱਡਾ 2470। ਕ੍ਰਿਕਟ ਦਾ ਸੀਜ਼ਨ ਆ ਚੁੱਕਾ ਹੈ ਤੇ ਪੇਪਰਾਂ ਦਾ ਸੀਜ਼ਨ ਵੀ ਬਹੁਤ ਹੀ ਛੇਤੀ ਆਉਣ ਵਾਲਾ ਹੈ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਕ੍ਰਿਕਟ ਤੇ ਕਰੰਟ ਅਫੇਅਰ ਦੀ ਇੱਕ ਵੱਖਰੀ ਜੁਗਲਬਤ ਜਿਦੇ ਵਿੱਚ ਹੋਣਗੇ ਸਵਾਲ ਪਿਛਲੇ 6 ਮਹੀਨੇ ਦੇ ਕਰੰਟ ਅਫੇਅਰ ਦਾ ਜੁੜਨਾ ਨਾ ਭੁੱਲਿਓ ਮੇਰੇ ਨਾਲ ਰੋਡ ਸਵੇਰੇ 10:00 ਵਜੇ ਪੰਜਾਬ ਵੱਡਾ 247 ਸਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗगन ਤੇ ਆਪਾਂ ਇੱਕ ਵਾਰ ਦੁਬਾਰੇ ਜੁੜ ਚੁੱਕੇ ਹਾਂ ਇੱਕ ਬਹੁਤ ਹੀ ਵਧੀਆ ਬਹੁਤ ਹੀ ਇੰਟਰਸਟਿੰਗ ਬਹੁਤ ਹੀ ਜ਼ਰੂਰੀ ਸੈਸ਼ਨ ਦੇ ਵਿੱਚ ਤੇ ਜਿੱਦੇ ਵਿੱਚ ਤੁਹਾਡੀ ਹੋਗੀ ਕਰੰਟ ਅਫੇਅਰ ਦੀ ਰਿਵੀਜ਼ਨ ਹੋਗੀ ਬੇਸਿਕਲੀ ਹੈਨਾ ਬੇਸਿਕਲੀ ਆਪਾਂ ਰਿਵੀਜ਼ਨ ਕਰ ਰਹੇ ਹਾਂ ਨਾ ਸਾਰੇ ਹੋਰ ਹੋਰ ਠੀਕ ਹੋ ਸਾਰੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਹਰ ਹਰ ਮਾਦੇਵ ਕੀ ਹਾਲ ਚਾਲ ਤਾਂ ਅੱਜ ਆਪਣਾ ਹੈਗਾ ਦੇਖੋ ਜੀ ਦੂਜਾ ਮੈਚ ਪਹਿਲਾ ਮੈਚ ਆਪਾਂ ਕੀਤਾ ਸੀ ਕਿਹਦਾ ਕਿਹਦਾ ਕੀਤਾ ਸੀ ਪਹਿਲਾ ਮੈਚ ਆਪਾਂ ਖੇਡਿਆ ਸੀ ਕਿਹਦਾ ਚੰਨਈ ਤੇ ਚੇਨਈ ਸੁਪਰ ਕਿੰਗ ਮਾਰਗੀ ਸੀ ਬਾਜੀ ਤੇ ਸੁਮਨਦੀਪ ਸਿੰਘ ਜੀ ਬਣੇ ਸੀ ਸਾਡੇ ਮੈਨ ਆਫ ਦਾ ਮੈਚ ਤੇ ਭਾਜੀ ਨੂੰ ਕਿਹਾ ਸੀ ਮੈਂ ਆਪਣੀ ਫੋਟੋ ਭੇਜ ਦੋ ਭਾਜੀ ਨੇ ਭੇਜੇ ਹੈ ਨਹੀਂ ਕਹਿੰਦੇ ਸਰ ਉੱਚੀਆਂ ਨੇ ਗੱਲਾਂ ਤੁਹਾਡੇ ਯਾਰ ਦੀਆਂ ਫੋਟੋ ਫੋਟੋ ਨਹੀਂ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਐ ਨਹੀਂ ਕਿਹਾ ਉਹਨਾਂ ਨੇ ਮੈਂ ਵੈਸੇ ਹੀ ਕਹਿ ਰਿਹਾ ਅੱਜ ਦਾ ਆਪਣਾ ਮੈਚ ਆ ਤੁਹਾਡੇ ਸਾਹਮਣੇ ਆ ਜੀ ਰਾਜਸਥਾਨ ਰਾਇਲਸ ਤੇ ਪੰਜਾਬ ਕਿੰਗਸ ਦੇ ਵਿੱਚ ਠੀਕ ਹੈ ਪੰਜਾਬ ਤੇ ਰਾਜਸਥਾਨ ਦਾ ਮੈਚ ਅੱਜ ਵੈਸੇ ਵੀ ਆਈਪਲ ਦਾ ਪੰਜਾਬ ਤੇ ਰਾਜਸਥਾਨ ਦਾ ਮੈਚ ਹੈ ਤੇ ਇੱਥੇ ਵੀ ਅੱਜ ਪੰਜਾਬ ਤੇ ਰਾਜਸਥਾਨ ਦਾ ਮੈਚ ਤਾਂ ਜੀ ਕੀ ਹਾਲ ਚਾਲ ਸਾਰੇ ਤਗੜੇ ਹੋ ਕੇ ਨਹੀਂ ਆ ਗਗਨਦੀ ਵੀ ਟੈਲੀਗ੍ਰਾਮ ਤੇ ਭੇਜੂਗਾ ਮੈਟਰੀ PDF ਹੈ ਨਾ ਟੈਲੀਗ੍ਰਾਮ ਤੇ ਭੇਜੂਗਾ ਤਾਂ ਇਸ ਕਿਵੇਂ ਉਹ ਸਾਰੇ ਤਕੜੇ ਤਿਆਰ ਹੋ ਫਿਰ ਸ਼ੁਰੂ ਕਰੀਏ ਕਲਾਸ ਟਾਈਮ ਤਨੀ ਵੇਸਟ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੁਬਾਰਾ ਮੈਂ ਕਹਿਣਾ ਚਾਹਾਂਗਾ ਇੱਕ ਵਾਰ ਕਲਾਸ ਨੂੰ ਛੋਟਾ ਜਿਹਾ ਕਰ ਦੋ ਕਿ ਸ਼ੇਅਰ ਕਰ ਦੋ ਤਾਂ ਦੇਖੋ ਸਵਾਦ ਇਹੀ ਹੈ ਜਿੰਨੇ ਜ਼ਿਆਦਾ ਇਕੱਠੇ ਹੋ ਕੇ ਖੇਡਣਗੇ ਉਹਨਾਂ ਜ਼ਿਆਦਾ ਸਵਾਦ ਆਊਗਾ ਖੇਡਣ ਤੇ ਲੜੋ ਮੈਂ ਕਹਿੰਦਾ ਲੜੋ ਦਿਮਾਗ ਵਾਲਾ ਲੜੋ ਲਾਠ ਨਹੀਂ ਵਜਾਣੇ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਉਹ ਹੀ ਕਹਾਂਗਾ ਮੈਂ ਸੈਸ਼ਨ ਨੂੰ ਕਰ ਦੋ ਛੋਟਾ ਜਿਹਾ ਇੱਕ ਸ਼ੇਅਰ ਕਰ ਦੋ ਸੈਸ਼ਨ ਨੂੰ ਤਾਂ ਜੋ ਆਪਾਂ ਚੱਲੀਏ ਆਪਾਂ ਸ਼ੁਰੂ ਕਰੀਏ ਆਪਾਂ ਗਾ ਪਾਣਾ ਆਪਾਂ ਸ਼ੁਰੂ ਕਰਦੇ ਆ ਕਿਸੇ ਨੇ ਕੁਝ ਪੁੱਛਣਾ ਹੋਵੇ ਇੱਕ ਦੋ ਮਿੰਟ ਪੁੱਛ ਲਓ ਵਧੀਆ ਤੁਸੀਂ ਸਰ ਅੱਛਾ ਮੈਂ ਮੈਂ ਕਾ ਪੁੱਛਣਾ ਹੋਏ ਕਹਿੰਦੇ ਵਧੀਆ ਤੁਸੀਂ ਸਰ ਦੱਸੋ ਬਹੁਤ ਵਧੀਆ ਵੀਰੇ ਮੈਂ ਵੀ ਮੈਨੂੰ ਕੀ ਚਲੋ ਫਿਰ ਤਾਂ ਜੀ ਸ਼ੁਰੂ ਕਰਦੇ ਆਂ ਅੱਜ ਦਾ ਮੈਚ ਜ਼ਿਆਦਾ ਟਾਈਮ ਨਾ ਵੇਸਟ ਵੇਸਟ ਕਰਦੇ ਹੋਏ ਜ਼ਿਆਦਾ ਭੁਗਾਈ ਨਾ ਕਰਦੇ ਹੋ ਤਾਂ ਜੀ ਪਹਿਲਾ ਸਵਾਲ ਪਹਿਲਾ ਇਹ ਆਬਵੀਅਸ ਜੀ ਗੱਲ ਹੈ ਪਹਿਲਾ ਤੁਹਾਨੂੰ ਦਿਖਾਨਾ ਹੈ ਜੀ ਕਪਤਾਨ ਕੌਣ ਕੌਣ ਨੇ ਇਹਨਾਂ ਦੇ ਨਾ ਕਪਤਾਨ ਕੌਣ ਕੌਣ ਨੇ ਕਪਤਾਨ ਤਾਂ ਜੀ ਮਯੰਕ ਅਗਰਵਾਲ ਤੇ ਰਾਜਸਥਾਨ ਰਾਇਲਸ ਸੰਜੂ ਸैमसन ਦਾ ਮੈਚ ਹੈ ਅੱਜ ਹੈ ਨਾ ਇਹਨਾਂ ਦਾ ਦੋਨਾਂ ਦਾ ਮੈਚ ਹੈ ਤਾਂ ਓਬਵੀ ਜੀ ਗੱਲ ਆਪਾਂ ਪੰਜਾਬ ਦੀ ਬੈਟਿੰਗ ਆਪਾਂ ਪਹਿਲੀ ਦੇਣੀ ਹੈ ਪੰਜਾਬ ਦੀ ਪਹਿਲੀ ਵਾਰੀ ਹੋਊਗੀ ਤਾਂ ਅੱਜ ਸ਼ੁਰੂ ਕਰਦੇ ਆਂ ਪਹਿਲਾ ਮੈਚ ਪਹਿਲਾ ਸਵਾਲ ਰੈਡੀਓ ਫੇਰ ਤਕੜਿਓ ਸਾਰੇ ਕਰੀਏ ਫਿਰ ਕੰਮਕਾਰ ਸ਼ੁਰੂ ਕਰੀਏ ਫੇਰ ਸ਼ੁਰੂ ਕਿ ਨਹੀਂ ਚਲੋ ਫਿਰ ਸ਼ੁਰੂ ਕਰਦੇ ਆ ਸਰ ਤਾਂ ਜੀ ਪਹਿਲਾ ਸਵਾਲ ਤੁਹਾਡੇ ਅੱਗੇ ਇਹ ਰਿਹਾ ਵਿਚ ਆਫ ਦਾ ਫੋਲੋਇੰਗ ਸਟੇਟਸ ਹੈਜ਼ ਲਾਂਚਡ ਅ ਯੂਨਿਕ ਅਕੈਡੈਮਿਕ ਸਕੀਮ এডੂਕੇਸ਼ਨ ਐਟ ਯੋਰ ਡੋਰ ਸਟੈਪ ਕਹਿੰਦੇ ਹੇਠਾ ਦਿੱਤੇ ਰਾਜਾਂ ਵਿੱਚੋਂ ਕਿਸ ਨੇ ਇੱਕ ਵਿਲੱਖਣ ਅਕੈਡੈਮਿਕ ਯੋਜਨਾ ਸ਼ੁਰੂ ਕੀਤੀ ਹੈ ਸਿੱਖਿਆ ਤੁਹਾਡੇ ਦਵਾਰ ਤੇ ਹਰਿਆਣਾ ਬਿਹਾਰ ਤਮਿਲਨਾਡੂ ਜਾਂ ਫਿਰ ਉੱਤਰਾਖੰਡ ਹਰਿਆਣਾ ਬਿਹਾਰ ਤਮਿਲਨਾਡੂ ਜਾਂ ਫਿਰ ਉੱਤਰਾਖੰਡ ਹਿਮਾਂਚਲ ਟੈਲੀਗ੍ਰਾਮ ਤੇ ਮਿਲ ਜੂਗੀ ਟੈਨਸ਼ਨ ਨਾ ਲੋ ਹਰਿਆਣਾ ਬਿਹਾਰ ਤਮਿਲਨਾਡੂ ਜਾਂ ਫਿਰ ਉੱਤਰਾਖੰਡ ਤਾਂ ਜੀਤਪਾ ਜੀ ਨੇ ਕਿਹਾ ਉੱਤਰਾਖੰਡ ਦੇਖੀ ਅਨਸਰ ਇਹਦਾ ਹੋ ਜਾਂਦਾ ਹੈ ਬਿਲਕੁਲ ਹੀ ਗਲਤ ਹੋ ਗਿਆ ਮੇਰੀ ਗਲਤੀ ਕਿੱਦਾਂ ਹੋ ਗਈ ਇਹ ਨਵ ਮਹਿਲ ਦਾ ਆਇਆ ਬਿਲਕੁਲ கரੈਕਟ ਆਨਸਰ ਨਵ ਮਹਿਲ ਦਾ ਆਇਆ ਹੈ கரੈਕਟ ਆਨਸਰ ਤਾਂ ਜੀ ਨਵ ਨੂੰ ਮਿਲ ਗਿਆ ਇੱਕ ਨੰਬਰ ਨਵ ਦੇ ਹੋ ਗਿਆ ਨਵ ਨੇ ਆਪਣਾ ਖਾਤਾ ਖੋਲਤਾ ਕਹਿੰਦੇ ਜੀ ਨਵ ਨੇ ਪਹਿਲੇ ਸਵਾਲ ਨਾਲ ਆਪਣਾ ਖਾਤਾ ਖੋਲਤਾ ਨਵ ਦੇ ਹੋ ਗਏ ਇੱਕ ਨੰਬਰ ਬਹੁਤ ਵਧੀਆ ਮੇਰਾ ਵੀਰ ਬ੍ਰਾਈਟਨ ਇਸ ਬਹੁਤ ਜ਼ਿਆਦਾ ਚਲੋ ਦੂਜਾ ਸਵਾਲ ਤੁਹਾਡੇ ਅੱਗੇ ਵਿਚ ਆਫ ਦਾ ਫੋਲੋਇੰਗ ਕੰਪਨੀ ਨੇ ਰੀਸੈਂਟਲੀ ਬਣੀ ਹੈ ਪਹਿਲੀ ਲਾਈਫ ਇੰਸ਼ੋਰਰ ਟੂ ਜੁਆਇਨ ਦਾ ਅਕਾਊਂਟ ਐਗਰੀਗੇਟਰ ਫਰੇਮਵਰਕ ਬਹੁਤ ਇੰਪੋਰਟੈਂਟ ਹੇਟ ਲਈ ਕਿਹੜੀਆਂ ਕੰਪਨੀਆਂ ਵਿੱਚੋਂ ਕਿਹੜੀ ਹਾਲ ਹੀ ਵਿੱਚ ਖਾਤਾ ਐਗਰੀਗੇਟਰ ਫਰੇਮਵਰਕ ਵਿੱਚ ਸ਼ਾਮਿਲ ਹੋਣ ਵਾਲੀ ਪਹਿਲੀ ਜੀਵਨ ਬੀਮਾ ਕਰਤਾ ਬਣ ਚੁੱਕੀ ਹੈ ਟਾਟਾ ਐਸ ਬੀ ਆਈ ਮੈਕਸ ਐਸ ਬੀ ਆਈ ਅਚਾ ਦੋ ਵਾਰ ਐਸ ਬੀ ਆਈ ਆ ਗਿਆ ਸੌਰੀ ਟਾਟਾ ਮੈਕਸ ਜਾਂ ਫਿਰ ਐਸ ਬੀ ਆਈ ਨੇ ਨੇ ਚਰਨਜੀਤ ਸਿੰਘ ਵੜਾਚ ਇੱਕ ਮਿੰਟ ਰੁਕੋ ਚੈੱਕ ਕਰ ਲੈਨੇ ਇਹ ਤਾਂ ਅੰਤਰ ਹੈ ਹਰੀਸ਼ ਦਾ ਆਇਆ ਇੱਕ ਮਿੰਟ ਲੈ ਵਾ ਚੈੱਕ ਕਰ ਲੈਣਾ ਹੈਨਾ ਚੈੱਕ ਕਰ ਲੈਣਾ ਤਾਮਿਲਨਾਡੂ ਸਭ ਤੋਂ ਪਹਿਲਾਂ ਮੇਰੇ ਕੋਲ ਆਇਆ ਹੈ ਤਾਮਿਲਨਾਡੂ ਮੇਰੇ ਕੋਲ ਸਭ ਤੋਂ ਪਹਿਲਾਂ ਆਇਆ ਹੈ ਨਵਦਾ ਆਇਆ ਸੌਰੀ ਵੀਰੇ ਨਵਦਾ ਆਇਆ ਸਭ ਤੋਂ ਪਹਿਲਾਂ ਤਾਂ ਇਹਦਾ ਅੰਤਰ ਬਿਲਕੁਲ ਠੀਕ ਹੈ ਇਹਦਾ ਅੰਤਰ ਮੈਕਸ ਮੈਕਸ ਕਿ ਅੱਛਾ ਸੌਰੀ ਟਾਟਾ ਕੀਤਾ ਸੀ ਉਹਨੇ ਤਾਂ ਮੈਂ ਦੇਖੀਏ ਮੈਕਸ ਕਿਨੇ ਕੀਤਾ ਮੈਕਸ ਕੀਤਾ ਖੁਸ਼ਵੰਤ ਕੌਰ ਨੇ ਸਭ ਤੋਂ ਪਹਿਲਾਂ ਕੀਤਾ ਮੇਰੇ ਕੋਲ ਮੈਕਸ ਤਾਂ ਜੀ ਖੁਸ਼ਵੰਤ ਕੌਰ ਦਾ ਆ ਗਿਆ ਇੱਕ ਨੰਬਰ ਬਹੁਤ ਵਧੀਆ ਲੋ ਜੀ ਇੱਥੇ ਮੈਂ ਖੁਸ਼ ਲਿਖ ਰਿਹਾ ਬਸ ਠੀਕ ਹੈ ਖੁਸ਼ ਖੁਸ਼ ਬਹੁਤ ਵਧੀਆ ਚਲੋ ਅਗਲੇ ਸਵਾਲ ਵੱਲ ਚਲੀਏ ਤਾਂ ਇਹ ਰਿਹਾ ਤੁਹਾਡੇ ਅੱਗੇ ਹਾਈएस्ट ਰੈਂਕਡ ਇੰਸਟੀਟਿਊਟ ਬਾਈ ਦਾ ਟਾਈਮਸ ਹਾਇਰ ਐਜੂਕੇਸ਼ਨ ਟਾਈਮਸ ਹਾਇਰ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ ਕਯੂਐਸ ਨਹੀਂ ਹੈ ਨੈਕ ਨਹੀਂ ਹੈ ਟਾਈਮਸ ਹਾਇਰ ਐਜੂਕੇਸ਼ਨ ਵਿੱਚ ਸਭ ਤੋਂ ਟੌਪ ਤੇ ਕੌਣ ਰਿਹਾ ਆਈਆਈਐਸਸੀ ਆਈਆਈਟੀ ਦਿੱਲੀ ਆਈਆਈਟੀ ਮਦਰਾਸ ਆਈਆਈਟੀ ਬੰਬਈ ਦੱਸੋ ਆਈਆਈਐਸਸੀ ਆਈਆਈਟੀ ਦਿੱਲੀ ਆਈਆਈਟੀ ਮਦਰਾਸ ਆਈਆਈਟੀ ਬੰਬਈ ਦੇਖੋ ਦੁਬਾਰੇ ਇੱਕ ਗੱਲ ਕਹੂੰਗਾ ਏਬੀਸੀਡੀ ਨਹੀਂ ਕਰਨਾ ਬਤਰਾ ਸਾਹਿਬ ਏਬੀਸੀਡੀ ਨਹੀਂ ਕਰਨਾ ਇਹ ਲਿਖ आईएससी लिख दो दिल्ली लिख दो मद्रास लिख दो बॉम्बे लिख दो ताजी दिल्ली ਕੀਤਾ ਕਿਸੇ ਨੇ મદਰਾਸ ਕੀਤਾ ਆਨਸਰ ਇਹਦਾ ਹੋ ਜਾਂਦਾ ਹੈ आईएससी ਤਾਂ आईएससी ਇਹਦਾ ਆਨਸਰ ਮੇਰੇ ਕੋਲ ਆਇਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਇਆ ਹੈ वासु शर्मा ਦਾ वासु ਵੀਰ ਦਾ ਆ ਗਿਆ ਸਭ ਤੋਂ ਪਹਿਲਾਂ ਮੇਰੇ ਕੋਲ ਬਹੁਤ ਹੀ ਵਧੀਆ ਮੇਰਾ ਵੀਰ वासु शर्मा ਦਾ ਆ ਗਿਆ ਸਭ ਤੋਂ ਪਹਿਲਾਂ ਤਾਂ वासु ਦਾ ਵੀ ਆ ਗਿਆ ਇੱਕ ਬਹੁਤ ਵਧੀਆ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹਾਂਗਾ ਥੋੜਾ ਮੇਰੇ ਕੋਲ ਆਨਸਰ ਪਹਿਲਾਂ ਆ ਰਿਹਾ ਨਹੀਂ ਆ ਰਿਹਾ ਉਹ ਮੈਟਰ ਨਹੀਂ ਕਰਦਾ ਮਤਲਬ ਮੈਟਰ ਕਰਦਾ ਥੋੜਾ ਬਹੁਤ ਬਸ ਥੋੜਾ ਜਿਹਾ ਹੈ ਨਾ ਕਿ ਥੋੜਾ ਜਿਹਾ ਖੇਲ ਭਾਵਨਾ ਜੀ ਸਤਿ ਭਾਵਨਾ ਜੀ ਆ ਬਟ ਮੈਟਰ ਇਹ ਕਰਦਾ ਜੇ ਤੁਹਾਡਾ ਆਨਸਰ ਸਹੀ ਹੈ ਜੇ ਤੁਹਾਡਾ ਆਨਸਰ ਸਹੀ ਹੈ ਤਾਂ ਮੈਟਰ ਕਰਦਾ ਤੁਹਾਡੇ ਦਿਲ ਚ ਤੁਹਾਨੂੰ ਪਤਾ ਹੋਣਾ ਕਿ ਯਾਰ ਇਹ ਮੇਰਾ ਆਨਸਰ ਸਹੀ ਕੀਤਾ ਹੈ ਮੈਂ ਏ ਮੈਟਰ ਕਰਦਾ ਬਸ ਇੱਥੇ ਤੁਹਾਡਾ ਨਾਮ ਆ ਗਿਆ ਨਹੀਂ ਹੈ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਬਸ ਗੱਲ ਧਿਆਨ ਰੱਖਣੀ ਹੈ ਤੁਹਾਡਾ ਆਨਸਰ ਆਪਣੇ ਦਿਲੋਂ ਸਹੀ ਹੋਣਾ ਚਾਹੀਦਾ ਜੇ ਗਲਤ ਵੀ ਆ ਰਹਾ ਤਾਂ ਵੀ ਕੋਈ ਚੱਕਰ ਨਹੀਂ ਕਮੈਂਟ ਕਰੋ ਘਟੋ ਘਟ ਅਗਲੀ ਵਾਰ ਤੁਹਾਡੇ ਯਾਦ ਤਰ ਰਹੂਗਾ ਹੈ ਕਿ ਨਹੀਂ ਚੱਲਾ ਫਿਰ ਅਗਲੇ ਸਵਾਲ ਵੱਲ ਵਧਦੇ ਆਪਾਂ ਬਹੁਤ ਹੀ ਵਧੀਆ ਗੇਮ ਚੱਲੀ ਹੋਈ ਅਗਲਾ ਸਵਾਲ ਸਾਡੇ ਅੱਗੇ ਇਹ ਰਿਹਾ ਤਾਂ ਜੀ ਰਿਆਨ ਟੈਂਡੋ ਸ਼ਾਟ ਇਹਨਾਂ ਨੇ ਰਿਟਾਇਰਮੈਂਟ ਲਈ ਹੈ ক্রিকেট ਤੋਂ ਰਿਆਨ ਟੈਂਡੋ ਸ਼ਟਾਟੇ ਇਹਨਾਂ ਨੇ ਰਿਟਾਇਰਮੈਂਟ ਲਈ ਹੈ ਇਹ ਕਿਹੜੀ ਟੀਮ ਤੋਂ ਬਿਲੋਂਗ ਕਰਦੇ ਨੇ ਨੈਦਰਲੈਂਡ ਸਕਾਟਲੈਂਡ ਆਇਰਲੈਂਡ ਜਾਂ ਫਿਰ ਇੰਗ ਨੈਦਰਲੈਂਡ ਸਕਾਟਲੈਂਡ ਆਇਰਲੈਂਡ ਜਾਂ ਫਿਰ ਇੰਗਲੈਂਡ ਦੇਖੋ ਬ੍ਰਾਡਬੈਂਡ ਵੀ ਕੰਮ ਨਹੀਂ ਆਉਂਦੇ ਦੇਖੋ ਜੇ ਆਨਸਰ ਜੇ ਸਹੀ ਨਾ ਹੋਵੇ ਦੇਖ ਲੈ ਨਾ ਤੁਸੀਂ ਬ੍ਰਾਡਬੈਂਡ ਵੀ ਕੰਮ ਨਹੀਂ ਆਉਂਦੇ ਜੇ ਆਨਸਰ ਸਹੀ ਨਾ ਹੋਵੇ ਦੱਸੋ ਆਨਸਰ ਕੀ ਹੋਊਗਾ ਸੁਮਨਦੀਪ ਸਿੰਘ ਵੀਰ ਜੀ ਬਿਲਕੁਲ ਗਲਤ ਆਨਸਰ ਰਾਜੂ ਜੀ ਦਾ ਬਿਲਕੁਲ ਗਲਤ ਆਨਸਰ ਦਵਿੰਦਰ ਪਾਲ ਦਾ ਬਿਲਕੁਲ ਗਲਤ ਤੇ ਜੀਤ ਭਾਜੀ ਨੇ ਲਾਤੀ ਅਗ ਜੀਤ ਭਾਜੀ ਦਾ ਹੋ ਗਿਆ ਬਿਲਕੁਲ ਠੀਕ ਯਾਨੀ ਕਿ ਨੀਦਰਲੈਂਡ ਦਾ ਆਨਸਰ ਤਾਂ ਜੀਤ ਦਾ ਵੀ ਖਾਤਾ ਹੋ ਗਿਆ ਹੈ ਓਪਨ ਬਹੁਤ ਹੀ ਵਧੀਆ ਚਲੋ ਅਗਲੇ ਸਵਾਲ ਵੱਲ ਪਹਿਲਾ ਪਾਮ ਮੀਟਮ ਤੇ ਇੰਡੀਆ ਤੇ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਪਾਮ ਮੀਟਮ ਕਹਿੰਦੇ ਪਹਿਲਾ ਪਾਮ ਮੀਟਮ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਇਹ ਕਿੱਥੇ ਓਪਨ ਹੋਇਆ ਉਤਰਾਖੰਡ ਅਸਮ ਕੇਰਲਾ ਗੁਜਰਾਤ ਉਤਰਾਖੰਡ ਅਸਮ ਕੇਰਲਾ ਗੁਜਰਾਤ ਕਿੱਥੇ ਓਪਨ ਹੋਇਆ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਸਭ ਤੋਂ ਵੱਡਾ ਸਭ ਤੋਂ ਵੱਡਾ ਤਾਂ ਬਿਲਕੁਲ ਠੀਕ ਹੈ ਵਾਸੂ ਭਾਜੀ ਨੇ ਅੱਜ ਗਾਹ ਪਾਇਆ ਹੋਇਆ ਬਿਲਕੁਲ ਠੀਕ ਹੈ ਉਤਰਾਖੰਡ ਵਾਸੂ ਭਾਜੀ ਦੇ ਹੋਗੇ ਨੇ 2 ਨੰਬਰ ਵਾਸੂ ਦੇ ਹੋਗੇ 2 ਨੰਬਰ ਦੇਖੋ ਯਾਰ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਸੈਸ਼ਨ ਨੂੰ ਨਾ ਸ਼ੇਅਰ ਕਰ ਦਿਓ ਇਸ ਦੇਖੋ ਜਿੰਨਾ ਸ਼ੇਅਰ ਕਰੂਗਾ ਨਾ ਜਿੰਨੇ ਲੋਕ ਆਉਣਗੇ ਉਹਨਾਂ ਸਵਾਦ ਆਊਗਾ ਤੁਹਾਨੂੰ ਵੀ ਖੇਡਣ ਦਾ ਦੇਖੋ ਪੇਪਰ ਵੀ ਤੁਹਾਡਾ 100 ਬੰਦਿਆਂ ਨਾਲ ਨਹੀਂ ਹੋਣਾ ਵੈਸੇ ਤਾਂ ਤੁਹਾਡਾ ਤਾਂ ਲੱਖਾਂ ਨਾਲ ਵੀ ਹੋ ਸਕਦਾ ਪੇਪਰ ਵੱਡੇ ਪੇਪਰ ਪੱਪਰ ਭਰਤੇ ਤੁਸੀਂ ਤਾਂ ਧਿਆਨ ਰੱਖੋ ਸ਼ੇਅਰ ਕਰ ਦਿਓ ਕਲਾਸ ਨੂੰ ਜਿੰਨੇ ਜਿਆਦਾ ਆਣ ਦੇਖੋ ਯਾਰ ਸਭ ਦਾ ਭਲਾ ਕਰੋ ਇੱਕ ਤਾਂ ਬਾਕੀ ਇਹੋ ਜਿਹਾ ਪੂਰੇ YouTube ਤੇ ਕੋਈ ਨਹੀਂ ਕਰਾ ਰਿਹਾ ਨਾ ਕਦੇ ਕਰਾਇਆ ਹੈ ਕਿਸੇ ਨੇ ਤਾਂ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਸਾਰਿਆਂ ਨੂੰ ਕਿ ਐਦਾਂ ਕੋਈ ਚੱਲ ਰਿਹਾ ਪੜ੍ਹਾਈ ਲਈ ਆਓ ਇੰਟਰਸਟ ਨਾਲ ਪੜ੍ਹਾਈ ਕਰੋ ਚਲੋ ਅਗਲਾ ਸਵਾਲ ਤੁਹਾਡੇ ਅੱਗੇ ਇਹ ਰਿਹਾ ਕਿਹੜੀ ਸਟੇਟ ਨੇ ਜਿੱਤੇ ਪ੍ਰੈਸਟੀਜੀਅਸ ਨੈਸ਼ਨਲ ਲੈਵਲ ਇੰਡੀਆ ਟੂਡੇ ਅਵਾਰਡ ਇਨ 3 ਕੈਟੇਗਰੀਜ਼ ਇਨ ਦਾ ਫੀਲਡ ਆਫ ਟੂਰਿਜ਼ਮ ਤਾਂ ਜੀ ਸੈਰ ਸਪਾਟੇ ਵਿੱਚ ਹੋਲੀ ਕਰ ਦੇ ਨੇ ਕੋਈ ਚੱਕਰ ਨਹੀਂ ਸੈਰ ਸਪਾਟੇ ਵਿੱਚ ਸਭ ਤੋਂ ਪਹਿਲਾਂ ਤਿੰਨ ਅਵਾਰਡ ਕਿਹਨੂੰ ਮਿਲੇ ਉੜੀਸ਼ਾ ਰਾਜਸਥਾਨ ਉੱਤਰਾਖੰਡ ਦੇਸੀ ਇਥੇ ਨਾ ਮੈਂ ਤਾਂ ਉਹ ਐਕਸਾਈਟਮੈਂਟ ਵਾਲਾ ਕਹਿੰਦਾ ਸੀ ਮੈਂ ਐਕਸਾਈਟਮੈਂਟ ਵਾਲਾ ਕਹਿੰਦਾ ਸੀ ਵਾ ਦੱਸੋ ਕਿਹਨੂੰ ਮਿਲੇ ਟੂਰਿਜ਼ਮ ਦੇ ਫੀਲਡ ਵਿੱਚ ਅਵਾਰਡ ਬਿਲਕੁਲ ਗਲਤ ਬਿਲਕੁਲ ਗਲਤ ਬਿਲਕੁਲ ਹੀ ਗਲਤ ਬਿਲਕੁਲ ਹੀ ਗਲਤ ਇਹ ਫੇਰ ਫੇਰੀ ਹਟ ਜਾਣ ਲੱਗੇ ਮੈਨੂੰ ਲੱ ਤਾਂ ਜੀ ਮੇਰੇ ਕੋਲ ਆਨਸਰ ਆਇਆ ਹੈ ਐਚ ਉੱਤਰਾਖੰਡ ਕੀ ਨਹੀਂ ਲਿਖਿਆ ਹੈ ਰਾਜਨਪ੍ਰੀਤ ਸਿੰਘ ਜੀ ਦਾ ਆਨਸਰ ਹੈ ਰਾਜਨਪ੍ਰੀਤ ਦਾ ਬਾਕੀ ਸਾਰਿਆਂ ਨੇ ਗਲਤ ਕਰਤਾ ਰਾਜਨਪ੍ਰੀਤ ਸਿੰਘ ਕੋਈ ਨਾ ਸਪੀਡ ਕਰ ਦਿੰਦੇ ਆ ਸਲੋ ਟੈਨਸ਼ਨ ਨਹੀਂ ਕੋਈ ਲੈਣੀ ਤਾਂ ਜੀ ਇਹ ਹੈ ਦੇਖੋ ਤਾਂ ਜੀ ਫਰਸਟ ਸਟੇਟ ਜਿਹਨੂੰ ਤਿੰਨ ਅਵਾਰਡ ਮਿਲੇ ਨੇ ਟੂਰਿਜ਼ਮ ਦੀ ਕੈਟਾਗਰੀ ਵਿੱਚ ਤਾਂ ਉਹ ਉੱਤਰਾਖੰਡ ਸਟੇਟ ਹੈ ਠੀਕ ਹੈ ਸਰ ਚਲੋ ਅਗਲੇ ਸਵਾਲ ਵੱਲ ਚੱਲੀਏ ਆਪਾਂ ਹੂ ਅਮੰਗ ਦਾ ਫਾਲੋਇੰਗ ਹੈਜ਼ ਇੰਡੀਆਜ਼ ਹੋ ਬਿਕਮ ਇੰਡੀਆ ਸੈਲਫ ਮੇਡ ਫੀਮੇਲ ਪਹਿਲੀ ਇੰਡੀਆ ਦੀ ਸਭ ਤੋਂ ਵੈਲਦੀਸਟ ਸੈਲਫ ਮੇਡ ਫੀਮੇਲ ਸੈਲਫ ਮੇਡ ਆਪਣੇ ਘਰ ਕੰਮ ਲਾ ਤੋਂ ਆਪਣੇ ਆਪ ਕੰਮ ਸ਼ੁਰੂ ਕੀਤਾ ਆਪਣੇ ਆਪ ਉਹ ਬਣ ਚੁੱਕੀ ਹੈ ਵੈਲਦੀਸਟ ਫੀਮੇਲ ਲੀਨਾ ਤਿਵਾਰੀ ਸਵਿਤਰੀ ਜਿੰਦਲ ਵਿਨੋਦ ਰਾਏ ਗੁਪਤਾ ਫਾਲਗੁਨੀ ਨਾਇਰ ਬਹੁਤ ਸੌਖਾ ਸਵਾਲ ਬਹੁਤ ਹੀ ਸੌਖਾ ਸਵਾਲ ਬਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸਵਾਲ ਬਿਲਕੁਲ ਠੀਕ ਹੈ ਜੀਤ ਪਾਜੀ ਨੇ ਬਿਲਕੁਲ ਠੀਕ ਆਨਸਰ ਦਿੱਤਾ ਬਾਕੀ ਦੇ ਇੱਕ ਦੋ ਸੈਕਿੰਡ ਮੈਂ ਵੇਟ ਕਰ ਲੈਣਾ ਤਾਂ ਜੋ ਤੁਹਾਡੇ ਤੁਸੀਂ ਇੱਕ ਵਾਰ ਆਨਸਰ ਦੇ ਲਓ ਤੇ ਇੰਨਾ ਟਾਈਮ ਬਹੁਤ ਹੋਣਾ ਚਾਹੀਦਾ ਤੇ ਆਨਸਰ ਇਹਦਾ ਹੋ ਜਾਂਦਾ ਹੈ ਮੈਂ ਫੀਮੇਲ ਦੀ ਗੱਲ ਕੀਤੀ ਹੈ ਫਾਲਗੁਨੀ ਨਾਇਰ ਬਿਲਕੁਲ ਠੀਕ ਹੈ ਭੈਣ ਜੀ ਕੌਣ ਨੇ ਇਹ ਇਹ ਨਾਇਕਾ ਵਾਲੇ ਭੈਣ ਜੀ ਨੇ ਨਾਇਕਾ ਵਾਲੇ ਭੈਣ ਜੀ ਨੇ ਇਹ ਫਾਲਗੁਨੀ ਭੈਣ ਜੀ ਚਲੋ ਪਾਕਟ ਡੈਕਲੇਰੇਸ਼ਨ ਹੋਈ ਸੀਗੀ ਇੱਕ ਪਾਕਟ ਡੈਕਲੇਰੇਸ਼ਨ ਕਿਹੜੀ ਸਟੇਟ ਵਿੱਚ ਹੋਈ ਕਿਨੇ ਕਲਾਈਮੇਟ ਚੇਂਜ ਲਈ ਉਹਨਾਂ ਨੇ ਅਡਾਪਟ ਕੀਤੀ ਪਾਕੇ ਡੈਕਲੇਰੇਸ਼ਨ ਅਰੁਣਾਚਲ ਪ੍ਰਦੇਸ਼ ਤਾਮਿਲਨਾਡੂ ਕੇਰਲਾ ਜਾਂ ਫਿਰ ਆਂਧਰਾ ਪ੍ਰਦੇਸ਼ ਪਾਕੇ ਡੈਕਲੇਰੇਸ਼ਨ ਕਲਾਈਮੇਟ ਚੇਂਜ ਲਈ ਕਿੱਥੇ ਸਿਮਰਨਜੀਤ ਕੌਰ ਏ ਬੀ ਸੀ ਡੀ ਨਾ ਕਰੋ ਪਹਿਲੇ ਤਿੰਨ ਅੱਖਰ ਕਹਿ ਲਓ ਫਾਲਗੁਣੀ ਦਾ ਤੁਹਾਨੂੰ ਪੂਰਾ ਲਿਖਣ ਦੀ ਲੋੜ ਨਹੀਂ ਫਲ ਕਹਿ ਕੇ ਛੱਡੋ ਇਹ ਆਨਸਰ ਨਹੀਂ ਹੈ ਬਾਲ ਗਲਤ ਹੈ ਇਹ ਇਹ ਆਨਸਰ ਨਹੀਂ ਹੈ ਬਾਲ ਪਤਾ ਨਹੀਂ ਕਿੱਥੋਂ ਆ ਗਈ ਇਹ ਆਨਸਰ ਨਹੀਂ ਹੈ ਦਾ ਇਹ ਆਨਸਰ ਨਹੀਂ ਹੈ ਦਾ ਇਹਦਾ ਆਨਸਰ ਹੈ ਅਰੁਣਾਚਲ ਪ੍ਰਦੇਸ਼ ਇਹਦਾ ਆਨਸਰ ਹੈ ਅਰੁਣਾਚਲ ਪ੍ਰਦੇਸ਼ ਤੇ ਮੇਰੇ ਕੋਲ ਆਇਆ ਕਿ ਦਾ ਅਰੁਣਾਚਲ ਮੇਰੇ ਕੋਲ ਆਰੂ ਨਾਟਲ ਅਰੂ 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 ਕਿਸੇ ਨੇ ਵੀ ਨਹੀਂ ਲਿਖਿਆ ਸ਼ੁਭਮ ਪਾਜੀ ਨੇ ਲਿਖਿਆ ਸ਼ੁਭਮ ਬਤਰਾ ਨੇ ਲਿਖਿਆ ਅਰੂਨਾਚਲ ਪ੍ਰਦੇਸ਼ ਬਿਲਕੁਲ ਠੀਕ ਹੈ ਇਹ ਮਿਲਦਾ ਇੱਕ ਨੰਬਰ ਸ਼ੁਭਮ ਬਤਰਾ ਨੂੰ ਇਹ ਹੋ ਗਿਆ ਸ਼ੁਭਮ ਦਾ ਹੋ ਗਿਆ ਇੱਕ ਇਹ ਤਾਂ ਬਹੁਤ ਹੀ ਇੱਕ ਫਸਵਾ ਕੰਪੀਟੀਸ਼ਨ ਚੱਲਿਆ ਹੋਇਆ ਅੱਜ ਕਿਸੇ ਦੇ ਵੀ ਐ ਨਹੀਂ ਕੋਈ ਲੀਡ ਕਰ ਰਿਹਾ ਹੋਵੇ ਜਿੱਦਾਂ ਕੱਲ ਗਾ ਪਿਆ ਹੋਇਆ ਸੀ ਤਾਂ ਜੀ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਹੈ ਜਿਨੇ ਦੋ ਕੈਂਪੇਨ ਸ਼ੁਰੂ ਕੀਤੇ ਸੇਫ ਸਟਰੀ ਤੇ ਮਾਈ ਕਾਨੂੰਨ ਇਹ ਕਿਹਨੇ ਕੀਤੇ ਫੇਸਬੁੱਕ ਇੰਸਟਾ ਸਨੇਪਚੈਟ ਟਵਿੱਟਰ ਫੇਸਬੁਕ ਇੰਸਟਾ ਸਨੇਪਚੈਟ ਟਵਿੱਟਰ ਸੇ ਸਤਰੀ ਤੇ ਮੈਂ ਕਾਨੂੰਨ ਕਰਕੇ ਜਿਹੜੀ ਇਹ ਕੈਂਪੇਨ ਨੇ ਕਿਹਨਾਂ ਨੇ ਸ਼ੁਰੂ ਕੀਤੇ ਨਾਲੇ ਜੇ ਵਧੀਆ ਲੱਗ ਰਿਹਾ ਨਾ ਗੁੱਠਾ ਜਿਹਾ ਦਬ ਦੋ ਗੁੱਠਾ ਜਿਹਾ ਦਬਦਿਆ ਕਰੋ ਆਨਸਰ ਲਿਖਣ ਤੋਂ ਬਾਅਦ ਗੁੱਠਾ ਜਿਹਾ ਦਬ ਦੋ ਕਿ ਗੁੱਠਾ ਦਬ ਦੋ ਲਾਈਕ ਕਰ ਦਿਓ ਕਲਾਸ ਨੂੰ हां जी बिल्कुल ठीक है ये आंसर ਦਿੱਤਾ ਸਹੀ ਵਾਸੂ ਸ਼ਰਮਾ ਨੇ आंसर ਹੋ ਜਾਂਦਾ ਹੈ ਇਹ ਦਾ ਇੰਸਟਾਗ੍ਰਾਮ ਵਾਸੂ ਸ਼ਰਮਾ ਦੇ ਹੋਗੇ ਕਿੰਨੇ ਤਿੰਨ ਹੋਗੇ ਵਾਸੂ ਸ਼ਰਮਾ ਇਸ ਟਾਈਮ ਲੀਡ ਤੇ ਦੂਜੇ ਨੰਬਰ ਤੇ ਜੀਤ ਭਾਜੀ ਦੋ ਆਨ ਨਾਲ ਬਾਕੀ ਨਵਖੁਸ਼ ਰਾਜਨ ਤੇ ਸ਼ੁਭਮ ਵਤਰਾ ਭਾਜੀ ਹੈਗੇ ਨੇ ਦੂਜੇ ਨੰਬਰ ਤੀਜੇ ਨੰਬਰ ਤੇ ਤਿੰਨੇ ਇਕੱਠੇ ਚਾਰੇ ਅਗਲੇ ਸਵਾਲ ਵੱਲ ਚੱਲੀਏ ਜੇ ਤਾਂ ਜੀ ਇੰਡੀਆ ਦਾ ਪਹਿਲਾ ਸੈਂਟਰ ਫਾਰ ਰਿਸਰਚ ਔਨ ਡਰੋਨ ਟੈਕਨੋਲੋਜੀ ਇਹ ਕਿੱਥੇ ਹੋਇਆ ਬਹੁਤ ਹੀ ਇੰਪੋਰਟੈਂਟ ਸਵਾਲ ਡਰੋਨ ਟੈਕਨੋਲੋਜੀ ਉੱਤੇ ਜਿਹੜਾ ਰਿਸਰਚ ਲਈ ਕੀਡੀ ਆਰਗੇਨਾਈਜੇਸ਼ਨ ਵਿਚ ਆਇਆ ਆਈਆਰਟੀ ਦਿੱਲੀ ਕਾਨਪੁਰ ਗੁਹਾਟੀ ਜਾਂ ਫਿਰ ਰੁੜਕੀ ਦਿੱਲੀ ਕਾਨਪੁਰ ਗੁਹਾਟੀ ਜਾਂ ਫਿਰ ਰੁੜਕੀ ਜੀਤਪਾ ਜੀ ਹੌਲੀ ਕਰੋ ਆਨਸਰ ਬਟ ਠੀਕ ਕਰੋ ਅੱਜ ਬਹੁਤ ਗਾਪ ਆਇਆ ਹੋਇਆ ਤੁਸੀਂ ਬਹੁਤ ਜ਼ਿਆਦਾ ਗਾਪ ਆਇਆ ਹੋਇਆ ਤਾਂ ਹੋਲੀ ਕਰੋ ਆਨਸਰ ਠੀਕ ਕਰੋ ਤਾਂ ਆਨਸਰ ਇਹਦਾ ਹੋ ਜਾਂਦਾ ਹੈ ਗੁਹਾਟੀ ਕੰਪੀਟੀਸ਼ਨ ਮੈਂ ਦਵਾਰੇ ਕਹੂੰਗਾ ਕੰਪੀਟੀਸ਼ਨ ਹੈ ਆਪਣੀ ਥਾਂ ਕੰਪੀਟੀਸ਼ਨ ਹੈ ਬਟ ਸਾਡਾ ਮੋਟਿਵ ਹੋਣਾ ਚਾਹੀਦਾ ਕਿ ਸਹੀ ਆਨਸਰ ਸਭ ਤੋਂ ਛੇਤੀ ਕਰਨਾ ਗਲਤ ਨਹੀਂ ਕਰਨਾ ਤੇ ਗੁਹਾਟੀ ਮੇਰੇ ਕੋਲ ਕਿੰਨੇ ਕੀਤਾ ਸੀ ਪਹਿਲਾਂ ਜੀਓ ਜੀਯੂ ਡਬਲਿਊ ਲਿਖਿਆ ਸੀ ਕਿਸੇ ਨੇ ਮੈਨੂੰ ਯਾਦ ਹੈ ਜੀਯੂ ਡਬਲਿਊ ਜੀਯੂ ਡਬਲਿਊ ਸ਼ਰਨਦੀਪ ਨੇ ਸ਼ਰਨ ਭਾਜੀ ਨੇ ਲਿਖਿਆ ਜੀਯੂ ਡਬਲਿਊ ਤੇ ਸ਼ਰਨ ਭਾਜੀ ਇੱਕ ਹੋਰ ਨਾਂ ਆ ਗਿਆ ਅੱਜ ਤੱਕ ਆਈ ਪਈ ਹੋਇਆ ਅੱਜ ਤੱਕ ਸਾਰੇ ਅੜ ਅੜ ਨਾਂ ਆ ਰਹੇ ਨੇ ਬਹੁਤ ਵਧੀਆ ਇਹੀ ਤਾਂ ਸਵਾਦ ਹੈ ਦੇਖੋ ਕੰਪੀਟੀਸ਼ਨ ਦਾ ਇਹੀ ਤਾਂ ਸਵਾਦ ਹੈ ਕੰਪੀਟੀਸ਼ਨ ਦਾ ਐ ਨਹੀਂ ਹੁੰਦਾ ਸਾਰੇ ਨੂੰ ਸਾਰੇ ਸਵਾਲਾਂ ਦੇ ਨਹੀਂ ਬਟ ਇਹ ਜਿੱਦ ਆ ਰਿਹਾ ਨਾ ਅਲੱਗ-ਅਲੱਗ ਨਾ ਇਹ ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਅਗਲਾ ਸਵਾਲ ਰક્ષਕ ਰੋਡ ਸੇਫਟੀ ਇਨੀਸ਼ੀਏਟਿਵ ਬਹੁਤ ਇੰਪੋਰਟੈਂਟ ਸਵਾਲ ਬਹੁਤ ਹੀ ਜ਼ਿਆਦਾ ਨਿਊਜ਼ ਵਿੱਚ ਰਹਿੰਦਾ ਹੈ ਰક્ષਕ ਰੋਡ ਸੇਫਟੀ ਇਨੀਸ਼ੀਏਟਿਵ ਕਿਹੜੀ ਸਰਕਾਰ ਦਾ ਹੈ ਗੁਜਰਾਤ ਤੇਲੰਗਨਾ ਕੇਰਲਾ 오ਡੀਸ਼ਾ ਰક્ષਕ ਗੁਜਰਾਤ ਤੇਲੰਗਨਾ ਕੇਰਲਾ ਜਾਂ ਫਿਰ 오ਡੀਸ਼ਾ ਗੁਜਰਾਤ ਤੇਲੰਗਾਨਾ ਕੇਰਲਾ ਜਾਂ ਫਿਰ ਓਡੀਸ਼ਾ ਵਾਸੂ ਮੈਂ ਦੇਖਿਆ ਮੈਂ ਚੈੱਕ ਕੀਤਾ ਤੁਹਾਡਾ ਉਹ ਤੋਂ ਬਾਅਦ ਆਇਆ ਸ਼ਰਨ ਭਾਜੀ ਦਾ ਪਹਿਲਾਂ ਆਇਆ ਸੀ ਆਨਸਰ ਕੋਈ ਚੱਕਰ ਨਹੀਂ ਅੱਗੇ ਆ ਜਾਊਗਾ ਯਾਰ ਲਵਪ੍ਰੀਤ ਭਾਜੀ ਸੁਮਨਦੀਪ ਭਾਜੀ ਕਿਰਨ ਉੱਪਲ ਇਹਨਾਂ ਦੇ ਇਕੱਠੇ ਆਏ ਆਨਸਰ ਸਭ ਤੋਂ ਉੱਤੇ ਲਵਪ੍ਰੀਤ ਦਾ ਆਇਆ ਲੇਕਿਨ ਮੇਰੇ ਕੋਲ ਜਿਹੜਾ ਸ਼ੋ ਹੋਇਆ ਤਾਂ ਆਨਸਰ ਹੋ ਜਾਂਦਾ ਇਹਦਾ ਓਡੀਸ਼ਾ ਆਨਸਰ ਹੋ ਜਾਂਦਾ ਓਡੀਸ਼ਾ ਤੇ ਸਭ ਤੋਂ ਪਹਿਲਾਂ ਮੇਰੇ ਕੋਲ ਆਇਆ ਲਵ ਭਾਜੀ ਦਾ ਆ ਇੱਕ ਹੋਰ ਨਾ ਜੁੜ ਗਿਆ ਬਹੁਤ ਹੀ ਸਿਰਾ ਲੱਗਿਆ ਹੋਇਆ ਹੈ ਤਾਂ ਕੰਮ ਇਹ ਮੈਂ ਕਹਿੰਦਾ ਇਹੀ ਮੈਂ ਚਾਹੁੰਦਾ ਹੁੰਦਾ ਸੀ ਕਿ ਯਾਰ ਐ ਹੋਵੇ ਜੇ 20 ਕੁਐਸਚਨ ਨਾ ਮੇਰੇ ਕੋਲ 20 ਨਾ ਆ ਜਾਣਾ ਕਰਕੇ ਕੰਪੀਟੀਸ਼ਨ ਕਰੋ ਮੈਂ ਤੁਹਾਨੂੰ ਤਾਂ ਹੀ ਕਿਹਾ ਜ ਨਵੰਬਰ 2021 ਕੱਲ ਤੁਹਾਡੇ ਦਸੰਬਰ 2021 ਦੇ ਕਰੰਟ ਅਫੇਅਰ ਹੋਣਗੇ ਕੱਲ ਦਸੰਬਰ 2021 ਦੇ ਕਰੰਟ ਅਫੇਅਰ ਹੋਣਗੇ ਤਾਂ ਕੱਲ ਦਸੰਬਰ 2021 ਦੇ ਕਰੰਟ ਅਫੇਅਰ ਪੜ੍ਹ ਕੇ ਆਣੇ ਸਾਰਿਆਂ ਨੇ ਮੇਰੇ ਵੀਰੋ ਚਲੋ ਅਗਲੇ ਸਵਾਲ ਤੁਹਾਡੇ ਅੱਗੇ ਬਾਕੀ ਟੈਨਸ਼ਨ ਨਾ ਲੈਣੇ ਤੁਹਾਨੂੰ ਪਤਾ ਹੀ ਹੈ ਇੱਕ ਸਵਾਲ ਹੋਗਾ 4 ਨੰਬਰ ਦਾ ਸਿੱਧਾ 4 ਦਊਗਾ ਇੱਕ ਹੈ 6 ਨੰਬਰ ਦਾ ਸਿੱਧਾ 6 ਦਊਗਾ ਆ ਜਿਹੜੇ 1 1 2 2 3 3 ਚੱਲੇ ਹੋਏ ਵਿਚਾਰੇ 6 ਕਰੋਗੇ ਉਹ ਇੱਕ ਸਵਾਲ ਹੈ ਤੁਹਾਨੂੰ ਉਹ ਮੇਲ ਕੇ ਟੌਪ ਤੇ ਪਹੁੰਚਾ ਦੇਣਾ ਚਲੋ ਚੱਲਦੇ ਆ ਅਗਲੇ ਸਵਾਲ ਵੱਲ ਤਾਂ ਕਿਹੜੀ ਇੰਡੀਅਨ ਰੇਲਵੇ ਦਾ ਜਿਹੜਾ ਲੋਗੋ ਹੈ ਉਹਨੂੰ ਐਜ਼ ਇੰਟੈਲੈਕਚੁਅਲ ਪ੍ਰੋਪਰਟੀ ਰਜਿਸਟਰ ਕੀਤਾ ਗਿਆ ਬਹੁਤ ਹੀ ਸੋਹਣਾ ਸਵਾਲ ਬਹੁਤ ਹੀ ਯੂਨੀਕ ਜਿਹਾ ਸਵਾਲ ਕਲਕੱਤਾ ਮੈਟਰੋ ਦਿੱਲੀ ਮੈਟਰੋ ਡਾਰਜਲਿੰਗ ਹਿਮਾਲੀਅਨ ਰੇਲਵੇ ਜਾਂ ਫਿਰ ਨੀਲਗIRI ਮਾਊਂਟੇਨ ਰੇਲਵੇ ਕਲਕੱਤਾ ਮੈਟਰੋ ਦਿੱਲੀ ਮੈਟਰੋ ਡਾਰਜਲਿੰਗ ਹਿਮਾਲੀਅਨ ਰੇਲਵੇ ਜਾਂ ਫਿਰ ਨੀਲਗIRI ਮਾਊਂਟੇਨ ਰੇਲਵੇ ਹਾਂਜੀ ਸ਼ਰਨਦੀਪ ਨੇ ਬਿਲਕੁਲ ਠੀਕ ਆਨਸਰ ਕੀਤਾ ਡਾਰਜਿਲਿੰਗ ਡਾਰਜਿਲਿੰਗ ਹਿਮਾਲਿਆਨ ਰੇਲਵੇ ਦਾ ਆਨਸਰ ਹੋ ਜਾਂਦਾ ਸ਼ਰਨਦੀਪ ਦਾ ਸਭ ਤੋਂ ਪਹਿਲਾ ਹੈ ਵਾਕਿਆ ਨੇ ਵੀ ਸਹੀ ਕੀਤਾ ਬਟ ਸ਼ਰਨ ਭਾਜੀ ਤਾਂ ਮੇਰੇ ਕੋਲ ਸਭ ਤੋਂ ਪਹਿਲਾ ਆਇਆ ਤਾਂ ਇਹ ਹੋ ਗਿਆ ਇਹਦਾ ਆਨਸਰ ਬਹੁਤ ਹੀ ਵਧੀਆ ਨਵੰਬਰ 2021 ਦੇ ਕਰੰਟ ਅਫੇਅਰ ਦੇ ਰਿਵੀਜ਼ਨ ਚੱਲੀ ਮੈਂ ਦੁਬਾਰੇ ਕਹਿਣਾ ਚਾਹੂੰਗਾ ਗੱਲ ਤੁਹਾਨੂੰ ਲੇਟ ਆ ਰਿਹਾ ਆਨਸਰ ਕੋਈ ਚੱਕਰ ਨਹੀਂ ਹੈ ਤੁਹਾਡੇ ਦਿਮਾਗ 'ਚ ਆ ਰਿਹਾ ਹੈ ਬਸ ਇੰਨੀ ਚੀਜ਼ ਮੈਟਰ ਕਰਦੀ ਤੁਹਾਡੇ ਦਿਮਾਗ 'ਚ ਆ ਰਿਹਾ ਆਨਸਰ ਬਸ ਇੰਨੀ ਗੱਲ ਹੈ ਦਿਲ ਤੋਂ ਪਤਾ ਹੋਣਾ ਚਾਹੀਦਾ ਕਿ ਮੈਂ ਠੀਕ ਕੀਤਾ ਜੇ ਗਲਤ ਕੀਤਾ ਫਿਰ ਵੀ ਕੋ पेपर लिए तो तैयारी हो रही है अपनी पेपर कल तो नहीं है पेपर लिए है ना टाइम बस इन्ना सोच के खेडने आप चलो अगले सवाल वाल चलीए जे कि अपॉइंट किया गया डी जी ऑफ सी आई एस बहुत ही सौखा सवाल बिल्कुल ही सिंपल सवाल बिल्कुल ही खत्म सवाल ए बी सी डी डी के पाठक सुभाष जोशी वर्धन या फिर अतुल करवाल डी के पाठक सुभाष जोशी वर्धन या फिर अतुल करवाल दसो ਦੇਖੋ ਦਿਲ ਨਹੀਂ ਛੋਟਾ ਕਰਨਾ ਕੋਮਲ ਕੋਈ ਗੱਲ ਨਹੀਂ ਤੁਹਾਨੂੰ ਤੁਹਾਡਾ ਆਨਸਰ ਸਹੀ ਆਇਆ ਨਾ ਬਸ ਇੰਨੀ ਗੱਲ ਜ਼ਰੂਰੀ ਹੈ ਤਾਂ ਜੇ ਬਿਲਕੁਲ ਠੀਕ ਹੈ ਦੇਖੋ ਇਸ ਗਲਤੀਆਂ ਹੋ ਰਹੀਆਂ ਨੇ ਤੁਹਾਡੀਆਂ ਮੈਂ ਦੱਸਦਾ ਆਨਸਰ ਇਹਦਾ ਆਨਸਰ ਆਇਆ ਮੇਰੇ ਕੋਲ ਸਭ ਤੋਂ ਪਹਿਲਾਂ ਜੀਤਪਾਜੀ ਦਾ ਆਇਆ ਸ਼ੀਲਵਰਧਨ ਸਿੰਘ ਬਿਲਕੁਲ ਠੀਕ ਹੈ ਸ਼ੀਲਵਰਧਨ ਸਿੰਘ ਜੀਤਪਾਜੀ ਦੇ ਹੋਗੇ ਤਿੰਨ ਵਾਸੂ ਦੇਵੀ ਹੋਗੇ ਤਿੰਨ ਜੀਤਪਾਜੀ ਵਾਸੂ ਬਕੇ ਖੇਚ ਕੰਮ ਜੀਤ ਅੱਗੇ ਆ ਗਿਆ ਚਲੋ ਅਗਲਾ ਸਵਾਲ internationally renowned and one of the biggest cattle fair ਕਹਿੰਦੇ ਜਿਹੜੀ ਪਸ਼ੂਆਂ ਦਾ ਜਿਹੜਾ ਮੇਲਾ ਲੱਗਿਆ ਕਹਿੰਦੇ ਨਾਰਥ ਇੰਡੀਆ ਵਿੱਚ ਉਹ ਕਿੱਥੇ ਸ਼ੁਰੂ ਹੋਇਆ ਓਹੋ ਇਹ ਆਨਸਰ ਕੈਨਸਲ ਇਹ ਆਨਸਰ ਕੈਨਸਲ ਹੋ ਗਲਤੀ ਤੋਂ ਨਿਕਲ ਗਿਆ ਆਨਸਰ ਨਿਕਲ ਗਿਆ ਗਲਤੀ ਤੋਂ ਤਾਂ ਰਾਜਸਥਾਨ ਇਹ ਆਨਸਰ ਕੈਨਸਲ ਘਾਟਾ 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 ਨੋਵਲ ਨੋਵਲ ਨਹੀਂ ਹੋ ਡੈਡ ਬਾਲ ਇਹ ਡੈਡ ਬਾਲ ਹੈ ਇਹ ਡੈਡ ਬਾਲ ਹੈ ਫੇਰ ਵੀ ਗਲਤ ਕਰਤਾ ਤੁਸੀਂ ਇਹ ਡੈਡ ਬਾਲ ਹੈ ਇਹ ਡੈਡ ਬਾਲ ਹੈ ਅਗਲਾ ਤਾ ਇਹ ਦੱਸੋ ਮੈਨੂੰ ਸੋਲਰ ਕੰਪਾਸ ਕਿਨੇ ਲਾਂਚ ਕੀਤਾ ਗਲੋਬਲ ਗ੍ਰੀਨ ਗ੍ਰੋਥ ਨੇ ਯੂਰੋ ਸੋਲਰ ਨੇ ਯੂ ਐਨ ਈ ਪੀ ਨੇ ਜਾਂ ਫਿਰ ਇੰਟਰਨੈਸ਼ਨਲ ਸੋਲਰ ਅਲਾਈਐਂਸ ਨੇ ਕਿਨੇ ਸ਼ੁਰੂ ਕੀਤਾ ਗਲੋਬਲ ਗ੍ਰੀਨ ਯੂਰੋ ਸੋਲਰ ਯੂ ਐਨ ਈ ਪੀ ਜਾਂ ਫਿਰ ਇੰਟਰਨੈਸ਼ਨਲ ਸੋਲਰ ਅਲਾਈਐਂਸ ਨੇ ਕਿਨੇ ਸ਼ੁਰੂ ਕੀਤਾ ਓਹੋ ਹਾਸੀਆਂ ਖੇਡੀਆਂ ਵਿੱਚ ਆਪਣਾ ਉਹ ਨਾ ਗਾ ਲੋ ਹੱਸਣੇ ਵਿੱਚ ਨਾ ਆਪਣਾ ਟਾਈਮ ਗਾ ਲੋ ਟਾਈਪ ਇੱਧਰ ਆਨਸਰ ਟਾਈਪ ਕਰਨਾ ਆਪਾਂ ਤਾਂ ਜੀ ਬਿਲਕੁਲ ਠੀਕ ਹੈ ਲਵਪ੍ਰੀਤ ਸਿੰਘ ਨੇ ਆਨਸਰ ਕੀਤਾ ਮੇਰੇ ਕੋਲ ਲਵਪ੍ਰੀਤ ਸਿੰਘ ਨੇ ਇਹ ਤਾਂ ਆਨਸਰ ਮੇਰੇ ਕੋਲ ਇਹਦਾ ਆਨਸਰ ਸਭ ਤੋਂ ਬਿਲਕੁਲ ਠੀਕ ਹੈ ਇੰਟਰਨੈਸ਼ਨਲ ਸੋਲਰ ਅਲਾਈਐਂਸ ਹੁਣ ਮੈਨੂੰ ਇਹ ਨਹੀਂ ਪਤਾ ਲਵਪ੍ਰੀਤ ਸਿੰਘ ਹੀ ਸੀ ਪਿਛਲੇ ਵਾਲਾ ਵੀ ਕਿ ਇਹ ਲਵਪ੍ਰੀਤ ਸਿੰਘ ਇਹ ਦੂਜਾ ਹੈ ਹੈ ਵੀਰੇ ਯਾਰ ਇੱਕ ਵਾਰ ਕੋਈ ਦੱਸ ਸਕਦਾ ਮੈਨੂੰ ਲਵਪ੍ਰੀਤ ਸਿੰਘ ਸੇਮ ਹੈ ਕਿ ਲਵਪ੍ਰੀਤ ਅੱਡ ਅੱਡ ਨੇ ਇੱਕ ਵਾਰ ਜੇ ਕੋਈ ਮੈਨੂੰ ਦੱਸ ਦੇ ਮੈਂ ਪਿਛਲਾ ਵਾਲਾ ਨਾ ਪੜਿਆ ਨਹੀਂ ਇਹ ਲਵਪ੍ਰੀਤ ਸਿੰਘ ਕੁਝ ਨੰਬਰ ਲਿਖਿਆ ਹੋਇਆ ਸੀ ਤੇ ਪਿਛਲੇ ਵਾਲਾ ਪਤਾ ਨਹੀਂ ਲਵਪ੍ਰੀਤ ਹੋਈ ਹੋਰ ਤਾਂ ਨਹੀਂ ਸੀਗਾ ਯਾਰ दस दो ग बात लवप्रीत आप भी नहीं कमेंट कर रहा है सेम ही है ना लवप्रीत फिर ठीक है ना बहुत ठीक है होर तो कोई लवप्रीत नहीं है ना अपने सेम है बहुत ठीक है ठीक है आ लो जी लवप्रीत तेरा लै भी खोर, लव लव लव, लव ए लै भी लव चलो अगला सवाल थोड़े अगे ए रहा विच <coughs> ऑफ द फॉलोइंग यूटीज जिन्ह लॉन्च किया श्रमिक मित्र स्कीम फॉर कंस्ट्रक्शन वर्कर ਸ਼੍ਰਮਿਕ ਮਿੱਤਰ ਸਕਰੀਮ ਫਾਰ ਕੰਸਟਰਕਸ਼ਨ ਵਰਕਰ ਦਿੱਲੀ ਪੁਡੂਚੇਰੀ ਜੰਮੂ ਚੰਡੀਗੜ੍ਹ ਓਹੀ ਨਾ ਦੂਜੇ ਦੇ ਨਾਂ ਨਾ ਲੱਗ ਜਾ ਮੈਨੂੰ ਗਾਲਾਂ ਪੈਣ ਲੱਗ ਜਾਣ ਅੱਛਾ ਦਿੱਲੀ ਪੁਡੂਚੇਰੀ ਜੰਮੂ ਚੰਡੀਗੜ੍ਹ ਤਾਜੀ ਬਿਲਕੁਲ ਠੀਕ ਹੈ ਆਨਸਰ ਇਸ ਕੀਤਾ ਸਭ ਤੋਂ ਪਹਿਲਾਂ ਆਨਸਰ ਵਾਸੂ ਸ਼ਰਮਾ ਨੇ ਆਨਸਰ ਸਭ ਤੋਂ ਪਹਿਲਾਂ ਕੀਤਾ ਸੀ ਜੀਤ ਨੇ ਬਟ ਜੀਤ ਨੇ ਆਨਸਰ ਕੀਤਾ ਗਲਤ ਤਾਂ ਆਨਸਰ ਮੇਰੇ ਕੋਲ ਸਭ ਤੋਂ ਮੇਰੇ ਕੋਲ ਜਿਹੜਾ ਸਭ ਤੋਂ ਪਹਿਲਾਂ ਆਇਆ ਉਹ ਆਨਸਰ ਆਇਆ ਜੀ ਵਾਸੂ ਭਾਜੀ ਦਾ ਵਾਸੂ ਭਾਜੀ ਆਗੇ 4 ਨੰਬਰਾਂ ਤੇ ਸਭ ਤੋਂ ਟਾਪ ਤੇ ਦੁਬਾਰੇ ਟੈਨਸ਼ਨ ਨਹੀਂ ਲੈਣੀ 4 ਨੰਬਰ ਦਾ ਸਵਾਲ ਬਹੁਤ ਹੀ ਛੇਤੀ ਆਣ ਵਾਲਾ ਹੀ ਅਗਲਾ ਸਵਾਲ ਤੁਹਾਡੇ ਕੰਪਿਊਟਰ ਸਕਰੀਨ ਤੇ ਕਹਿੰਦੇ ਇਹ ਰਿਹਾ ਵਿਚ ਆਫ ਦਾ ਫੋਲੋਇੰਗ ਸਿਟੀਜ਼ ਹੈ ਜੁਆਇੰਟ ਯੂਨੈਸਕੋ ਨੈਟਵਰਕ ਆਫ ਕ੍ਰੀਏਟਿਵ ਸੋਸਾਇਟੀਜ਼ ਸਿਟੀ ਸੌਰੀ ਹੇਠਾਂ ਦਿੱਤੇ ਸ਼ਹਿਰਾਂ ਵਿੱਚੋਂ ਕਿਹੜਾ ਸ਼ਹਿਰ ਯੂਨੈਸਕੋ ਦੇ ਰਚਨਾਤਮਕ ਸ਼ਹਿਰਾਂ ਦੇ ਨੈਟਵਰਕ ਵਿੱਚ ਸ਼ਾਮਲ ਹੋਇਆ ਬਹੁਤ ਹੀ ਸੌਖਾ ਸਵਾਲ ਕਲਕੱਤਾ ਸ਼੍ਰੀਨਗਰ ਬੈਂਗਲੌਰ ਲਖਨਊ ਕਲਕੱਤਾ ਸ਼੍ਰੀਨਗਰ ਬੈਂਗਲੌਰ ਲਖਨਊ ਕਲਕੱਤਾ ਸ਼੍ਰੀਨਗਰ ਬੈਂਗਲੌਰ ਲਖਨਊ ਤਾਂ ਦੇਖੋ ਮੇਰੇ ਕੋਲ ਜੀਤ ਤੇ ਵਾਸੂ ਦੇ ਆਏ ਅੰਤਰ ਤਾਂ ਜੀਤ ਦਾ ਬਿਲਕੁਲ ਸਹੀ ਆ ਗਿਆ ਇਸ ਵਾਰ ਅਨਸਰ ਜੀਤ ਤੇ ਵਾਸੂ ਐਨ ਇਸ ਟਾਈਮ ਟੱਕਰ ਟੱਕਰ ਟੱਕਰੀ ਹੋਏ ਬਿਲਕੁਲੀ ਤਾਂ ਬਿਲਕੁਲ ਠੀਕ ਹੈ ਅਨਸਰ ਜੀਤ ਦਾ ਜੀਤ ਦੇ ਵੀ ਹੋਗੇ 4 ਵਾਸੂ ਦੇ ਵੀ ਹੋਗੇ 4 ਦੇਖਦੇ ਹਾਂ ਕੌਣ ਬਾਜੀ ਮਾਰਦਾ ਕੌਣ ਬਣਦਾ ਸਾਡਾ ਮੈਨ ਆਫ ਦਾ ਮੈਚ ਤੇ ਯਾਰ ਆਪਣੀ ਫੋਟੋ ਫੁੱਟ ਭੇਜ ਦਿਆ ਕਰੋ ਯਾਰ ਵਧੀਆ ਲੱਗਦਾ ਤੁਹਾਨੂੰ ਵੀ ਮੈਂ ਤੁਹਾਡੀ ਇੱਥੇ ਫੋਟੋ ਲਿਆਉਂ ਮੈਂ ਕਹਿੰਦਾ ਇਹ ਪਿਛਲੇ ਕਲਾਸ ਦਾ ਮੈਨ ਆਫ ਦਾ ਮੈਚ ਸੀਗਾ ਤੁਹਾਡੀ YouTube ਤੇ ਫੋਟੋ ਲਾ ਦੀ ਆਪਾਂ Telegram ਤੇ ਭੇਜ ਦੀਏ ਭੇਜ ਦਿਆ ਕਰੋ ਜਿਹੜਾ ਮੈਨ ਆਫ ਦਾ ਮੈਚ ਬਣੂਗਾ ਹੈ ਨਾ ਚਲੋ ਅਗਲਾ ਸਵਾਲ ਤੁਹਾਡੇ ਅੱਗੇ ਅੱਗੇ ਇਹ ਰਿਹਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਸ਼੍ਰੀ ਆਦੀ ਸ਼ੰਕਰਾਚਾਰਿਆ ਦਾ ਬੁੱਤ ਕੀਤਾ ਉਦਘਾਟਨ ਕੀਤਾ ਉਹ ਕਿੱਥੇ ਕੀਤਾ ਲਦਾਖ ਡੇਰਾ ਦੂਨ ਸ਼੍ਰੀ ਨਗਰ ਕੇਦਾਰਨਾਥ ਲਦਾਖ ਡੇਰਾ ਦੂਨ ਸ਼੍ਰੀ ਨਗਰ ਕੇਦਾਰਨਾਥ ਲਦਾਖ ਲਦਾਖ ਡੇਰਾ ਦੂਨ ਸ਼੍ਰੀ ਨਗਰ ਕੇਦਾਰਨਾਥ ਲਦਾਖ ਡੇਰਾ ਦੂਨ ਸ਼੍ਰੀ ਨਗਰ ਕੇਦਾਰਨਾਥ ਚਲੋ ਚਲੋ ਖਿੱਚ ਕੇ ਰੱਖੋ ਕੰਮ ਆਪਣਾ ਤਾਜੀ ਲੈ ਵੀ ਮੈਂ ਦੇਖਦਾ ਸੀ ਭਾਈ ਆਇਆ ਨਹੀਂ ਹੁਣ ਤੱਕ ਤਾਂ ਲੈ ਵੀ ਗੇਮ ਚ ਆ ਗਿਆ ਆਪਣੇ ਸੁਮਨਦੀਪ ਸਿੰਘ ਭਾਜੀ ਆ ਗਏ ਤਾਂ ਸੁਮਨਦੀਪ ਭਾਜੀ ਨੇ ਬਿਲਕੁਲ ਠੀਕ ਆਨਸਰ ਕੀਤਾ ਆ ਲੈ ਸੁਮਨ ਨੇ ਵੀ ਆਪਣਾ ਖਾਤਾ ਲਿਆ ਖੋਲ ਬਹੁਤ ਹੀ ਸੋਣਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਇਹ ਪੰਜਾਬ ਦੀ ਬੈਟਿੰਗ ਚੱਲੀ ਹੈ ਜੇ ਤੁਸੀਂ ਨੋਟਿਸ ਨਹੀਂ ਕੀਤਾ ਜਿਹੜਾ ਨਵਾਂ ਆਇਆ ਪੰਜਾਬ ਦੀ ਬੈਟਿੰਗ ਚੱਲੀ ਆ ਤੇ ਬੈਟਿੰਗ ਜੇ ਬਹੁਤ ਹੀ ਸਿਰ ਲਾਇਆ ਪੂਰਾ ਤੁਸੀਂ ਟੀਮ ਵਰਕ ਦੇਖ ਸਕਦੇ ਹੋ 1 2 3 4 5 6 7 8 9 ਨੌ ਜਣਿਆਂ ਨੇ ਕੀਤਾ ਬਹੁਤ ਹੀ ਵਧੀਆ ਟੀਮ ਵਰਕ ਦੇਖੋ ਟੀਮ ਵਰਕ ਨਾਲ ਹੀ ਜਿੱਤਦੀ ਹੈ ਟੀਮ ਬਟ ਦੇਖਦੇ ਆ ਐਂਡ ਵਿੱਚ ਕੌਣ ਜਿੱਤੇਗਾ ਟਾਪ 3 ਦੇ ਆਪਾਂ ਟੋਟਲ ਕਰਨੇ ਨੇ ਪਤਾ ਨਹੀਂ ਕੀ ਬਣੂਗਾ ਹੈਨਾ ਚਲੋ ਅਗਲਾ ਸਵਾਲ ਦੀਵਾਲੀ ਇੱਕ ਨੈਸ਼ਨਲ ਹੌਲੀਡੇ ਹੈ ਕਿਹੜੀ ਸਟੇਟ ਨੇ ਕਿਹੜੀ ਕੰਟਰੀ ਨੇ ਇੱਕ ਬਿਲ ਇੰਟਰੋਡਿਊਸ ਕੀਤਾ ਵੀ ਦੀਵਾਲੀ ਨੂੰ ਆਪਾਂ ਛੁੱਟੀ ਕਰ ਦਿੰਦੇ ਆ ਯੂ ਐਸ ਏ ਕੈਨੇਡਾ ਸ਼੍ਰੀਲੰਕਾ ਜਾਂ ਫਿਰ ਯੂ ਕੇ ਯੂ ਐਸ ਏ ਕੈਨੇਡਾ ਸ਼੍ਰੀਲੰਕਾ ਜਾਂ ਫਿਰ ਯੂ ਕੇ ਕਿਹੜੀ ਕੰਟਰੀ ਨੇ ਕੀਤਾ ਨਹੀਂ ਯਾਰ ਦੇਖੋ ਮੇਰੇ ਕੋ ਮੈਂ ਸੱਚੀ ਦੱਸਾਂ ਨਾ ਮੇਰੇ ਕੋਲ ਜਿਹੜਾ ਸਭ ਤੋਂ ਪਹਿਲਾਂ ਆ ਰਹਾ ਮੈਂ ਉਹਦਾ ਦੇਖ ਕੇ ਕਰ ਰਹਾ ਤਾਂ ਹੁਣ ਵੀ ਦੇਖੋ ਮੇਰੇ ਕੋਲ ਸੁਮਨਦੀਪ ਸਿੰਘ ਦਾ ਸਭ ਤੋਂ ਪਹਿਲਾਂ ਆ ਕਾ ਯੂ ਐਸ ਤੇ ਫਿਰ ਜੀਤ ਦਾ ਕੈਨੇਡਾ ਕੈਨਡ ਲਿਖਿਆ ਬਾਈ ਨੇ ਬਲਕਿ ਤਾਂ ਬਿਲਕੁਲ ਠੀਕ ਹੈ ਸੁਮਨਦੀਪ ਭਾਜੀ ਮੈਂ ਕਿਹਾ ਮੈਂ ਕਿਹਾ ਬਚੋ ਇਹ ਮੁੰਡੇ ਤੋਂ ਬਚੋ ਕੱਲ ਵੀ ਇਹੀ ਬਾਈ ਜੀ ਮੈਂ ਉਹਦਾ ਮੈਚ ਬਣੇ ਸੀਗੇ ਬਟ ਬਹੁਤ ਹੀ ਵਧੀਆ ਦੋ ਨੰਬਰ ਹੋ ਗਏ ਬਾਕੀ ਟੌਪ ਤੇ ਹਜੇ ਵੀ ਵਾਸੂ ਹੈ ਤੇ ਜੀਤ ਦੋਨਾਂ ਦੇ 4-4 ਸੁਮਨ ਦੇ ਦੋ ਸ਼ਰਣ ਦੇ ਦੋ ਤੇ ਬਾਕੀ ਸਾਰਿਆਂ ਦੇ ਤੇ ਲਵ ਦੇ ਦੋ ਚਲੋ ਅਗਲਾ ਸਵਾਲ ਦੋ ਡੇ ਲੰਬਾ ਇੱਕ ਡੇਜ਼ਰਟ ਵਾਰੀਅਰ ਐਕਸਰਸਾਈਜ਼ ਕੀਤੀ ਇੰਡੀਅਨ 에ਅਰ ਫੋਰਸ ਨੇ ਕਿਹਦੇ ਨਾਲ ਕੀਤੀ ਬਹੁਤ ਹੀ ਇੰਪੋਰਟੈਂਟ ਥੋੜਾ ਅਲੱਗ ਜਿਹਾ ਸਵਾਲ ਤੁਹਾਨੂੰ ਯਾਦ ਵੀ ਨਹੀਂ ਹੋਣਾ ਕਈਆਂ ਨੂੰ ਕਾ ਇਜੀਪਟ ਨਾਲ ਸਾਊਦੀ ਫ੍ਰਾਂਸ ਸਿੰਗਾਪੁਰ ਇਜੀਪਟ ਸਾਊਦੀ ਫ੍ਰਾਂਸ ਸਿੰਗਾਪੁਰ ਇਜੀਪਟ ਸਾਊਦੀ ਫ੍ਰਾਂਸ ਸਿੰਗਾਪੁਰ हां जी बिल्कुल ठीक है। ਹੁਣ ਮੈਂ ਕੀ ਕਰਾਂ ਦੇਖੋ। ਸਮਨਦੇਵ ਦਾ ਫਿਰ ਸਭ ਤੋਂ ਉੱਤੇ ਆਇਆ ਮੇਰੇ ਕੋਲ ਆਨਸਰ। ਬਿਲਕੁਲ ਠੀਕ ਐ ਆਨਸਰ। ਸਰ ਤੁਸੀਂ ਦੇਖ ਨਹੀਂ ਰਹੇ ਸਹੀ ਤਰ੍ਹਾਂ। ਦੇਖ ਰਿਹਾ ਮੇਰਾ ਵੀਰੇ ਆ ਰਹਿਣਾ ਕਰੋ। ਦੇਖੋ ਮੈਂ ਦੁਬਾਰੇ ਉਹੀ ਗੱਲ। ਇਹ ਕੰਪੀਟੀਸ਼ਨ ਆਪਣਾ ਚੱਲਿਆ ਹੋਇਆ ਬਟ ਜਿਹੜੀ ਇਹਦਾ ਪਿੱਛੇ ਮੇਨ ਮੋਟਿਵ ਹੈ ਨਾ ਉਹ ਨਹੀਂ ਭੁੱਲਣਾ ਆਪਾਂ। ਮੇਨ ਮੋਟਿਵ ਕੀ ਐ ਆਪਣੀ ਕਰੰਟ ਅਫੇਅਰ ਦੀ ਰਿਵੀਜ਼ਨ ਹੋਣੀ। ਮੇਨ ਮੋਟਿਵ ਕੀ ਆਪਣਾ ਪੇਪਰ ਪਾਸ ਹੋਣਾ। ਉਹ ਧਿਆਨ ਰੱਖਣਾ। ਉਹ ਬਸ ਇਹ ਨਾ ਕਰੋ ਕਿ ਸਰ ਤੁਸੀਂ ਦੇਖ ਨਹੀਂ ਰਹੇ। ਮੈਂ ਦੇਖ ਰਿਹਾ ਮੇਰੇ ਕੋਲ ਜਿਹੜਾ ਸਭ ਤੋਂ ਉੱਤੇ ਆ ਰਿਹਾ ਨਾ ਬਹੁ ਕਿ ਦਿੱਤਾ ਦਿੱ ਚਲਦੇ ਤਾਂ ਆਂਸਰ ਇਹਦਾ ਬਿਲਕੁਲ ਠੀਕ ਹੈ ਇਜੀਪਟ ਹੈ ਤੇ ਸੁਮਨਦੀਪ ਸਿੰਘ ਨੇ ਲੈ ਬਈ ਹੈਟਟ੍ਰਿਕ ਕਰ ਦਿੱਤੀ ਤਿੰਨ ਆਂਸਰ ਬੈਕ ਟੂ ਬੈਕ ਟੂ ਬੈਕ ਜੀਤ ਤੇ ਵਾਸੂ ਕੀ ਗੱਲ ਹੋ ਗਈ ਪਾਜੀ ਚਲੋ ਅਗਲਾ ਸਵਾਲ 4 ਨੰਬਰ ਦਾ ਸਵਾਲ ਤੁਹਾਡੇ ਲਈ ਇਹ ਰਿਹਾ ਰਵੀ ਕੁਮਾਰ ਦਹੀਆ ਨੂੰ ਮਿਲਿਆ ਮੇਜਰ ਧਿਆਨ ਚੰਦ ਖੇਲਰਤਨ ਅਵਾਰਡ ਬਿਲਕੁਲ ਮਿਲਿਆ ਉਹਦੀ weight category ਕਿੰਨੀ ਸੀ wrestling ਵਿੱਚ 47 57 67 ਆ ਫਿਰ 77 47 57 67 ਆ ਫਿਰ 77 ਰਵੀ ਕੁਮਾਰ ਦਹੀਆ ਦੀ category ਕਿੰਨੀ ਸੀ ਇਹਨੂੰ ਬੰਦ ਕਰੋ ਸਿੰਪਲੀ ਕਰਵਾ ਦਿਓ ਬਤਾਓ ਕੀ ਫਾਇਦਾ ਹੋ ਗਿਆ ਫਿਰ ਤਾਂ ਜੀ ਜੀਤ ਦਾ ਆ ਗਿਆ ਆਨਸਰ ਬਿਲਕੁਲ ਠੀਕ ਹੈ ਆ ਲੈਗਾ ਜੀਤ ਮਾਰਿਆ ਚੌਕਾ ਕਹਿੰਦੇ ਲੈ ਫਿਰ ਭਗਾ ਭਗਾ ਕੇ ਕਹਿੰਦੇ ਲੈ ਵੀ ਜੀਤ ਨੇ ਬਿਲਕੁਲ ਠੀਕ ਆਨਸਰ ਦਿੱਤਾ ਜੀਤ ਦਾ ਸਭ ਤੋਂ ਪਹਿਲਾਂ ਜੀਤ ਦੇ ਜੀਤ ਦੇ ਹੋ ਗਏ +4 ਸਿੱਧਾ ਹੀ ਜੀਤ ਆ ਗਿਆ 8 ਨੰਬਰ ਤੇ ਹੁਣ ਟੌਪ ਤੇ ਹੈ ਜੀਤ ਚਲੋ ਬਹੁਤ ਵਧੀਆ ਤੇ ਅਗਲਾ ਸਵਾਲ 6 ਨੰਬਰ ਦਾ ਹੈ ਤਾਂ ਜੀ ਥੋੜਾ ਧਿਆਨ ਨਾਲ ਅਗਲਾ ਸਵਾਲ 6 ਨੰਬਰ ਦਾ ਹੈ ਧਿਆਨ ਨਾਲ ਸੁਣੋ ਕੰਨ ਲਾ ਕੇ ਦੇਖ ਲਓ ਜੇ ਕਿਸੇ ਨੇ ਹੁਣ ਤੱਕ ਕਲਾਸ ਨੂੰ ਲਾਈਵ ਤੇ ਨਹੀਂ ਰੱਖਿਆ ਥੋੜਾ ਜਿਹਾ 1 2 ਸਕੰਡ ਜੇ ਪਿੱਛੇ ਹੋਇਆ ਤੁਸੀਂ 1 2 ਸਕੰਡ ਤੋਂ ਪਿੱਛੇ ਰਹਿ ਜਾਓਗੇ ਅਗਲਾ ਸਵਾਲ ਤੁਹਾਡੇ ਅੱਗੇ ਇਹ ਰਿਹਾ ਲਾਈਫਟਾਈਮ ਅਚੀਵਮੈਂਟ ਅਵਾਰਡ ਕ culinary legend lifetime achievement award global food hospitality tourism adventure award ਵੀ ਕਿਹਨੂੰ ਮਿਲਿਆ ਸਾਰਾਂਛ ਗੋਇਲਾ ਗਗਨ ਆਨੰਦ ਵਿਕਾਸ ਖਰਨਾ ਕੇ ਦਮੋਦਰਨ ਸਰਾਸ਼ ਗੋਇਲਾ ਗगन ਆਨੰਦ ਵਿਕਾਸ ਖੰਨਾ ਜਾਂ ਫਿਰ ਕੇ ਦਮੋ ਧਰਮ ਸੁਮਨਦੀਪ ਨੇ ਗੋਇਲਾ ਕਿਹਾ ਹੈ ਬਾਕੀ ਵੀ ਕੇ ਵੀ ਕੇ ਕਹਿੰਦੇ ਨੇ ਆਨਸਰ ਇਹਦਾ ਦੇਖ ਲਿਏ ਕੇ ਦਮੋ ਧਰਮ ਤਾਂ ਹਰੀਸ਼ 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 ਲੇਗਾ ਅਨਸਰ ਹਰੀਸ਼ ਲੁੱਟ ਗਿਆ ਮੇਲਾ ਥੋੜਾ ਹਰੀਸ਼ ਲੇਗਾ ਅਨਸਰ ਹਰੀਸ਼ ਦੇ ਆਗੇ 6 ਤਾਂ ਬਾਟਾ ਪਾ ਟੌਪ ਦੀ ਗੱਲ ਕਰੀਏ ਇਹਦੇ ਵਿੱਚ ਟੌਪ ਤੇ ਰਹੇ ਆਪਣੇ ਕਿਹੜੇ ਭਾਜੀ ਰਹੇ ਟੌਪ ਤੇ ਟੌਪ ਤੇ ਰਹੇ ਆਪਣੇ ਜੀਤ ਭਾਜੀ ਰਹੇ ਪੰਜਾਬ ਦੀ ਬੈਟਿੰਗ ਹੋਈ ਖਤਮ ਟਾਪ ਤੇ ਰਹੇ ਚਲੋ ਭਾਜੀ ਹਾਂ ਟਾਪ ਤੇਰੇ ਜੀਤ ਭਾਜੀ 8 ਨਾਲ ਹਰੀਸ਼ ਭਾਜੀ 6 ਨਾਲ ਤੇ ਵਾਸੂ ਦੇ ਨੇ 4 ਹਾਂ ਇਹ ਰਹਿ ਗਏ ਆਪਣੇ ਟਾਪ 3 ਇਹਨਾਂ ਦੀ ਫੋਟੋ ਲੈ ਲੈਨੇ ਆਪਾਂ ਫੋਟੋ ਲੈ ਲੈਨੇ ਇਹਨਾਂ ਦੀ ਆਪਾਂ ਤੇ ਫਿਰ ਅਗਲੀ ਆਪਾਂ ਬੈਟਿੰਗ ਸ਼ੁਰੂ ਕਰਦੇ ਕਿਹੜੀ ਟੀਮ ਦੀ ਹੁਣ ਆ ਗਈ ਜੀ ਬੈਟਿੰਗ ਰਾਜਸਥਾਨ ਰਾਇਲਸ ਵਾਲਾ ਦੀ ਠੀਕ ਹੈ ਇਹਨੂੰ ਸਾਫ਼ ਕਰ ਦਈਏ ਇਹਨੂੰ ਕਰ ਦਨੇ ਆਪਾਂ ਸਾਫ਼ ਹੁਣ ਜੀ ਬੈਟਿੰਗ ਆਪਣੀ ਕਿਹਦੀ ਹੈ ਰਾਜਸਥਾਨ ਵਾਲਾ ਦੀ ਬੈਟਿੰਗ ਹੈ ਤਗੜੇਓ ਤਿਆਰ ਰਹੋ ਤਾਂ ਜੀ ਅੰਤ ਸਵਾਲ ਤੁਹਾਡੇ ਅੱਗੇ ਤੁਹਾਡੀ ਕੰਪਿਊਟਰ ਸਕਰੀਨਾਂ ਫੋਨ ਸਕਰੀਨਾਂ ਜੇ ਤੇ ਟੈਬਲੇਟਾਂ ਉੱਤੇ ਇਹ ਰਿਹਾ ਆਰਮੀ ਚੀਫ ਨੇ ਕਿਹ ਇੱਕ ਐਕਸਰਸਾਈਜ਼ ਸ਼ੁਰੂ ਕੀਤੀ ਦੱਖਣ ਸ਼ਕਤੀ ਕਿੱਥੇ ਕੀਤੀ ਜੈਸਲਮੇਰ ਸੂਰਤ ਪਟਨਾ ਦੇਰਾਦੂਨ ਜੈਸਲਮੇਰ ਸੂਰਤ ਪਟਨਾ ਦੇਰਾਦੂਨ ਦੱਸੋ ਛੇਤੀ ਛੇਤੀ ਜੈਸਲਮੇਰ ਸੂਰਤ ਪਟਨਾ ਦੇਰਾਦੂਨ ਪੂਰਬ ਪੱਛੀਮ ਉੱਤਰ ਦੱਖਣ ਉਹ ਨਾਲ ਲਾ ਲਓ ਕਿਉਂਕਿ ਸਾਊਥ ਦੀ ਕੋਈ ਸਿਟੀ ਹੈ ਨਹੀਂ ਇੱਥੇ ਜੈਸਲਮੇਰ ਸੂਰਤ ਪਟਨਾ ਦੇਰਾਦੂਨ ਤਾਂ ਸ਼ਰਨਦੀਪ ਦਾ ਬਿਲਕੁਲ ਠੀਕ ਆਨਸਰ ਆ ਗਿਆ ਸਰਕਲ ਤੋਂ ਪਿਆਰ ਬੰਡਿਆ ਕਰੋ ਹੈ ਮੈਂ ਤਾਂ ਪਿਆਰ ਹੀ ਬੰਡਦਾ ਵੀਰੇ ਆਪਾਂ ਹੋਰ ਕੁਝ ਕਰਦੇ ਤਾਂ जैसलमेर ਬਿਲਕੁਲ ਠੀਕ ਹੈ ਅਨਸਰ ਤੇ ਸ਼ਰਨ ਦਾ ਆ ਗਿਆ ਪਹਿਲਾ ਅਨਸਰ ਸ਼ਰਨ ਨੇ ਕੀਤਾ ਆਪਣਾ ਖਾਤਾ ਖੋਲਤਾ ਪਹਿਲੀ ਗੇਂਦ ਪਰ ਬਿਲਕੁਲ ਹੀ ਇੱਕ ਰਨ ਲੈ ਕੇ ਸ਼ਰਨ ਦੀ ਬਹੁਤ ਹੀ ਬੜੀਆ ਖੇਲਤੇ ਹੋਏ ਚਲੋ ਦੂਜੇ ਸਵਾਲ ਵੱਲ ਚਲੀਏ ਜੇ ਆਪਾਂ ਤਾਂ ਦੂਜਾ ਸਵਾਲ ਵਿਚ ਆਫ ਦਾ ਫੋਲੋਇੰਗ ਹੈਜ਼ ਪਾਰਟਨਰਡ ਵਿਦ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਨਾਲ ਉਡਾਣ ਸਕੀਮ ਦੇ ਅੰਡਰ ਉੜੇ ਦੇਸ਼ ਦਾ ਆਮ ਨਾਗਰ ਜਿਹੜੀ ਸਕੀਮ ਹੈ ਉਹਦੇ ਅੰਡਰ ਕਿਹਦੇ ਨਾਲ ਟਾਈਪ ਕੀਤਾ ਯਾਤਰਾ ਕਲੀਅਰ ਟ੍ਰਿਪ ਇਜ਼ ਮਾਈ ਟ੍ਰਿਪ ਜਾਂ ਫਿਰ ਮੇਕ ਮਾਈ ਟ੍ਰਿਪ ਦੱਸੋ ਯਾਤਰਾ ਕਲੀਅਰ ਟ੍ਰਿਪ ਇਜ਼ ਮਾਈ ਟ੍ਰਿਪ ਜਾਂ ਫਿਰ ਮੇਕ ਮਾਈ ਟ੍ਰਿਪ ਤਾਂ ਐਮ ਐਮਟੀ ਕਿਹਾ ਹੈ ਵਾਸੂ ਸ਼ਰਮਾ ਨੇ ਦੇਖੋ ਸਭ ਤੋਂ ਉੱਤੇ ਐਮ ਐਮਟੀ ਆ ਫਿਰ ਸੁਮਨਦੀਪ ਦਾ ਈਜ਼ ਆਇਆ ਪਿਆਰ ਨਹੀਂ ਸਰ ਪਲੇਅਰ ਜੀ ਪਲੇਅਰ ਵੰਡਿਆ ਕਰੀਏ ਯਾਰ ਔਖਾ ਹੋ ਜਾਣਾ ਪਤਾਇਆ ਮੈਨੂੰ ਨਹੀਂ ਪਤਾ ਤੁਸੀਂ ਹਰ ਕਲਾਸ ਲਾਉਂਗੇ ਕਿ ਨਹੀਂ ਮੈਂ ਤਾਂ ਪਤਾ ਹੀ ਕਿ ਸੋਚਿਆ ਸੀ ਮੈਂ ਥੋੜੀ ਨਾ ਦੋ ਟੀਮਾਂ ਵੰਡ ਦਿੰਦਾ ਠੀਕ ਹੈ ਜਿੱਦਾਂ ਕਿ 124 ਬੱਚਾ ਹੈ ਮੈਨੂੰ ਨਹੀਂ ਪਤਾ ਤੁਸੀਂ ਆਉਂਗੇ ਕੱਲ ਕਿ ਨਹੀਂ 60 ਇੱਕ ਪਾਸੇ 60 ਇੱਕ ਪਾਸੇ ਤੇ ਇੱਕ ਇਸ ਪੁੱਛਣਾ ਸੀ ਇੱਕ ਇਸ ਟੀਮ ਤੋਂ ਪੁੱਛਣਾ ਸੀ ਇੱਕ ਇਸ ਟੀਮ ਤੋਂ ਪੁੱਛਣਾ ਸੀ ਤੇ ਟਾਈਮਰ ਲਾਣਾ ਸੀ ਕਿ ਇੰਨੇ ਟਾਈਮ ਵਿੱਚ ਦੇਣਾ ਤੁਸੀਂ ਸਹੀ ਦੋਗੇ ਗਲਤ ਕਰੋਗੇ ਬਟ ਮੈਨੂੰ ਪਤਾ ਨਹੀਂ ਯਾਰ ਤੁਸੀਂ ਆਉਂਗੇ ਕਿ ਨਹੀਂ ਛੇਤੀ ਤਾਂ ਆਨਸਰ ਬਿਲਕੁਲ ਠੀਕ ਹੈ ਐਮ ਐਮਟੀ ਤੇ ਆਨਸਰ ਦਿੱਤਾ ਹੈ ਵਾਸੂ ਸ਼ਰਮਾ ਨੇ ਠੀਕ ਹੈ ਵਾਸੂ ਨੇ ਦਿੱਤਾ ਆਨਸਰ ਸਹੀ ਪਹਿਲਾਂ ਬਿਲਕ ਚਲੋ ਅਗਲਾ ਸਵਾਲ ਇਨ ਵਿਚ ਆਫ ਦਾ ਫੋਲੋਇੰਗ ਸਟੇਟ ਵਰਲਡ ਦਾ ਟੋਲੈਸਟ ਬ੍ਰਿਜ ਪੇਅਰ ਬੀਇੰਗ ਬਿਲਟ ਬਾਈ ਦਾ ਇੰਡੀਅਨ ਰੇਲਵੇ ਬਹੁਤ ਹੀ ਇੰਪੋਰਟੈਂਟ ਸਵਾਲ ਮਣੀਪੁਰ ਤ੍ਰਿਪੁਰਾ ਅਰੁਣਾਚਲ ਪ੍ਰਦੇਸ਼ ਜਾਂ ਫਿਰ ਅਸਮ ਮਣੀਪੁਰ ਤ੍ਰਿਪੁਰਾ ਅਰੁਣਾਚਲ ਪ੍ਰਦੇਸ਼ ਜਾਂ ਫਿਰ ਅਸਮ ਕੀ ਹੋ ਜਾਊਗਾ ਮਣੀਪੁਰ ਤ੍ਰਿਪੁਰਾ ਅਰੁਣਾਚਲ ਪ੍ਰਦੇਸ਼ ਜਾਂ ਫਿਰ ਅਸਮ ਕੀ ਹੋਊਗਾ ਇਹਦਾ ਆਨਸਰ ਛੇਤੀ ਛੇਤੀ ਗੁਰਕੀਰਤ ਚੋਹਾਨ ਨੇ ਕਰਤਾ ਇਸ ਵਾਰ सुमन ਪਾਜੀ ਤੁਹਾਡੇ ਤੋਂ ਵੀ ਅੱਗੇ ਆ ਗਏ ਗੁਰਪ੍ਰਮੋਦ ਦੀਪ ਦਾ ਵੈਸੇ ਵੀ ਗਲਤ ਸੀ ਆਨਸਰ ਆਨਸਰ ਬਿਲਕੁਲ ਠੀਕ ਹੈ ਮਣੀਪੁਰ ਤਾਂ ਜੀ ਗੁਰਕੀਰਤ ਦਾ ਆਨਸਰ ਆਇਆ ਇਹ ਗੁਰਕੀਰਤ ਦਾ ਆਨਸਰ ਹੈ ਬਾਈ ਨੇ ਐ ਲਿਖਿਆ ਹੋਇਆ ਕੁਝ ਕਰਕੇ ਬਟ ਐਂ ਲਿਖ ਦਿਨਾ ਮੈਂ ਵੀ ਗੁਰਕੀਰਤ ਹੋ ਗਿਆ ਤੁਹਾਡੇ ਅੱਗੇ ਦੇਖੋ ਇੱਕ ਘਰ ਸੈਸ਼ਨ ਦੇਖੋ ਵਧੀਆ ਲੱਗ ਰਿਹਾ ਜੀ ਇਨੀਸ਼ੀਏਟਿਵ ਥੋੜਾ ਜਿਹਾ ਮੈਂ ਚੱਕੇ ਹੋਏ ਨਹੀਂ ਇਨੀਸ਼ੀਏਟਿਵ ਜੇ ਵਧੀਆ ਲੱਗੇ ਨਾ ਇੱਕ ਨਾ ਲਾਈਕ ਕਰ ਦਿਓ ਇੱਕ ਨਾ ਨਾਲ ਵਾਲਿਆਂ ਨੂੰ ਦੱਸਿਆ ਕਰੋ ਯਾਰ ਗੱਲ ਹੋਈ ਸਵਾਦ ਕਦੋਂ ਆਊਗਾ ਸੋਚੋ 200 ਜਿਹੜੇ ਬੈਠੇ ਹੋ ਤੁਸੀਂ ਤੁਹਾਡੇ ਆਨਸਰ ਆ ਰਹੇ ਨੇ ਇਹ ਕਰਦਾ ਆਨਸਰ ਚਲੋ ਤਾਂ ਅਗਲਾ ਸਵਾਲ ਆਪਾਂ ਅੱਗੇ ਇਹ ਰਿਹਾ ਵਿਚ ਆਫ ਦਾ ਫੋਲੋਇੰਗ ਸਟੇਟ ਜਿਨ੍ਹਾਂ ਨੇ ਅਪਰੂਵ ਕਰਤੀ ਸਾਈਬਰ ਤਹਿਸੀਲ ਬਣਾਉਣ ਲਈ ਸਾਈਬਰ ਤਹਿਸੀਲ ਬਣਾਉਣ ਲਈ ਕਿਹਨੇ ਅਪਰੂਵ ਕੀਤਾ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਮਹਾਰਾਸ਼ਟਰ ਆ ਫਿਰ ਤੇਲੰਗਨਾ मध्यप्रदेश उत्तर प्रदेश महाराष्ट्र या फिर तेलंगाना चलो मध्यप्रदेश उत्तर प्रदेश महाराष्ट्र या फिर तेलंगाना येदा आंसर की होजुगा महाराष्ट्र कहंदे ने सुमन पाजी सुमन पाजी तुसी ए ना करो यार गुरकीरत चौहान दा बिल्कुल ठीक आ गया दोबारा आंसर गुरकीरत चौहान दा बिल्कुल ठीक आ गया आंसर आ गया मध्यप्रदेश मध्यप्रदेश हो गया बिल्कुल ठीक आंसर मध्यप्रदेश हो गया बिल्कुल ठीक ता गुरकीरत गुरकीरत दे हो गए दो गुरकीरत दे हो गए दो ਚਲੋ ਅਗਲੇ ਸਵਾਲ ਵੱਲ ਚਲੀਏ ਜੇ ਪਹਿਲੀ ਵਾਰ ਇੱਕ ਹਾਈਬ੍ਰਿਡ ای ਵਿਟੋਲ ਡਰੋਨ ਯੂਜ਼ ਕੀਤਾ ਗਿਆ ਮੈਡੀਸਨ ਡਿਲੀਵਰੀ ਲਈ ਕਿੱਥੇ ਕੀਤਾ ਗਿਆ ਸਿੱਧਾ ਦਾ ਸਵਾਲ ਹੈ ਧਿਆਨ ਰੱਖਣਾ ਦੋ ਤਰ੍ਹਾਂ ਦੇ ਸੀਗੇ ਕਿ ਤੇਲੰਗਨਾ ਵਿੱਚ ਵੀ ਹੋਈ ਸੀਗੇ ਤਾਂ ਹੀ ਮੈਂ ਇੱਥੇ ਨਾ ਲਿਖਿਆ ਹਟ ਤੋਂ ای ਵਿਟੋਲ ਡਰੋਨ ਤਾਂ ਇਹ ਜਿਹੜੇ ای ਵਿਟੋਲ ਡਰੋਨ ਨੇ ਇਹ ਕਿੱਥੇ ਹੋਇਆ ਮਣੀਪੁਰ ਤੇਲੰਗਨਾ ਕੇਰਲਾ ਮੰਗਾਲਿਆ ਮਣੀਪੁਰ ਤੇਲੰਗਨਾ ਕੇਰਲਾ ਮੰਗਾਲਿਆ ਵਾਸੂ ਸ਼ਰਮਾ ਦਾ ਕੇਰਲਾ ਗਲਤ ਹੈ ਆਨਸਰ ਸੌਰੀ ਟੂ ਸੇਬਿਰ ਜੀ ਆਨਸਰ ਇਹਦਾ ਦੇਖ ਲੈਨੇ ਆਪਾਂ ਆਨਸਰ ਹੋ ਗਿਆ ਇਹਦਾ ਮੈਂ ਘੱਲ ਲਿਆ ਤੇ ਮੇਰੇ ਕੋਲ ਸਭ ਤੋਂ ਪਹਿਲਾਂ ਮੇਗ ਕਿਹਦਾ ਆਇਆ ਹੈ ਸਾਰੇ ਟੈਲੀ ਟੈਲੀ ਕਰ ਰਹੇ ਨੇ ਮੇਗ ਆਇਆ ਗੁਰਸੇਵਕ ਭਾਜੀ ਲਾਓ ਵੀ ਗੁਰਸੇਵਕ ਭਾਜੀ ਨੇ ਵੀ ਅੱਜ ਓਪਨਿੰਗ ਕਰਤੀ ਆਪਣੀ ਬਹੁਤ ਹੀ ਵਧੀਆ ਮੇਰਾ ਵੀਰ ਮੈਂ ਇਹੀ ਕਿਹਾ ਆਪਾਂ ਦਿਮਾਗ ਤੇਜ ਰੱਖਣਾ ਬਟ ਆਪਾਂ ਆਨਸਰ ਸਹੀ ਕਰਨਾ ਕਿਉਂਕਿ ਇਨ ਦੀ ਐਂਡ ਕੀ ਚੀਜ਼ ਯਾਦ ਰੱਖਣੀ ਹੈ ਇਨ ਦੀ ਐਂਡ ਧਿਆਨ ਰੱਖਣਾ ਆਪਣੇ ਦਿਮਾਗ 'ਚ ਪੇਪਰ ਜਿਹੜਾ ਵੀ ਪੇਪਰ ਦੀ ਤਿਆਰੀ ਕਰ ਰਹੇ ਤੁਸੀਂ ਪੀਪੀਐਸਸੀ ਦੇ ਰਹੇ ਹੋ ਪੀਐਸ ਪੀਸੀਐਲ ਦੇ ਰਹੇ ਹੋ ਤੁਸੀਂ ਉਹ ਪੇਪਰ ਧਿਆਨ 'ਚ ਰੱਖਣਾ ਤੇਜ਼ੀ ਰੱਖੋ ਬਿਲਕੁਲ ਰੱਖੋ ਕੰਪੀਟੀਸ਼ਨ ਚੱਲ ਰਿਹਾ ਬਹੁਤ ਵਧੀਆ ਗੱਲ ਹੈ ਉਹ ਕਿਉਂਕਿ ਇਹ ਮੈਂ ਤਾਂ ਹੀ ਕੀਤਾ ਇਹ ਸ਼ੁਰੂ ਕਿ 5 ਸੈਕਿੰਡ ਦੇ ਅੰਦਰ ਦਾ ਤੁਹਾਡੇ ਦਿਮਾਗ 'ਚ ਜਿਹੜਾ ਆਨਸਰ ਆ ਗਿਆ ਤੁਹਾਡਾ ਘਟੋ-ਘਟ ਪੇਪਰ ਵਿੱਚ ਕਰੰਟ ਅਫੇਅਰ 'ਚ ਤੁਹਾਡਾ ਟਾਈਮ ਨਹੀਂ ਵੇਸਟ ਹੋਊਗਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਜੇ ਮੇਥੋਂ ਪੜ ਰਹੇ ਹੋ ਤਾਂ ਤੁਸੀਂ ਕਰੰਟ ਅਫੇਅਰ ਵਿੱਚ ਆਪਣਾ ਟਾਈਮ ਗਾੜ ਰਹੇ ਹੋ ਮੈਂ ਇਹ ਨਹੀਂ ਚਾਹੁੰਦਾ ਬਸ ਪਿਨਾਕਲ ਫਿਊਚਰ ਇੱਕ ਮਿੰਟ ਦੇਖ ਲੈਂਦਾ ਮੈਂ ਲੋ ਯਾਰ ਤੁਹਾਡੇ ਲਈ ਯਾਰ ਇਹ ਵੀ ਗੱਲ ਬਣੀ ਆ ਕੋਈ ਤਾਂ ਮੈਂ ਗੱਲ ਆ ਮੈਂ ਦੱਸਦਾ ਸਭ ਤੋਂ ਪਹਿਲਾਂ ਮੈਂ ਦੱਸਦਾ ਤੁਹਾਨੂੰ ਕੇਰਲਾ ਕੇਰਲਾ ਇਹ ਪਹਿਲਾਂ ਫਿਰ ਟੈਲੀ ਟ ਪਹਿਲਾ ਗੁਰਸੇਵਕ ਸਿੰਘ ਦਾ ਆ ਫਿਰ ਰਮਨ ਰਾਜਨ ਫਰੀਦ ਸਿੰਘ ਦਾ ਐਵੇਂ ਗੱਲਿਆ ਫਿਰ ਉਹ ਤੋਂ ਬਾਅਦ ਆ ਪੈਨਾਕਲ ਫਿਊਚਰ ਤੁਹਾਡਾ ਸੌਰੀ ਹੈ ਨਾ ਚਲੋ ਅਗਲਾ ਸਵਾਲ ਆਪਾਂ ਚੱਲਦੇ ਆ ਇਹ ਰਿਹਾ ਟਾਈਮ ਮੈਗਜ਼ੀਨ ਨੇ ਟਾਈਮ ਮੈਗਜ਼ੀਨ ਐਕਸੀਡੈਂਟ ਅਵਾਰਡ ਦਿੱਤੇ ਤਾਂ ਇਹਨਾਂ ਵਿੱਚੋਂ ਕਿਹਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਟਾਈਮ ਮੈਗਜ਼ੀਨ ਦੇ ਅਵਾਰਡ ਨੇ ਕੁਝ ਵੀ ਇੰਪੋਰਟੈਂਟ ਨੇ ਸਾਰੇ ਅਵਾਰਡ ਦੱਸੋ ਸੋਲੀ ਸਰਪ ਜੀ ਡੀਸੀ ਸਿੰਘਾਨੀਆ ਮੁਕੁਲ ਰੋਹਟਕੀ ਜਾਂ ਫਿਰ ਫਲੀਅਸ ਨਰੀਮਨ ਦੱਸੋ ਨਹੀਂ ਨਹੀਂ ਪੀਨਾਕਲ ਫਿਊਚਰ ਮੈਂ ਇਹਦਾ ਕੁਝ ਨਹੀਂ ਕਰ ਰਹਾ ਦੁਬਾਰਾ ਚੈਟ ਖੋਲੋ ਫਿਰ ਦੇਖੋ ਗਾਇਜ਼ ਕਿਸਕਾ ਉੱਪਰ ਆਜੀ ਰੁਕੋ ਇਹਸਾਂ ਅਨਸਰ ਤੋਂ ਬਾਅਦ ਦੇਖਦੇ ਆ ਤਾਂ ਤੁਸੀਂ ਮੁਕਲ ਕਿਹਾ ਮੁਕਮੁਕ ਕਿਹਾ ਇਹਦਾ ਅਨਸਰ ਹੈ ਜੀ ਡੀਸੀ ਸਿੰਘਹਾਨੀਆ ਤਾਂ ਆਹ ਵੇਖੋ ਲਵਪ੍ਰੀਤ ਸਿੰਘ ਹੁਣ ਮੈਂ ਦਿਖਾਉ ਮੇਰੇ ਕੋਲ ਕਿੱਦਾਂ ਆਇਆ ਇਹਨਾਂ ਅਨਸਰ ਮੈਂ ਤੁਹਾਨੂੰ ਦਿਖਾਉਂਗਾ ਨਾ ਫੋਟੋ ਖਿੱਚ ਕੇ ਜੇ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਇਹ ਆ ਲੈ ਲੀ ਫੋਟੋ ਮੈਂ ਤੇ ਆਹ ਵੇਖੋ ਜੇ ਤੁਹਾਨੂੰ ਦਿਖ ਰਿਹਾ ਮੈਨੂੰ ਨਹੀਂ ਪਤਾ ਤੁਹਾਨੂੰ ਦਿਖ ਰਿਹਾ ਕਿ ਨਹੀਂ ਨਹੀਂ ਦਿਖ ਰਿਹਾ ਨਾ ਮਤਲਬ ਮੇਰੇ ਕੋਲ ਸਭ ਤੋਂ ਪਹਿਲਾਂ ਇਹ ਜੀਤ ਦਾ ਹੈ ਜੀਤ ਨੇ ਲਿਖਿਆ ਐਮ ਯੂ ਕੇ ਕਰਕੇ ਲਿਖਿਆ ਉਹਨੇ ਤਾਂ ਦੂਜੇ ਨੰਬਰ ਤੇ ਸਭ ਤੋਂ ਪਹਿਲਾਂ ਜਿਹੜਾ ਸਹੀ ਆਨਸਰ ਹੈ ਲਵਪ੍ਰੀਤ ਸਿੰਘ ਦਾ ਹੈ ਹੁਣ ਮੈਂ ਲਵਪ੍ਰੀਤ ਨੂੰ ਦਊਂਗਾ ਨਹੀਂ ਤਾਂ ਨੰਬਰ ਫਿਰ ਮੇਰੇ ਕੋਲ ਸਭ ਤੋਂ ਪਹਿਲਾਂ ਤਾਂ ਲਵਪ੍ਰੀਤ ਦਾ ਆ ਗਿਆ ਬਿਲਕੁਲ ਠੀਕ ਹੈ ਆਨਸਰ ਇਹਦਾ ਆਨਸਰ ਦਿਓ ਇਨਾ ਛੇਤੀ ਧਿਆਨ ਰੱਖੋ ਮੈਂ ਇੱਥੇ ਚਲੋ ਕੀ ਸਵਾਲ ਕਹਿੰਦਾ ਭਾਰਤੀ Airtel ਨੇ ਪਹਿਲਾ 5G ਟ੍ਰਾਇਲ ਕੀਤਾ 700 ਮੀਗਾਹਰਟਜ਼ ਬੈਂਡ ਨਾਲ ਕਿਹੜੀ ਕੰਪਨੀ ਨਾਲ ਮਿਲ ਕੇ Vivo Samsung Nokia Motorola ਬਾਲ ਨੂੰ ਭੁੱਲ ਜਾ ਬਾਲ ਨਹੀਂ ਹੈ ਕੁਝ Vivo Samsung Nokia Motorola ਤਾਜੀ ਆਨਸਰ ਵੀ ਆਣ ਲੱਗੇ ਬਹੁਤ ਸ਼ੇਤੀਰ ਕਾ ਪਿਆ ਹੋਇਆ ਹੈ ਤਾਂ ਜੀ ਸੁਮਨਦੀਪ ਸਿੰਘ ਨੇ ਬਿਲਕੁਲ ਠੀਕ ਆਨਸਰ ਕੀਤਾ ਇਹਦਾ ਆਨਸਰ ਹੋ ਜਾਂਦਾ ਹੈ ਕੀ ਹੋ ਜਾਂਦਾ ਹੈ ਆਨਸਰ ਇਦਾਂ ਨੋਕੀਆ ਹੋ ਜਾਂਦੇ ਆਨਸਰ ਸੁਮਨ ਭਾਜੀ ਨੇ ਇਹਦੇ ਵਿੱਚ ਆਪਣੀ ਕਰਤੀ ਹੈ ਓਪਨਿੰਗ ਆ ਲੈ ਵੀ ਸੁਮਨ ਨੇ ਵੀ ਖਰਤਾ ਖੋਲਤਾ ਆਪਣਾ ਖਾਤਾ ਸੁਮਨ ਨੇ ਵੀ ਖੋਲਤਾ ਆਪਣਾ ਖਾਤਾ ਚਲੋ 20th ਮੀਟਿੰਗ ਹੋਈ ਸੀ ਐਸਈਏਓ ਦੇ ਮਤਲਬ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਕਾਉਂਸਲ ਆਫ ਹੈਡ ਆਫ ਗਵਰਨਮੈਂਟ ਦੀ ਕੀ ਦੀ ਚੇਅਰਮੈਨਸ਼ਿਪ ਸੀਗੀ ਕਜ਼ਾਕਿਸਤਾਨ ਦੀ ਰਸ਼ੀਆ ਦੀ ਉਜ਼ਬੇਕਿਸਤਾਨ ਦੀ ਜਾਂ ਫਿਰ ਪਾਕਿਸਤਾਨ ਦੀ ਰਜਵਿੰਦਰ ਕੌਰ ABCD ਨਾ ਕਰੋ ਮੈਨੂੰ ਨਹੀਂ ਪਤਾ ਲੱਗਦਾ ਫਿਰ ਤੁਸੀਂ ਪਿਛਲੇ ਆਨਸਰ ਦੀ ਕਰ ਰਹੇ ਹੋ ਇਸ ਆਨਸਰ ਦੀ ਕਰ ਰਹੇ ਹੋ ਹੈਨਾ ਕਜ਼ਾਕਿਸਤਾਨ ਰਸ਼ੀਆ ਉਜ਼ਬੇਕਿਸਤਾਨ ਜਾਂ ਫਿਰ ਪਾਕਿਸਤਾਨ ਤਾਂ ਜੀ ਸੁਮਨਦੀਪ ਸਿੰਘ ਨੇ ਕਿਹਾ ਉਜ਼ਬੇਕਿਸਤਾਨ ਤਾਂ ਜੀ ਬਿਲਕੁਲ ਗਲਤ ਆਨਸਰ ਹੁਣ ਦੇਖੋ ਬਾਸੂ ਸ਼ਰਮਾ ਦਾ ਆਇਆ ਮੇਰੇ ਕੋਲ ਕਾਜ਼ ਚਲੋ ਠੀਕ ਹੈ ਹੋਰ ਕਿਸੇ ਨੇ ਕਾਜ਼ ਕੀਤਾ ਨਹੀਂ ਗੁਰਸੇਵਕ ਸਿੰਘ ਨੇ ਕੀਤਾ ਸੀ ਕਾਜ਼ ਬਟ ਉਹਦਾ ਬਾਅਦ ਚ ਆਇਆ ਤਾਂ ਆਨਸਰ ਇਹਦਾ ਹੋ ਗਿਆ ਕਜ਼ਾਕਿਸਤਾਨ ਠੀਕ ਹੈ ਇਹ ਆ ਗਿਆ ਆਨਸਰ ਤੁਹਾਡਾ ਕਜ਼ਾਕਿਸਤਾਨ ਤਾਂ ਜੀ ਕਿਹਨੇ ਕੀਤਾ ਆਨਸਰ ਸੋਰੀ ਮੈਂ ਦੇਖਣਾ ਫਿਰ ਭੁੱਲ ਗਿਆ ਮੈਂ ਕਾਸ ਕਾਸ ਲਿਖਿਆ ਵਾਸੂ ਸ਼ਰਮਾ ਨੇ ਵਾਸੂ ਸ਼ਰਮਾ ਦੇ ਹੋਗੇ 2 ਲਓ ਵੀ ਗੁਰਕੀਰਤ ਦੇ ਵੀ 2 ਵਾਸੂ ਦੇ ਵੀ 2 ਬਾਕੀ ਸਾਰੇ 1 1 ਤੇ 22 ਨੇ ਬਾਕੀ ਟੈਨਸ਼ਨ ਨਹੀਂ ਜੜੀ 4 ਨੰਬਰ 6 ਨੰਬਰ ਵਾਲਾ ਸਵਾਲ ਦੇ ਵੇਟ ਕਰ ਸਕਦੇ ਤਾਂ ਕਰ ਲਓ ਬਾਕੀ ਇੰਟਰਸਟ ਲਓ ਇਹਦੇ ਵਿੱਚ ਚਲੋ ਸਾਇੰਟਿਸਟ ਐਟ ਵਿਚ ਆਫ ਦਾ ਫੋਲੋਇੰਗ ਇੰਸਟੀਟਿਊਟ ਡਿਵੈਲਪ ਕੀਤਾ ਫਰਸਟ ਆਫ ਇਟਸ ਕਾਈਂਡ ਡਿਵਾਈਸ ਜਿਹਦੇ ਵਿੱਚੋਂ ਕਹਿੰਦੇ ਔਨਸਾਈਡ ਪ੍ਰੋਡਕਸ਼ਨ ਹੋਗੀ ਅਲਟਰਾ ਪਿਅਰ ਹਾਈਡਰੋਜਨ ਦੀ ਅਲਟਰਾ ਪਿਅਰ ਹਾਈਡਰੋਜਨ ਦੀ ਕਹਿੰਦੇ ਪ੍ਰੋਡਕਸ਼ਨ ਹੋਗੀ ਕਿਹਨਾਂ ਨੇ ਕੀਤਾ ਇਹ BHU ਖੜਕਪੁਰ ਕਾਨਪੁਰ ਰੂੜਕੀ BHU ਖਣਕਪੁਰ ਕਾਨਪੁਰ ਰੁੜਕੀ ਤਾਂ ਸ਼ਰਨਦੀਪ ਨੇ ਰੋਰ ਕਰਕੇ ਲਿਖਤਾ ਦੇਖੀ ਆਨਸਰ ਕੀ ਹੋਗਾ ਇਹਦਾ ਦੋ ਚਾਰ ਆਨਸਰ ਕਰ ਦੋ ਪਹਿਲਾਂ ਮੈਨੂੰ ਐ ਨਾ ਕਰੋ ਸ਼ਰਨਦੀਪ ਦਾ ਆਇਆ ਮੈਂ ਸਮਝ ਗਿਆ ਵੀਰੇ ਰੋਰ ਰੋਰ ਮੈਂ ਇਹਨਾਂ ਕਰ ਲੈਣਾ ਮੈਂ ਕੱਲ ਵੀ ਕੀਤਾ ਨਾ ਜਦੋਂ ਸਪੈਲਿੰਗ ਮਿਸਟੈਕ ਹੋਇਆ ਟੈਨਸ਼ਨ ਲੈਣੀ ਆਨਸਰ ਇਹਦਾ IIT BHU ਤਾਂ BHU ਦੇਖੀ ਕਿਨੇ ਕੀਤਾ ਮੇਰੇ ਕੋਲ ਰੋਰ 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 ਆਇਆ ਪਹਿਲਾਂ ਸਾਰੇ ਫਿਰ ਵਾਸੂ ਸ਼ਰਮਾ ਨੇ ਕੀਤਾ BHU ਦੇਖੋ ਇੱਕ ਨੇ ਕਿਹਾ ਕਮੈਂਟ ਕਹਿੰਦੇ ਸਰ ਸਾਡਾ ਧਿਆਨ ਜਿੱਥੇ ਲੱਗ ਰਿਹਾ ਸਾਡਾ ਧਿਆਨ ਲੱਗ ਰਿਹਾ ਵੀ ਸਕੋਰਿੰਗ ਤੇ ਮੈਂ ਦੁਬਾਰੇ ਕਹਿਣਾ ਚਾਹੂੰਗਾ ਸਕੋਰਿੰਗ ਤੇ ਧਿਆਨ ਰੱਖਣਾ ਠੀਕ ਹੈ ਬਟ ਆਪਣਾ ਜਿਆਦਾ ਧਿਆਨ ਉਤੇ ਰੱਖੋ ਕਿ ਤੁਸੀਂ ਸਹੀ ਆਨਸਰ ਕਰ ਰਹੇ ਹੋ ਕਿ ਨਹੀਂ ਇਥੇ ਇਹਨਾਂ ਆਨਸਰ ਕਰਨਾ ਤੁਸੀਂ ਸਹੀ ਆਨਸਰ ਕਰ ਰਹੇ ਹੋ ਕਿ ਨਹੀਂ ਧਿਆਨ ਵਿੱਚ ਕੀ ਰੱਖਣਾ ਪੇਪਰ ਧਿਆਨ ਰੱਖਣਾ ਇਹਦੇ ਤੇ ਚੱਲ ਐਂਡ ਤੇ ਜਿਹੜਾ ਮੈਨ ਆਫ ਦਾ ਸੀਰੀਜ਼ ਬਣਿਆ ਜਿਹਦੇ ਸਭ ਤੋਂ ਜਿਆਦਾ ਨੰਬਰ ਬਣੇ ਇਥੇ ਟੋਟਲ ਉਹਨੂੰ ਆਪਾਂ ਦੇਵਾਂਗੇ ਕੋਈ ਜਿਹੜਾ ਗਿਫਟ ਦੇਵਾਂਗੇ ਬਟ ਆਪਾਂ ਧਿਆਨ ਕੀ ਰੱਖਣਾ ਆਪਣਾ ਆਪਣੇ ਘਰ ਵਾਲੇ ਨੂੰ ਕਿਹੜਾ ਗਿਫਟ ਦੇਣਾ ਆਪਣੇ ਘਰ ਵਾਲੇ ਨੂੰ ਦੇਣਾ ਆਪਣਾ ਅਸੀਂ ਆਪਣੀ ਨੌਕ ਆਪਣੀ ਜ਼ਿੰਦਗੀ ਨੂੰ ਕਿਹੜਾ ਗਿਫਟ ਦੇਣਾ ਅਸੀਂ ਆਪਣੀ ਜ਼ਿੰਦਗੀ ਨੂੰ ਦੇਣਾ ਨੌਕਰੀ ਦਾ ਗਿਫਟ ਤਾਂ ਉਹਨੂੰ ਧ ਸਹੀ ਆਨਸਰ ਕਰਨਾ ਕੋਈ ਗੱਲ ਨਹੀਂ ਬਟ ਆਪਣੀ ਜ਼ਿੰਦਗੀ ਨੂੰ ਆਪਣੇ ਘਰਦਿਆਂ ਨੂੰ ਉਹਨਾਂ ਨੂੰ ਦੇਖ ਕੇ ਆਪਣੀ ਜਿਹੜੀ ਨੌਕਰੀ ਜਿਹੜੀ ਰੱਖਣੀ ਹੈ ਨਾ ਉਹਨੂੰ ਦੇਖ ਕੇ ਕਰੋ ਤਾਂ ਬਸ ਇੰਨੀ ਗੱਲ ਧਿਆਨ ਰੱਖੋਗੇ ਨਾ ਕੋਈ ਚੱਕਰ ਨਹੀਂ ਹੈ ਤੁਹਾਡਾ ਐਂਡ 'ਚ ਵੀ ਆਨਸਰ ਆ ਰਿਹਾ ਨਾ ਕੋਈ ਚੱਕਰ ਨਹੀਂ ਤੁਹਾਨੂੰ ਪਤਾ ਸੀ ਆਨਸਰ ਬਸ ਉਹ ਮੈਟਰ ਕਰਦਾ ਠੀਕ ਹੈ ਕਿਸੇ ਦਾ ਨੈਟ ਤੇਜ ਹੈ ਸਲੋ ਹੈ ਕਿਸ ਨੇ ਛੇਤੀ ਕਰਤਾ ਕਿਸ ਦਾ ਉੱਤੇ ਆਏਗਾ ਥੱਲੇ ਆਏਗਾ ਉਹ ਕੁਝ ਗੱਲਾਂ ਮੈਟਰ ਨਹੀਂ ਕਰਦੀਆਂ ਬਸ ਇੰਨੀ ਗੱਲ ਧਿਆਨ ਰੱਖ ਕੇ ਚੱਲੋਗੇ ਨਾ ਸਾਰੇ ਪੇਪਰ ਪਾਸ ਹੋ ਜਾਓਗੇ ਚਲੋ ਅਗਲੇ ਸਵਾਲ ਵੱਲ ਓਲਾਫ ਸ਼ੋਲਜ਼ ਆ ਲੋ ਜੀ ਬਹੁਤ ਹੀ ਸੌਖਾ ਸਵਾਲ ਓਲਾਫ ਸ਼ੋਲਜ਼ ਨੈਕਸਟ ਚਾਂਸਲਰ ਬਣ ਚੁੱਕੇ ਨੇ ਕਿਹੜੀ ਕੰਟਰੀ ਦੇ ਡੈਨਮਾਰਕ ਸਵੀਡਨ ਪੋਲੈਂਡ ਜਰਮਨੀ ਡੈਨਮਾਰਕ ਸਵੀਡਨ ਪੋਲੈਂਡ ਜਾਂ ਫਿਰ ਜਰਮਨੀ ਕਿੱਥੋਂ ਦੇ ਚਾਂਸਲਰ ਬਣ ਚੁੱਕੇ ਨੇ ਇਹ ਡੈਨਮਾਰਕ ਸਵੀਡਨ ਪੋਲੈਂਡ ਜਾਂ ਫਿਰ ਜਰਮਨੀ ਚਲੋ ਚਲੋ ਤਾਂ ਜੀ ਸੁਮਨ ਭਾਜੀ ਦਾ ਆਇਆ ਹੈ ਸਭ ਤੋਂ ਪਹਿਲਾਂ ਦੇਖੋ ਲੇਟ ਆ ਰਿਹਾ ਅੰਤਰ ਨੂੰ ਤੁਹਾਡੇ ਵਾਸੂ ਸ਼ਰਮਾ ਨੇ ਗਲਤ ਕਰਤਾ ਅੰਤਰ ਸੁਮਨਦੀਪ ਸਿੰਘ ਦਾ ਬਿਲਕੁਲ ਠੀਕ ਆਨਸਰ ਆਨਸਰ ਹੋ ਜਾਂਦਾ ਇਹਦਾ ਜਰਮਨੀ ਜਰਮਨੀ ਹੋ ਜਾਂਦਾ ਇਹਦਾ ਆਨਸਰ ਬਹੁਤ ਹੀ ਇੰਪੋਰਟੈਂਟ ਸਵਾਲ ਹੈ ਇਹਦੇ ਨੂੰ ਜਰੂਰ ਕਰਕੇ ਜਾਇਓ ਕਿਸੇ ਵੀ ਪੇਪਰ ਚ ਜਾਓਗੇ ਪਹਿਲਾਂ ਇਹਦੀ ਐਂਜਲਾ ਮਰਕਲ ਹੁੰਦੀ ਸੀ ਹੁਣ ਬਹੁਤ ਸਾਲਾਂ ਬਾਅਦ ਹੀ ਬਣੇ ਨੇ ਤਾਂ ਧਿਆਨ ਰੱਖਣਾ ਅਗਲਾ ਸਵਾਲ ਨੇਮ ਆਫ ਦ ਡਿਕਲੇਰੇਸ਼ਨ ਸਾਈਨਡ ਬਾਏ 16 ਸਟੇਟਾਂ ਨੇ ਜਿਨ੍ਹਾਂ ਨੇ ਕਿਹਾ ਕਿ ਇੱਕ ਡਿਲੀਵਰੀ ਆਫ ਕਾਮਨ ਸਰਵਿਸ ਕਹਿੰਦੇ ਪੰਚਾਇਤਾਂ ਵੀ ਜਿਹੜੀ ਕਾਮਨ ਸਰਵਿਸਿਜ਼ ਨੇ ਉਹਨਾਂ ਨੂੰ ਡਿਲੀਵਰ ਕਰਨ ਲਈ ਦੱਸੋ ਮੈਸੂਰੂ ਡਿਕਲੇਰੇਸ਼ਨ ਦਿੱਲੀ ਚਾਰਟਰ ਲਖਨਊ ਡਿਕਲੇਰੇਸ਼ਨ ਜਾਂ ਫਿਰ ਗੁਜਰਾਤ ਚਾਰਟਰ ਇਹ ਆਪਾਂ ਕਰ ਚੁੱਕੇ ਆ ਸਵਾਲ ਇੰਪੋਰਟੈਂਟ ਸਵਾਲ ਦੀ ਤਾਂ ਹੀ ਮੈਨੂੰ ਦੁਬਾਰ ਮੈਸੂਰੂ ਡੈਕਲੇਰੇਸ਼ਨ ਦਿੱਲੀ ਚਾਰਟਰ ਲਖਨਊ ਡੈਕਲੇਰੇਸ਼ਨ ਜਾਂ ਫਿਰ ਗੁਜਰਾਤ ਚਾਰਟਰ ਜੀਤਦਾ ਹੈ ਲੱਕ ਹਰਮਨ ਪਾ ਜੀ ਯਾਰ ਏ ਬੀ ਸੀ ਡੀ ਨਾ ਲਿਖੋ ਫੇਰ ਉਹੀ ਗੱਲ ਏ ਬੀ ਸੀ ਡੀ ਨਾ ਲਿਖੋ ਪਲੀਜ਼ ਤਾਂ ਜੀ ਸ਼ੁਭਮ ਬਤਰਾ ਦਾ ਬਿਲਕੁਲ ਠੀਕ ਆ ਆਨਸਰ ਮੈਂ ਲਿਖ ਕੇ ਭੇਜਾਂ ਬਈ ਨੇ ਮੈਸੂਰੂ ਡੈਕਲੇਰੇਸ਼ਨ ਹੋ ਜਾਂਦਾ ਹੈ ਤੇ ਸ਼ੁਭਮ ਭਾਜੀ ਨੇ ਇਹਦੇ ਵਿੱਚ ਵੀ ਕਰਤੀ ਆਪਣੀ ਓਪਨਿੰਗ ਸ਼ੁਭਮ ਭਾਜੀ ਨੇ ਇਹਦੇ ਵਿੱਚ ਵੀ ਕਰਤੀ ਆਪਣੀ ਓਪਨਿੰਗ ਤਾਂ ਜੀ ਇੱਕ ਚੀਜ਼ ਤੁਹਾਡਾ ਗੁਜ਼ਾਰਿਸ਼ ਕਰੂੰਗਾ ਮੈਂ ਇੱਕ ਵਾਰ ਦੇ ਸੈਸ਼ਨ ਨੂੰ ਆਪਾਂ ਸ਼ੇਅਰ ਕਰ ਦਿੰਨੇ ਮੈਂ ਖਾਪ 138 140 ਤੇ ਫਿਰਦੇ ਆ 15 ਪੜਾ ਪੜਾਈ ਕਰ ਰਿਹਾ ਉਹ ਤਾਂ ਕੁਝ ਗਲਤ ਤਾਂ ਉਹਨੂੰ ਕਹਿ ਵੀ ਨਹੀਂ ਰਿਹਾ ਮੈਂ ਪੜਾਈ ਕਰ ਰਿਹਾ ਯਾਰਾ ਦੋਸਤਾਂ ਲੋਕੋ ਕਿ ਦੇਖੋ ਐਦਾਂ ਵੀ ਪੜਾਈਆਂ ਹੁੰਦੀਆਂ ਅਸੀਂ ਇੱਥੋਂ ਪੜਦੇ ਹੁੰਦੇ ਆ ਚਲੋ ਅਗਲੇ ਸਵਾਲ ਵੱਲ ਆਪਾਂ ਚੱਲੀਏ ਜੇ ਅਗਲਾ ਸਵਾਲ ਆਪਕੇ ਕੰਪਿਊਟਰ ਸਕਰੀਨ ਪਰ ਕਹਿੰਦੇ ਇਹ ਰਹਾ ਵਰਲਡ ਦਾ ਮੋਸਟ ਸਿਸਟੈਮਿਕਲੀ ਇੰਪੋਰਟੈਂਟ ਬੈਂਕ ਆਪਾਂ ਗੱਲ ਕੀਤੀ ਸੀ ਕਿ ਜਿੱਦਾਂ ਕਿ ਇੰਡੀਆ ਦੇ ਸਿਸਟੈਮਿਕਲੀ ਇੰਪੋਰਟੈਂਟ ਬੈਂਕ ਹੁੰਦੇ ਨੇ ਉਹ ਤੋਂ ਵਰਲਡ ਦੇ ਮੋਸਟ ਸਿਸਟੈਮਿਕਲੀ ਇੰਪੋਰਟੈਂਟ ਬੈਂਕਾਂ ਵਿੱਚੋਂ ਕੌਣ ਹੈ ਜੇਪੀ ਮੋਰਗਨ ਬਲੈਕ ਰੌਕ ਵੈਲਥਸ ਫਾਰਗੋ ਗੋਲਡਮੈਨ ਸੈਕ ਹਾਂਜੀ ਇਹ ਕੌਣ ਸੇ ਮੰਥ ਕੇ ਚੰਦਰਸ਼ੇਖਰ ਇਹ ਨੇ ਜੀ ਨਵੰਬਰ ਦੇ ਕੱਲ ਆਪਾਂ ਕਰਾਂਗੇ ਦਸੰਬਰ 2021 ਦੇ ਤਾਂ ਜੀ ਇਹਦਾ ਆਨਸਰ ਦੱਸੋ ਸੋਨੂ ਜੀ ਇਧਰ 151 150 ਤੋਂ ਮੈਂ ਮੈਂ ਉਹ ਮੈਂ ਦੇਖ ਰਿਹਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਦਾ ਬਸ ਇਦਾਂ ਹੀ ਬਣਾ ਕੇ ਰੱਖੋ ਬਾਕੀ ਤੁਸੀਂ ਆਨਸਰ ਤੇ ਫੋਕਸ ਕਰਨਾ ਯਾਰ ਇਹ ਨਹੀਂ ਦੇਖਣਾ ਤੁਸੀਂ ਤਾਂ ਜੀ ਇਹਦਾ ਆਨਸਰ ਹੋ ਜਾਂਦਾ ਹੈ ਇਹਦਾ ਆਨਸਰ ਜੀਪੀ ਮੋਰਗਨ ਨਾ ਤਾਂ ਜੀਪੀ ਮੇ ਕੋਲ ਸਭ ਤੋਂ ਪਹਿਲਾ ਆਨਸਰ ਆ ਜੀਤ ਪਾਜੀ ਦਾ ਜੀਤ ਪਾਜੀ ਦੇ ਹੋ ਗਏ ਕਿਨੇ ਅਸ ਜੀਤ ਪਾਜੀ ਦੀ ਓਪਨਿੰਗ ਨਹੀਂ ਹੋਈ ਇਸ ਵਾਰ ਕੀ ਗੱਲ ਆ ਬਈ ਲੈ ਵੀ ਜੀਤ ਦਾ ਵੀ ਆ ਗਿਆ ਨਾ ਹੁਣ ਇਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਾਰਿਆਂ ਦੇ ਅਲੱਗ-ਅਲੱਗ ਆਨਸਰ ਆ ਰਿਹਾ ਨਾ ਇੰਨੇ ਸਾਰੇ ਕਿ ਕੱਲ ਸੀਗੇ ਚਾਰ-ਪੰਜਾਂ ਨੇ ਆਨਸਰ ਕੀਤੇ ਹੋਏ ਸੀ ਔਰ ਸਾਰਿਆਂ ਨੇ ਆਨਸਰ ਕੀਤੇ ਬਹੁਤ ਵਧੀਆ ਲੱਗ ਰਹੀ ਹੈ ਗੱਲ ਇਹ ਹੀ ਆਪਾਂ ਚੱਲਣਾ ਯਾਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤਾਂ ਹੀ ਮੈਂ ਕੁਐਸਚਨ ਵੀ ਪਾਏ ਹੋਏ ਨੇ ਹਰ ਤਰ੍ਹਾਂ ਦਾ ਕੁਐਸਚਨ ਹੈ ਇੱਥੋਂ ਉੱਥੋਂ ਉੱਥੋਂ ਬਾਉਂਟ ਐਵਰੇਜ ਦੂਜਾ ਜਾ ਕੇ ਆਪਾਂ ਸ਼੍ਰੀਲੰਕਾ ਤੋਂ ਵੀ ਸਵਾਲ ਲੈ ਕੇ ਆਏ ਹੋਏ ਨੇ ਚਲੋ ਅਗਲਾ ਸਵਾਲ ਤੁਹਾਡੇ ਕੰਪਿਊਟਰਸ ਸਕਰੀਨ ਤੇ ਕਹਿੰਦੇ ਕਿਹੜਾ ਇਹ ਰਿਹਾ ਲੈਜੈਂਡਸ ਕ੍ਰਿਕਟ ਲੀਗ ਕਿੱਥੇ ਹੋਈ ਸੀ ਜਿਹਦੇ ਕਿਆ ਕਹਿੰਦੇ ਆਪਣਾ ਕਮਿਸ਼ਨਰ ਬਣੇ ਸੀ ਕਿ ਰਵੀ ਸ਼ਾਸਤਰੀ ਲੈਜੈਂਡਸ ਕ੍ਰਿਕਟ ਲੀਗ ਕਿੱਥੇ ਹੋਈ ਸੀ ਓਮਾਨ ਯੂਏਈ ਬਹਰੇਨ ਯਮਨ ਓਮਾਨ ਯੂਏਈ ਬਹਰੇਨ ਯਮਨ ਕਿੱਥੇ ਹੋਈ ਸੀ ਕਿ ਲੈਜੈਂਡਸ ਕ੍ਰਿਕਟ ਲੀਗ ਓਮਾਨ ਯੂਏਈ ਬਹਰੇਨ ਯਮਨ ਓਮਾਨ ਯੂਏਈ ਬਹਰੇਨ ਯਮਨ ਅੱਜ ਪੜ ਕੇ ਆਏ ਨੇ ਸਾਰੇ ਨਾ ਬਹੁਤ ਵਧੀਆ ਗੱਲ ਹੈ ਮੇਰਾ ਮੋਟਿਵ ਵੀ ਇਹੀ ਹੈ ਤੁਸੀਂ ਪੜ ਕੇ ਆਓ ਕੱਲ ਦਸੰਬਰ 2021 ਦੇ ਧਿਆਨ ਰੱਖਣੇ ਆ ਕੱਲ ਦਸੰਬਰ 2021 ਦੇ ਕਰਕੇ ਆਣੇ ਨੇ ਤਾਂ ਆਨਸਰ ਆਇਆ ਦਵਿੰਦਰ ਪਾਲ ਦਾ ਬਿਲਕੁਲ ਸਹੀ ਓਮਾਨ ਵਿੱਚ ਹੋਈ ਸੀ ਬਾਕੀ ਸਾਰਿਆਂ ਨੇ ਯੂਏਈ ਕਰਤਾ ਤਾਂ ਜੀ ਲੈਜੈਂਡਸ ਕ੍ਰਿਕਟ ਲੀਗ ਹੋਈ ਓਮਾਨ ਵਿੱਚ ਤਾਂ ਜੀ ਦਵਿੰਦਰ ਪਾਲ ਭਾਜੀ ਡੀਏ ਵੀ ਲਿਖਤਾ ਵੀਰ ਜੀ ਮੈਂ ਹੈ ਨਾ 1 ਚਲੋ ਬਹੁਤ ਵਧੀਆ ਗੱਲ ਹੈ ਯਾਰ ਸਿਰਾ ਹੀ ਲਾਇਆ ਹੋਇਆ ਯਾਰ ਸਵਾਦ ਆ ਗਿਆ ਚਲੋ ਅਗਲਾ ਸਵਾਲ ਫਰਸਟ ਐਵਰ 올 ਇੰਡੀਆ ਸਰਵੇ ਔਨ ਡੋਮੈਸਟਿਕ ਵਰਕਰ ਇਹ ਕਿਨੇ ਸ਼ੁਰੂ ਕੀਤਾ ਫਰਸਟ ਐਵਰ ਫਰਸਟ ਐਵਰ ਸਰਵੇ ਔਨ ਡੋਮੈਸਟਿਕ ਵਰਕਰ ਮਨਸੂਖ ਮੰਡਵੀਆ ਭੁਪੇਂਦਰ ਯਾਦਵ ਹਰਦੀਪ ਪੂਰੀ ਅਸ਼ਵਨੀ ਵੈਸ਼ਨਵ ਮਨਸੂਖ ਮੰਡਵੀਆ ਭੁਪੇਂਦਰ ਯਾਦਵ ਹਰਦੀਪ ਪੂਰੀ ਅਸ਼ਵਨੀ ਵੈਸ਼ਨਵ ਚਲੋ ਚਲੋ ਟਾਈਮ ਲੈ ਲਓ ਕੋਈ ਚੱਕਰ ਨਹੀਂ ਹੈ ਕਿਸ ਨੂੰ ਨਹੀਂ ਆਂਦੇ ਸਵਾਲ ਕਿਸੇ ਨੂੰ ਨਹੀਂ ਆਂਦਾ ਜਵਾਬ ਇਹਦਾ ਸਾਰੇ ਅੱਡਾ ਡਾਂਸਰ ਕਰ ਰਹੇ ਨੇ ਚਾਰੇ ਆਂਸਰ ਆ ਚੁੱਕੇ ਨੇ ਆਂਸਰ ਹੈ ਇਹਦਾ ਭੁਪੇਂਦਰ ਯਾਦਵ ਦੇਖ ਖਣਾ ਪੈਣਾ ਭੂਪ ਕਿਨੇ ਲਿਖਿਆ ਪਹਿਲਾਂ ਹੁਣ ਪੂਰੀ ਪੂਰੀ ਵਾਲੇ ਨੇ ਪੂਰੀ ਵਾਲੇ ਨੇ ਵਾਸੂ ਸ਼ਰਮਾ ਨੇ ਲਿਖਿਆ ਸਭ ਤੋਂ ਪਹਿਲਾਂ ਭੂ ਉਸ ਤੋਂ ਬਾਅਦ ਗੁਰਕੀਰਤ ਚੋਹਾਨ ਨੇ ਵਟ ਵਾਸੂ ਭਾਜੀ ਦਾ ਆ ਗਿਆ ਅਨਸਰ ਬਿਲਕੁਲ ਠੀਕ ਹੈ ਭੁਪੇਂਦਰ ਯਾਦਵ ਵਾਸੂ ਦੇ ਹੋਗੇ ਚਾਰ ਵਾਸੂ ਇੰਦਾ ਲੀਡ ਵਾਸੂ ਇੰਦਾ ਲੀਡ bro ਚਲੋ ਹੋਮ ਮਿਨਿਸਟਰ ਅਮਿਤ ਛਾਹ ਨੇ ਇੱਕ ਕਹਿੰਦੇ ਫਾਊਂਡੇਸ਼ਨ ਸਟੋਨ ਰੱਖਿਆ ਰਾਣੀ ਗਾਡਿਲੂ ਟ੍ਰਾਈਬਲ ਫਰੀडम ਫਾਈਟਰ ਮਿਊਜ਼ੀਅਮ ਦਾ ਲੂੰਕਾਉ ਪਿੰਡ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਲੁੰਕਾ ਪਿੰਡ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਬਾਲ ਨੂੰ ਭੁੱਲ ਜੋ ਬਾਲ ਗਲਤੀ ਤੋਂ ਰਹਿ ਗਈ ਇੱਥੇ ਉਖਰੂਲ ਵਿਸ਼ਨੂਪੁਰ ਟਾਮੇਂਗਲੋਂਗ ਥੂਬਲ ਇਹਦਾ ਕਿਸੇ ਨੂੰ ਨਹੀਂ ਪਤਾ ਹੋਣਾ ਹੈ ਨਾ ਉਖਰੂਲ ਵਿਸ਼ਨੂਪੁਰ ਟਾਮੇਂਗਲੋਂਗ ਥੂਬਲ ਤਾਂ ਜੀ ਮਣੀਪੁਰ ਵਿੱਚ ਬੇਸਿਕਲੀ ਤੁਹਾਡੇ ਕੋਲ ਇਹ ਆਊਗਾ ਸਵਾਲ ਤਾਂ ਜੀ ਅੱਛਾ ਆਏ ਪਤਾ ਹੈ ਲੋਕਾਂ ਨੂੰ ਆਨਸਰ ਅੱਛਾ ਤਾਂ ਜੀ ਬਿਲਕੁਲ ਠੀਕ ਹੈ ਜੀਤ ਭਾਜੀ ਨੇ ਬਿਲਕੁਲ ਠੀਕ ਆਨਸਰ ਕੀਤਾ ਇਹਦਾ ਟਾਮੇਂਗਲੋਂਗ ਹੋ ਜਾਂਦਾ ਹੈ ਇਹਦਾ ਆਨਸਰ ਤਾਂ ਜੀਤ ਭਾਜੀ ਦੇ ਵੀ ਹੋਗੇ ਦੋ ਟੈਂਸ਼ਨ ਨਾ ਲੋ 4 ਤੇ 6 ਨੰਬਰ ਵਾਲਾ ਸਵਾਲ ਬਹੁਤ ਹੀ ਛੇਤੀ ਆਉਣ ਵਾਲਾ ਹੈ ਅਗਲਾ ਹੀ ਤਾਂ ਨਹੀਂ ਹੈ ਮੈਨੂੰ ਲੱ ਅਗਲਾ ਹਿੱਤਾ ਨਹੀਂ ਹੈ ਧਿਆਨ ਰੱਖੋ ਫਿਰ ਤਿਆਰ ਹੋ ਜਾਓ ਨਹੀਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਪਹਿਲੀ ਸਟੇਟ ਆਫ ਆਰਟ ਲੈਬਰੇਟਰੀ ਫਾਰ ਇਨ ਹਾਊਸ ਟੈਸਟਿੰਗ ਕਹਿੰਦੇ ਜਿਹੜੀ ਫਸਲਾਂ ਹੁੰਦੀਆਂ ਉਹਦੀ ਵੀਟ ਹੋਗੀ ਫੂਡ ਗ੍ਰੇਨਸ ਹੋਗੀ ਉਹਦੀ ਅੰਦਰ ਹੀ ਫੈਸਿਲਿਟੀ ਬਣਾਤੀ ਸਾਡੇ ਕੋਲ ਹੀ ਲੈਬਰੇਟਰੀ ਬਣਾਤੀ ਤਾਂ ਕਿੱਥੇ ਬਣਾਈ ਐ ਐਫਸੀਆਈ ਨੇ ਲਖਨਊ ਸੂਰਤ ਹਿਸਾਰ ਗੁਰੂਗਾਂਵ ਲਖਨਊ ਸੂਰਤ ਹਿਸਾਰ ਗੁਰੂਗਾਂਵ ਲਖਨਊ ਸੂਰਤ ਹਿਸਾਰ ਗੁਰੂਗਾਂਵ ਨਿਰਮਲ ਬਿਲਿੰਗ ਵੀਰੇ ਵੀਰੇ ਜਾਂ ਫਿਰ ਜੋ ਵੀ ਹੋ ਤੁਸੀਂ ਮਤਲਬ ਉਹ ਨਾ ਲਿਖੋ ਏ ਬੀ ਸੀ ਡੀ ਨਾ ਲਿਖੋ ਯਾਰ ਹੈਨਾ तो यर हो जाता है वैसे आंसर यह गुड़गाव है मैं देखता आंसर किने किता पेल्ला हिसार किता हरीश ने गुरुसेवक ने भी हाए लिखता हरीश का आंसर आ गया बिल्कुल ठीक हरीश का आंसर आ गया गुड़गाव चाह हिसार हाए फिर गुरकरता बी ने चलो बहुत वजिए हरीश भीरे हरीश दी भी नवा ना जुड़ गया इतें यार यही तो यार वीय लग रहा मैं यार सारे ने आंसर किए हुए सारे पढ़ के आए हैं बहुत वजिए मेरा भीरो हरीश का हो गया एक नंबर चलो चलो ਚਲੋ ਨੇਮ ਆਫ ਦਾ ਟੂ ਇੰਡੀਅਨ ਟੀਨੇਜਰਸ ਬ੍ਰਦਰ ਜਿਨ੍ਹਾਂ ਨੂੰ ਮਿਲਿਆ 2021 ਦਾ ਕਿਡਸ ਰਾਈਟਸ ਇੰਟਰਨੈਸ਼ਨਲ ਚਿਲड्रन ਸਪੀਸ ਪ੍ਰਾਈਜ਼ ਦੱਸੋ ਕਿ ਇਹਨੂੰ ਮਿਲਿਆ ਹੈ ਅਨਿਕੇਤ ਰਹਿਮਾਨ ਵਿਹਾਨ ਯਾਗਨਿਕ ਹਾਂਜੀ ਅਨਿਕੇਤ ਰਿਹਾਨ ਵਿਹਾਨ ਜਾਂ ਫਿਰ ਯਾਗਨਿਕ ਸ਼ਰਨ ਵੀਰੇ ਮੈਂ ਪਤਾ ਸ਼ਰਨਦੀਪ ਮੈਂ ਗਲਤ ਨਹੀਂ ਕਰ ਰਿਹਾ ਮੇਰੇ ਕੋਲ ਜਿਹੜਾ ਸਭ ਤੋਂ ਪਹਿਲਾਂ ਉੱਤੇ ਆ ਰਿਹਾ ਹੈ ਨਾ ਦੇਖੋ ਮੈਂ ਉਹਦਾ ਨਾਮ ਲੈ ਰਿਹਾ ਮੇਰੇ ਕੋਲ ਜਿਹੜਾ ਸਭ ਤੋਂ ਪਹਿਲਾਂ ਹੋ ਸਕਦਾ ਤੁਸੀਂ ਟਾਈਪ ਕੀਤਾ ਹੋਵੇ ਪਹਿਲੇ ਤੇ ਤੁਹਾਨੂੰ ਦਿਖ ਰਿਹਾ ਹੋਵੇ ਬਟ ਮੇਰੇ ਕੋਲ ਜਿਹੜਾ ਸਭ ਤੋਂ ਪਹਿਲਾਂ ਆ ਰਿਹਾ ਉਹ ਹੈ ਯਾਰ ਹੈਨਾ ਤਾਂ ਇਹਦਾ ਆਨਸਰ ਕੀ ਹੋਗਾ ਇਹਦਾ ਆਨਸਰ ਵਿਹਾਨ ਤੇ ਨਵ ਅਗਰਵਾਲ ਤੇ ਤੁਹਾਡੇ ਚੋ ਕਿਨੇ ਕੀਤਾ ਮੇਰੇ ਕੋਲ ਵਿਹਾਨ ਕਿਰਨ ਉਪਲ ਦਾ ਆਨਸਰ ਆ ਗਿਆ ਮੇਰੇ ਕੋਲ ਸਭ ਤੋਂ ਪਹਿਲਾਂ ਵੀ ਆਈ ਲਿਖਤਾ ਬਹੁਤ ਵਧੀਆ ਕਿਰਨ ਉਪਲ ਤਾਂ ਜੀ ਇੱਕ ਹੋਰ ਨਾ ਆ ਗਿਆ ਕਿਰਨ ਉਪਲ ਬਹੁਤ ਹੀ ਵਧੀਆ ਯਾਰ ਮਨ ਨੂੰ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਸਾਰਿਆਂ ਦੇ ਆਨਸਰ ਇਹੀ ਦਾ ਯਾਰ ਚਾਹੁੰਦਾ ਮੈਂ ਯਾਰ ਤੁਹਾਡਾ ਸਾਰਿਆਂ ਦਾ ਇਕੱਠਾ ਹੋਵੇ ਮੈਥੋਂ ਜੇ ਕੋਈ ਕਰੰਟ ਅਫੇਅਰ ਪੜ੍ਹ ਰਹਾ ਮੈਂ ਬਸ ਇੰਨਾ ਚਾਹਾਂ ਕਿ ਤੁਸੀਂ ਜੇ ਇੱਕ ਲੱਗੇ ਜਾਓ ਨਾ ਪੇਪਰ ਕਰੋ ਤੁਹਾਡੇ ਨੂੰ ਆ ਕੇ ਤੁਹਾਡੇ ਨਾਲ ਵਾਲੇ ਕਹਿੰਦੇ ਯਾਰ ਕਰੰਟ ਅਫੇਅਰ ਪਤਾ ਕਿੰਨਾ ਔਖਾ ਤੁਸੀਂ ਬਸ ਇਹ ਕਹਿ ਕੇ ਕਹਿੰਦੇ ਔਖਾ ਸੀ ਕਹਿੰਦੇ ਉਹ ਤਾਂ ਮੈਨੂੰ ਸਭ ਤੋਂ ਸੌਖੇ ਲੱਗੇ ਇੰਨਾ ਕੁ ਮੇਰਾ ਮੋਟੀਵੇਜ ਹੋ ਜੇ ਚਲੋ ਪਰ ਪਾਸ ਕਰਨਾ ਇੱਕ ਵਾਰ ਸੈਸ਼ਨ ਨੂੰ ਸਾਰੇ ਜਣੇ ਲਾਈਕ ਕਰ ਦਿਓ ਜਿੰਨੇ ਵੀ ਬੈਠੇ ਹੋ ਜਿਨ੍ਹਾਂ ਨੇ ਹੁਣ ਤੱਕ ਨਹੀਂ ਕੀਤਾ ਆਪਣੇ ਨਾਂ ਤੇ ਇੱਕ ਵਾਰ ਸੈਸ਼ਨ ਨੂੰ ਸਾਰੇ ਜਣੇ ਲਾਈਕ ਕਰ ਦਿਓ ਹੈਨਾ ਯਾਰ ਸਾਰੇ ਜਣੇ ਲਾਈਕ ਕਰ ਦਿਓ ਸੈਸ਼ਨ ਨੂੰ ਚਲੋ ਅਗਲੇ ਸਵਾਲ ਫਲਿੱਪਕਾਰਟ ਨੇ ਅਨਾਉਂਸ ਕੀਤਾ ਮੈਜੋਰਟੀ ਸਟ੍ਰੇਕ ਲਿਆ ਇੱਕ ਫਾਰਮੇਸੀ ਦੀ ਡਿਜੀਟਲ ਹੈਲਥ케ਅਰ ਕੰਪਨੀ ਵਿੱਚ ਤਾਂ ਉਹਦਾ ਨਾਂ ਕੀ ਹੈ ਸੰਜੀਵਨੀ ਦਵਾ ਇੰਡੀਆ ਸਸਤਾ ਸੁੰਦਰ ਜਾਂ ਫਿਰ ਕੇਅਰ ਫਾਰਮੇਸੀ ਸੰਜੀਵਨੀ ਦਵਾ ਇੰਡੀਆ ਸਸਤਾ ਸੁੰਦਰ ਜਾਂ ਫਿਰ ਕੇਅਰ ਫਾਰਮੇਸੀ ਦੱਸੋ ਸੰਜੀਵਨੀ ਦਵਾਈ ਇੰਡੀਆ ਸਸਤਾ ਸੁੰਦਰ ਜਾਂ ਫਿਰ ਕੇਅਰ ਫਾਰਮੇਸੀ ਮਤਲਬ ਹਜੇ ਵੀ ਆਪਣੇ ਨਾਂ ਤੇ ਵੀ ਲਾਇਕ ਨਹੀਂ ਕਰ ਰਿਹਾ ਆਪਾਂ ਹੈ ਬਹੁਤ ਹੀ ਵਧੀਆ ਲੈ ਲੈ ਆਪਣੇ ਨਾਂ ਤੇ ਵੀ ਅੱਧੇ ਨੇ ਲਾਇਕ ਨਹੀਂ ਕੀਤਾ ਯਾਰ ਇਹ ਪਤਾ ਨਹੀਂ ਕੀ ਕਰ ਰਹੇ ਹੋ ਤੁਸੀਂ ਕੌਨਫੀਡੈਂਸੀ ਕਮੀ ਹੋ ਰਹੀ ਹੈ ਕੀ ਹੈ ਪੇਪਰ ਆਪਣਾ ਪਾਸ ਹੋਊਗਾ ਟੈਨਸ਼ਨ ਨਹੀਂ ਲੈਣੀ ਤੇ ਇਹਦਾ ਆਨਸਰ ਬਿਲਕੁਲ ਠੀਕ ਦਿੱਤਾ ਹੈ ਸਭ ਤੋਂ ਪਹਿਲਾਂ ਦਵਿੰਦਰ ਪਾਲ ਨੇ ਦਿੱਤਾ ਹੈ ਆਨਸਰ ਉਹਦਾ ਆਂਦਾ ਸਸਤਾ ਸੁੰਦਰ ਦਵਿੰਦਰ ਪਾਲ ਨੇ ਦਿੱਤਾ ਸਸਤਾ ਸੁੰਦਰ ਰਵਿੰਦਰ ਪਾਲ ਦੇ ਵੀ ਹੋਗੇ 2 ਨੰਬਰ ਚਲੋ Who was awarded the Indian Film Personality Award for the year 2021? 2021 ਲਈ Indian Film Personality Award ਇਹ ਤਾਂ ਬਹੁਤ ਹੀ ਸੌਖਾ ਸਵਾਲ ਹੈ ਤੁਹਾਨੂੰ ਪਤਾ ਹੀ ਆਨਸਰ ਇਹਦਾ ਕੀ ਹੈ ਬਟ ਦੇਖਦੇ ਹਾਂ ਕੌਣ ਕਰੂਗਾ ਆਨਸਰ ਇਹਦਾ ਪ੍ਰਸੂਨ ਜੋਸ਼ੀ ਹੇਮਾ ਮਾਲਨੀ ਅਮਿਤਾਬ ਬੱਚਨ ਬੋਥ ਐਂਡ ਵੀ ਪ੍ਰਸੂਨ ਜੋਸ਼ੀ ਹੇਮਾ ਮਾਲਨੀ ਏ ਵੀ ਬਿਲਕੁਲ ਠੀਕ ਹੈ ਅਨਸਰ ਸੁਮਨਦੀਪ ਸਿੰਘ ਦਾ ਆ ਗਿਆ ਸਭ ਤੋਂ ਪਹਿਲਾਂ ਏ ਵੀ ਆ ਗਿਆ ਅਨਸਰ ਬਿਲਕੁਲ ਠੀਕ ਹੋ ਜਾਂਦਾ ਹੈ ਇਹ ਵੈਸੇ ਮੈਂ ਇਹਦਾ ਦਊਂਗਾ ਨਹੀਂ ਕਿਸੇ ਨੂੰ ਕਿਉਂਕਿ ਸਾਰਿਆਂ ਨੇ ਏ ਵੀ ਏ ਵੀ ਏ ਵੀ ਲਿਖਿਆ ਮੈਨੂੰ ਨਹੀਂ ਪਤਾ ਤੁਸੀਂ ਅमिता बच्चन ਨੂੰ ਏ ਵੀ ਕਹਿ ਰਹੇ ਹੋ ਤੁਸੀਂ ਬੋਥ ਨੂੰ ਏ ਵੀ ਕਹਿ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਤਾਂ ਮੈਂ ਇਹਦਾ ਕਿਸੇ ਨੂੰ ਨਹੀਂ 카ਉਂਟ ਕਰ ਰਿਹਾ ਦੇਖੋ ਦੂਜੇ ਨਾਲ ਤੱਕਾ ਹੋ ਜਾਊਗਾ ਕਿਉਂਕਿ ਮੈਂ ਜੇ ਏ ਵੀ ਕੀਤਾ ਕਿਸੇ ਨੇ ਕਹਿਣਾ ਸਰ ਅमिता बच्चन ਕਿਹਾ ਸੀ ਉਹਨੇ ਤੇ ਤੁਸੀਂ ਏ ਵੀ ਲਿਖਤਾ ਜੇ ਏ ਵੀ ਕਿਹਾ ਮੈਂ ਏ ਵੀ ਤਾਂ ਹੈ ਅੰਤ ਵੈਸੇ ਬਹੁਤ ਹੈਂਡ ਵੀ ਇਹ ਮੈਂ ਕਿਸ ਨੂੰ ਦਿੰਦਾ ਯਾਰ ਇਹ ਵੀ ਡੈੱਡ ਬਾਲ ਹੈ ਇਹ ਡੈੱਡ ਬਾਲ ਹੈ ਮੈਂ ਦੇਖ ਹੀ ਨਹੀਂ ਰਿਹਾ ਯਾਰਾ ਦੇਖ ਨਹੀਂ ਰਿਹਾ ਮੈਂ ਇਹ ਵਾਲਾ ਡੈੱਡ ਬਾਲ ਹੈ ਚਲੋ ਅਗਲੇ ਸਵਾਲ ਚੱਲੀਏ ਹੂ ਮੰਗ ਦਾ ਫੋਲੋਇੰਗ ਜਿਹਨੇ ਇਨੋਗਰੇਟ ਕੀਤਾ ਨਵਾਂ ਬਣਿਆ ਇੱਕ ਲਦਾਖ ਵਿੱਚ ਇੱਕ ਮੈਮੋਰੀਅਲ ਹੈ ਰਜ਼ਾਂਗਲਾ ਵਿੱਚ ਰਜ਼ਾਂਗਲਾ ਵਿੱਚ ਇੱਕ ਨਵਾਂ ਮੈਮੋਰੀਅਲ ਬਣਿਆ ਵਾਰ ਮੈਮੋਰੀਅਲ ਉਹ ਕਿਨੇ ਇਨੋਗਰੇਟ ਕੀਤਾ ਅਮਿਤ ਸ਼ਾਹ ਨੇ ਕਿਸ਼ਨ ਰੈਡੀ ਨੇ ਰਾਜਨਾਥ ਸਿੰਘ ਜਾਂ ਫਿਰ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੇ ਕਿਸ਼ਨ ਰੈਡੀ ਨੇ ਰਾਜਨਾਥ ਸਿੰਘ ਜਾਂ ਫਿਰ ਨਰਿੰਦਰ ਭਾਈ ਮੋਦੀ ਨੇ ਤੇ ਆਨਸਰ ਬਿਲਕੁਲ ਮੇਰੇ ਕੋਲ ਸਭ ਤੋਂ ਪਹਿਲਾਂ ਆਇਆ ਵਾਸੂ ਸ਼ਰਮਾ ਦਾ ਵਾਸੂ ਸ਼ਰਮਾ ਜੀਤ ਦਾ ਫਿਰ ਸੁਮਨਦੀਪ ਸਿੰਘ ਫਿਰ ਦੋ ਹਾਸੇ ਵਾਲੀ ਮੋਜੀਆਂ ਫਿਰ ਰਾਜ ਰਾਜ ਵੀ ਲਿਖਿਆ ਤਾਂ ਜੀ ਮੇਰੇ ਕੋਲ ਕਿਹਦਾ ਸੀ ਆਨਸਰ ਸਭ ਤੋਂ ਪਹਿਲਾਂ ਫਿਰ ਵਾਸੂ ਸ਼ਰਮਾ ਦਾ ਆਨਸਰ ਆਇਆ ਮੇਰੇ ਕੋਲ ਸਭ ਤੋਂ ਪਹਿਲਾਂ ਬਿਲਕੁਲ ਠੀਕ ਹੋ ਜਾਂਦਾ ਵਾਸੂ ਭਾਜੀ ਦੇ ਹੋ ਗਏ 5 ਪਹਿਲਾ ਬੰਦਾ ਜਿਹਦੇ ਅੱਜ ਪੂਰੇ ਪੂਰੇ ਮੈਚ ਵਿੱਚ ਕਿਸੇ ਦੇ ਵੀ 5 ਨੰਬਰ ਹੋਏ ਹੋਣ ਪਹਿਲਾ ਬੰਦਾ ਹੋਇਆ ਵਾਸੂ ਚਲੋ ਸੱਤਮਾ ਐਡੀਸ਼ਨ ਹੋਇਆ ਇੰਟਰਨੈਸ਼ਨਲ ਸਾਇੰਸ ਫਿਰ ਫੈਸਟੀਵਲ ਦਾ ਜਿਹੜਾ ਕਿ ਡਾਕਟਰ ਜਤਿੰਦਰ ਸਿੰਘ ਜੀ ਨੇ ਉਦਘਾਟਨ ਕੀਤਾ ਕਿੱਥੇ? ਗੋਆ, ਹਰਿਆਣਾ, ਤਾਮਿਲਨਾਡੂ, ਕਰਨਾਟਕਾ। ਗੋਆ, ਹਰਿਆਣਾ, ਤਾਮਿਲਨਾਡੂ ਜਾਂ ਫਿਰ ਕਰਨਾਟਕਾ। ਵਾਸੂ ਭਾਜੀ ਕਿਹੜਾ ਨੱਟ ਲਵਾਇਆ ਹੈ? ਗੋਆ, ਹਰਿਆਣਾ, ਤਾਮਿਲਨਾਡੂ ਜਾਂ ਫਿਰ ਕਰਨਾਟਕਾ। ਦੇਖੋ ਜੇ ਕਿਸੇ ਨੇ ਤੇਜ ਨੱਟ ਹੁੰਦਾ ਨਾ ਕਿਸੇ ਦਾ ਤਾਂ ਸਾਰਿਆਂ ਦੇ ਉੱਤੇ ਆਂਦੇ ਇੱਕ ਬੰਦਾ ਹੀ ਮੇਲਦਾ ਫਿਰਦਾ ਕਿਤੇ ਕਿਤੇ। ਤਾਂ ਇਹਦਾ ਅੰਤਰ ਹੋ ਜਾਂਦਾ ਜੀ ਗੋਆ ਤੇ ਗੋ ਸਭ ਤੋਂ ਪਹਿਲਾਂ ਮੇਰੇ ਕੋਲ ਆਇਆ ਹੈ। ਗੋ ਗੋ ਲਿਖਿਆ ਕਿਸੇ ਨੇ ਨਾ ਗੋ ਲਿਖਿਆ ਕਿਸੇ ਮੁੰਡੇ ਨੇ ਗੋ ਲਿਖਿਆ ਜੀਤ ਨੇ ਜੀਤ ਦਾ ਹੋ ਗਿਆ ਪਾਜੀ ਬਹੁਤ ਸਿਰਾ ਜੀਤ ਦੇ ਵੀ ਹੋ ਗਏ ਹੁਣ 3 ਨੰਬਰ ਬਹੁਤ ਹੀ ਵਧੀਆ ਚਲੋ ਖਿੱਚ ਕੇ ਰੱਖੋ ਕੰਮ ਟੈਨਸ਼ਨ ਨਹੀਂ ਲੈਣੀ ਇੱਕ ਇੱਕ ਸਵਾਲ ਆਊਗਾ 6 ਨੰਬਰ ਵਾਲਾ ਵਾਸੂ ਨੇ 5 ਆਨਸਰ ਦਿੱਤੇ ਤੁਸੀਂ ਇੱਕ ਦੇ ਕੇ ਉਹ ਜਾਓਗੇ ਚਲੋ ਅਗਲਾ ਸਵਾਲ ਤੁਹਾਡੇ ਅੱਗੇ ਇਹ ਰਿਹਾ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਪਹਿਲੀ ਵਾਰੀ ਅਵਾਰਡ ਦਿੱਤੇ ਕੁਝ ਐਥਲੀਟਾਂ ਨੂੰ ਕਿੰਨੇ ਐਥਲੀਟਾਂ ਨੂੰ ਦਿੱਤੇ 250 ਮਤਲਬ 246 380 100 ਜਾਂ ਫਿਰ 95 246 380 100 ਜਾਂ ਫਿਰ 95 ਦੱਸੋ ਜੀਤੀ 240 ਦੇਖੋ ਕੋਈ ਗੱਲ ਨਹੀਂ ਕੁਮਰ ਰਾਮ ਗੜੀਆ ਤੁਹਾਨੂੰ ਨਹੀਂ ਨਹੀਂ ਦੇਖ ਲੈ ਚਰਨਦੀਪ ਮੈਂ ਗੋ ਦੇਖਿਆ ਮੈਂ ਯਾਰ ਐ ਨਹੀਂ ਮੈਂ ਤੱਕਾ ਕਿਸੇ ਨਾਲ ਨਹੀਂ ਕਰ ਰਹਾ ਮੈਂ ਤੱਕਾ ਕਿਸੇ ਨਾਲ ਨਹੀਂ ਕਰ ਰਹਾ ਮੇਰੇ ਕੋਲ ਜਿਹੜਾ ਮਜ਼ਾਕ ਨਹੀਂ ਸਭ ਤੋਂ ਪਹਿਲਾ ਆਨਸਰ ਆ ਰਿਹਾ ਹੁਣ ਮੇਰੇ ਕੋਲ ਦੇਖੋ ਵਾਸੂ ਸ਼ਰਮਾ ਦਾ ਆਨਸਰ ਆਇਆ ਸਭ ਤੋਂ ਪਹਿਲਾਂ 95 ਦੂਜੇ ਨੰਬਰ ਤੇ ਜੀਤ ਦਾ ਹੈ 250 ਮੈਨੂੰ ਨਹੀਂ ਪਤਾ ਜੀਤ ਨੇ 250 ਕਿਉਂ ਲਿਖਿਆ 250 ਤਾਂ ਆਪਸ਼ਨ ਵੀ ਹੈ ਨਹੀਂ ਤੇ ਕਿਰਨ ਨੁੱਪਲ ਦਾ ਹੈ 246 ਤਾਂ ਮੈਂ ਆਬਵੀਅਸ ਜੀ ਗੱਲ ਹੈ ਮੈਂ ਕਿਰਨ ਨੁੱਪਣ ਲਾ ਜਾਊਂਗਾ 246 ਨਾਲ ਤਾਂ ਕਿਰਨ ਦੇਵੀ ਹੋਗੇ 2 ਬਹੁਤ ਵਧੀਆ ਚਲੋ ਅੱਗੇ ਚੱਲੀਏ ਜੇ ਤਾਂ ਜੀ ਕਿਹੜੀ ਕੰਟਰੀ ਨੇ 21st ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ ਕਾਉਂਸਲ ਆਫ ਮਿਨਿਸਟਰ ਦੀ ਮੀਟਿੰਗ ਨੂੰ ਹੋਸਟ ਕੀਤਾ ਨੇਪਾਲ ਨੇ ਸ਼੍ਰੀਲੰਕਾ ਨੇ ਭੂਟਾਨ ਨੇ ਜਾਂ ਫਿਰ ਬੰਗਲਾਦੇਸ਼ ਨੇ ਨੇਪਾਲ ਨੇ ਸ਼੍ਰੀਲੰਕਾ ਨੇ ਭੂਟਾਨ ਨੇ ਜਾਂ ਫਿਰ ਬੰਗਲਾਦੇਸ਼ ਨੇ ਕਿਹਨੇ ਕੀਤਾ ਦੱਸੋ ਨੇਪਾਲ ਸ਼੍ਰੀਲੰਕਾ ਭੂਟਾਨ ਬੰਗਲਾਦੇਸ਼ ਡੀਆਰਐਸ ਲੈ ਲਓ ਹੈ ਕਰਦੀ ਐ ਐ ਕਰਦੀ ਐ ਤੁੱਕਾ ਚੱਲ ਰਿਹਾ ਹਰਪ੍ਰੀਤ ਪੁਟਾਨ ਪੁਟਾਨ ਭੂਸੀ ਤਾਂ ਜੀ ਕਿਰਨ ਉੱਪਰ ਨੇ ਕੀਤਾ ਠੀਕ ਆਨਸਰ ਬੰਗਲਾਦੇਸ਼ ਹੋ ਜਾਂਦਾ ਹੈ ਇਹਦਾ ਆਨਸਰ ਕਿਰਨ ਦੇ ਵੀ ਹੋ ਗਿਆ ਹੋਗੇ ਤਿੰਨ ਬਹੁਤ ਵਧੀਆ ਕਿਰਨ ਬਹੁਤ ਵਧੀਆ ਟੌਪ ਤੇ ਹਜੇ ਵੀ ਵਾਸੂ ਭਾਜੀ ਪੰਜ ਨਾਲ ਦੂਜੇ ਨੰਬਰ ਤੇ ਕਿਰਨ ਤੇ ਜੀਤ ਤਿੰਨ ਤਿੰਨ ਨਾਲ ਫਿਰ ਸੁਮਨ ਤੇ ਗੁਰਕੀਰਤ ਦੋ ਬਾਕੀ ਸਾਰੇ ਇੱਕ ਇੱਕ ਸੁਮਨ ਗੁਰਕੀਰਤ ਤੇ ਦਵਿੰਦਰਪਾਲ ਦੋ ਬਾਕੀ ਸਾਰੇ ਇੱਕ 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 ਸਟਾਰ ਨੰਬਰ ਆਦਾ ਦਾ 6 ਨੰਬਰ ਵਾਲਾ ਸਵਾਲ ਆਣ ਵਾਲਾ ਤਿਆਰ ਰਹੋ ਸਾਰੇ ਚਲੋ winner of the JCB prize for literature ਕਿਨੂੰ ਮਿਲਿਆ ਇਹ ਪਦਮਨਾਬਨ ਮੁਕੁੰਦਨ ਵਲਸਲਾ ਸਚੀ ਨਾਨੰਦਨ ਓਹੋ ਪਹ ਕਬੇ ਨਾਨੇ ਚਲੋ ਚਲੋ ਖਿੱਚ ਕੇ ਰੱਖੋ ਕੰਮ ਬਣ ਨਿਭਣ ਵਾਲਾ ਅੱਜ ਦਾ ਮੈਚ ਆਪਣਾ ਦੇਖਦੇ ਆਂ ਅਜ ਕੌਣ ਜਿੱਤਦਾ ਕੌਣ ਜਾਊਗਾ ਫਾਈਨਲ ਚ ਤਾਂ ਆਨਸਰ ਇਹਦਾ ਬਿਲਕੁਲ ਠੀਕ ਹੈ ਪੀ ਵਲਸਲਾ ਆਨਸਰ ਹੋ ਗਿਆ ਤੇ ਵਲ ਮੇਰੇ ਕੋਲ ਲਿਖਿਆ ਜੀਤ ਭਾਜੀ ਨੇ ਲਿਖਿਆ ਨਹੀਂ ਸੌਰੀ ਮੁਕੁੰਦਨ ਹੈ ਵਲਸਲਾ ਕਿੱਥੇ ਹੈ ਤਾਂ ਜੀ ਸੁਮਨਦੀਪ ਸਿੰਘ ਦਾ ਆਨਸਰ ਆਇਆ ਮੈਂ ਵੀ ਦਿਮਾਗ ਖਰਾਬ ਹੋ ਗਿਆ ਵਲਸਲਾ ਕਿੱਥੇ ਆਨਸਰ ਤੱਪੀ ਮੁਕੰਦਨ ਆਨਸਰ ਹੈ ਤੇ ਮੁਕੰਦਨ ਮੁਕ 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 ਲਿਖਿਆ ਮੇਰੇ ਕੋਲ ਸੁਮਨਦੀਪ ਸਿੰਘ ਨੇ ਲਿਖਿਆ ਜੀ ਸੁਮਨਦੀਪ ਸਿੰਘ ਨੇ ਲਿਖਿਆ ਮੁਕ ਤੇ ਸੁਮਨਦੀਪ ਸਿੰਘ ਦੇ ਹੋ ਗਏ 3 ਬਹੁਤ ਵਧੀਆ ਚਲੋ ਗੱਲ ਚਲੋ ਛੇਤੀ ਟਾਈਮ ਨਾ ਵੇਸਟ ਕਰਦੇ ਹੋਏ ਇੰਡੀਅਨ ਰੇਲਵੇ ਨੇ ਪਹਿਲਾ ਪੌਡ ਹੋਟਲ ਪੌਡ ਹੋਟਲ ਜਿੱਦਾ ਤੁਸੀਂ ਜਪਾਨ ਚ ਪਉਂਦੇ ਮੂਵੀਆਂ ਦੇਖਦੇ ਹੋਣੇ ਛੋਟਾ ਜਿਹਾ ਕਮਰਾ ਹੁੰਦਾ ਬਸ ਨਾ ਇੰਨਾ ਇੰਨਾ ਲਾ ਲ ਤੁਸੀਂ ਅੰਦਰ ਜਾ ਕੇ ਤੁਸੀਂ ਸੌਂ ਜਾਂਦੇ ਹੋ ਵੇਟਿੰਗ ਟਾਈਮ ਟੂ ਉਦੋਂ ਘਟਾਣ ਲਈ ਨਾ ਵੀ ਤੁਸੀਂ ਯਾਰ ਇੱਧਰ ਰੈਸਟ ਕਰ ਲਓ ਹੋਟਲ ਵੀ ਨਾ ਲੈਣਾ ਪਵੇ ਪੂਰਾ ਤਾਂ ਇਹ ਕਿੱਥੇ ਹਾਵੜਾ ਚੇਨਈ ਬ ਹਾਵੜਾ ਚੇਨਈ ਬੰਬਈ ਵਿਰੁੱਧ ਥਰੂ ਵਨੰਤਪੁਰਮ ਦੱਸੋ ਹਾਵੜਾ ਚੇਨਈ ਮੁੰਬਈ ਜਾਂ ਫੇ ਥਰੂ ਵਨੰਤਪੁਰਮ ਤਾਂ ਜੀ ਬਿਲਕੁਲ ਠੀਕ ਆਨਸਰ ਦਿੱਤਾ ਕਿਹਨੇ ਦਿੱਤਾ ਜੀਤਪਾ ਜੀ ਨੇ ਐਮ ਯੂ ਲਿਖਤਾ ਮੁੰਬਈ ਬਿਲਕੁਲ ਠੀਕ ਹੈ ਆਨਸਰ ਤੁਹਾਡਾ ਆਨਸਰ ਆ ਗਿਆ ਨਾ ਸਹੀ ਬਸ ਇੰਨੀ ਮੈਟਰ ਕਰਦੀ ਗੱਲ ਦੁਬਾਰੇ ਮੈਂ ਕਹਾਂਗਾ ਇਨ ਦੀ ਐਂਡ ਮੈਟਰ ਕੁਝ ਨਹੀਂ ਕਰਦਾ ਮੈਟਰ ਕਰਦਾ ਤੁਹਾਡਾ ਆਨਸਰ ਸਹੀ ਸੀ ਕਿ ਨਹੀਂ ਆਪਾਂ ਕਿਉਂਕਿ ਇਨ ਦੀ ਐਂਡ ਪੇਪਰ ਦੇਣਾ ਨੌਕਰੀ ਲੈਣੀ ਆ ਆਪਾਂ ਤਾਂ ਜੀ ਇਹਦਾ ਆਨਸਰ ਬਿਲਕੁਲ ਠੀਕ ਹੈ ਮੁੰਬਈ ਤੇ ਕਿਹਨੇ ਕੀਤਾ ਸੀ ਇਹ ਭੁੱਲ ਗਿਆ ਮੈਂ ਗੱਲਾਂ ਮਾਰਦਾ ਮਾਰਦਾ ਨ ਮੈਂ ਇਹ ਲਿਖਿਆ ਸੀ ਜੀਤਪਾਜੀ ਨੇ ਲਿਖਿਆ ਸੀ ਤਾਂ ਜੀ ਜੀਤਪਾਜੀ ਦੇ ਵੀ ਹੋਗੇ 4 ਚਲੋ 4 ਨੰਬਰ ਵਾਲਾ ਸਵਾਲ ਸ਼ਾਇਦ ਅਜੇ ਵੀ ਨਹੀਂ ਆਇਆ ਤਾਂ ਜੀ ਜਮਸ਼ੇਦਪੁਰ ਫੁੱਟਬਾਲ ਕਲੱਬ ਨਾਲ ਕਿਹੜੇ ਬੈਂਕ ਨੇ ਟਾਈ ਅਪ ਕੀਤਾ ਹੈ ਯੂਨੀਅਨ ਬੈਂਕ ਆਫ ਬੜੋਦਾ ਸਟੇਟ ਬੈਂਕ ਜਾਂ ਫਿਰ ਪੰਜਾਬ ਨੈਸ਼ਨਲ ਬੈਂਕ ਦੱਸੋ ਯੂਨੀਅਨ ਬੈਂਕ ਬੜੋਦਾ ਸਟੇਟ ਬੈਂਕ ਜਾਂ ਫਿਰ ਪੰਜਾਬ ਨੈਸ਼ਨਲ ਬੈਂਕ ਸ਼ਰਨਦੀਪ ਦੇਖ ਲਿਆ ਯਾਰ ਮਤਲਬ ਐ ਨਾ ਰੋ ਮੈਨੂੰ ਪਤਾ ਮੈਂ ਨਾ ਗਲਤੀ ਨਹੀਂ ਕਰ ਰਹਾ ਯਾ ਤੁਹਾਨੂੰ ਬੁਰਾ ਲੱਗ ਰਿਹਾ ਮੈਂ ਕੀ ਕਹਿ ਸਕਦਾ ਸੌਰੀ ਉਹਦੇ ਲਈ ਬਟ ਮੇਰੇ ਕੋਲ ਜਿਹੜਾ ਸਭ ਤੋਂ ਉੱਤੇ ਆ ਰਿਹਾ ਯਾਰ ਮੈਂ ਉਹੀ ਕਰੂੰਗਾ ਨਾ ਮੈਂ ਹੁਣ ਤੱਕ ਇਹਨਾਂ ਨਾਲ ਵੀ ਨਹੀਂ ਕਰ ਸਕਦਾ ਜਿਨ੍ਹਾਂ ਤੇ ਸਭ ਤੋਂ ਉੱਤੇ ਆ ਰਿਹਾ ਮੇਰੇ ਕੋਲ ਤਾਂ ਜੀ ਬਿਲਕੁਲ ਠੀਕ ਹੈ ਸੁਮਨਦੀਪ ਸਿੰਘ ਨੇ ਬਿਲਕੁਲ ਠੀਕ ਆਨਸਰ ਕੀਤਾ ਐਸ ਬੀ ਆਈ ਹੋ ਜਾਂਦਾ ਹੈ ਇਹਦਾ ਬਿਲਕੁਲ ਕਰੈਕਟ ਆਨਸਰ ਸੁਮਨ ਪਾਜੀ ਦੇ ਵੀ ਹੋ ਗਏ 4 ਚਲੋ 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 ਖਿੱਚ ਕੇ ਖਿੱਚ ਕੇ ਰੱਖ ਅਜੇ ਤਾਂ ਪਾਵਰਪਲੇ ਨਿਬੜਿਆ ਅਜੇ ਤਾਂ ਲਾਸਟ ਦੇ 2 ਓਵਰ ਰਹਿੰਦੇ ਨੇ 2 ਬੋਲਰ ਰਹਿੰਦੀ ਐ 4 ਤੇ 6 ਰਨ ਲਈ ਅਗਲਾ 4 ਨੰਬਰੀ ਸਵਾਲ ਤੁਹਾਡੇ ਲਈ ਇਹ ਰਿਹਾ ਇੰਡੀਆ ਦੀ ਪਹਿਲੀ ਵਰਚੁਅਲ ਸਾਇੰਸ ਲੈਬ ਫਾਰ ਚਿਲड्रन ਇਹਨੂੰ ਲਾਂਚ ਕੀਤਾ ਗਿਆ ਅੰਡਰ ਕਿਹੜਾ ਪ੍ਰੋਗਰਾਮ ਸਮਾਗਰ ਜਿਗਿਆਸਾ ਬਾਇਓਨੇਸਟ ਇਮਪ੍ਰਿੰਟ ਸਮਾਗਰ ਜਿਗਿਆਸਾ ਬਾਇਓਨੇਸਟ ਜਾਂ ਫਿਰ ਇਮਪ੍ਰਿੰਟ ਕੀ ਹੋਊਗਾ ਇਹਦਾ ਆਨਸਰ ਸਮਾਗਰ ਜਿਗਿਆਸਾ ਬਾਇਓਨੇਸਟ ਜਾਂ ਫਿਰ ਇਮਪ੍ਰਿੰਟ ਕੀ ਹੋਊਗਾ ਇਹਦਾ ਆਨਸਰ ਸਾਮਗਰ ਜਿਗਿਆਸਾ ਬਾਇਓਨੈਸਟ ਜਾਂ ਫਿਰ ਇਮਪ੍ਰਿੰਟ ਤਾਂ ਮੇਰੇ ਕੋਲ ਸਭ ਤੋਂ ਪਹਿਲਾ ਆਨਸਰ ਆਇਆ ਵਾਸੂ ਸ਼ਰਮਾ ਦਾ ਜੀ ਆਈ ਐਚ ਕਰਕੇ ਲਿਖਤਾ ਭਾਈ ਨੇ ਬਟ ਸਮਝ ਗਿਆ ਮੈਂ ਜਿਗਿਆਸਾ ਹੀ ਬਣਦਾ ਤਾਂ ਜੀ ਵਾਸੂ ਬਾਜੀ ਆ ਲਓ ਜੀ 5 ਤੇ 4 ਕਰਕੇ ਵਾਸੂ ਪਾਜੀ ਆ ਗਏ ਤੇ ਵਾਸੂ ਪਾਜੀ ਦੇ ਹੋ ਗਏ ਨੇ 9 ਨੰਬਰ ਵਾਸੂ ਪਾਜੀ ਦੇ ਹੋ ਗਏ 9 ਨੰਬਰ ਨੈਕਸਟ ਕੁਐਸਚਨ ਇਜ਼ ਫਾਰ 6 ਰੰਸ ਲਾਸਟ ਸਵਾਲ ਹੈ ਕਿਸੇ ਨੇ ਆਪਣਾ 에어ਪਲੋਨ ਮੋਡ ਆਫ ਕਰਕੇ ਔਨ ਕਰਕੇ ਆਫ ਕਰਨਾ ਹੋਵੇ ਕਿਸੇ ਨੂੰ ਹੌਟਸਪੌਟ ਲੈਣਾ ਹੋਵੇ ਕਿਸੇ ਦਾ ਨੈਟ ਫਿਰ ਤੋਂ ਆਪਣਾ ਰੀਸਟਾਰਟ ਕਰਨਾ ਹੋਵੇ ਜੋ ਵੀ ਕਰਨਾ ਹੋਵੇ ਪਾਣੀ ਪੀ ਲੈਣਾ ਮੈਂ ਨਾ ਆਖੀਰਲਾ ਸਵਾਲ ਤਿਆਰ ਰਹੋ ਲਾਸਟ ਸਵਾਲ ਸਾਰੇ ਨੇ ਤਿਆਰ ਲੈਣਾ ਆਖੀਰਲਾ ਸਵਾਲ ਅੱਜ ਦੇ ਲਈ ਆਉਣ ਜਾ ਰਿਹਾ ਬਸ ਤਾਜੀ ਲਾਸਟ ਸਵਾਲ ਅੱਜ ਦਾ 6 ਨੰਬਰ ਆ ਰਹੀ ਕਰੀਏ ਲਾਸਟ ਸਵਾਲ ਅੱਜ ਦਾ 6 ਨੰਬਰ ਆ ਰਹੀ ਇਹ ਰਿਹਾ ਕੱਲ ਵਾਲਾ ਸਵਾਲ ਹੋ ਗਿਆ ਤੇ ਕੱਲ ਵਾਲਾ ਸਸਪੈਂਸ ਹੋ ਗਿਆ ਅਜੇ ਤਾਂ ਬਾਈ ਨੇ ਚੌਕਾ ਵੀ ਦਿਖਾਣਾ ਉਹਨੇ ਆ ਲੈ 4 ਨੰਬਰ ਇਹ ਰਿਹਾ ਪਹਿਲਾ ਫਰਸਟ ਐਵਰ ਫੀਮੇਲ ਪ੍ਰਾਈਮ ਮਿਨਿਸਟਰ ਮੈਗਡਾ ਲੀਨਾ ਐਂਡਰਸਨ ਜੀਨੇ ਰਿਜ਼ਾਈਨ ਕਰਤਾ ਸੀ ਕੁਝ ਘੰਟਿਆਂ ਬਾਅਦ ਹੀ ਉਹ ਅਪਾਇੰਟ ਹੋਈ ਤੇ ਨਾਲ ਨਾਲ ਉਹਨੇ ਰਿਜ਼ਾਈਨ ਕਰਤਾ ਥੋੜੇ ਟਾਈਮ ਬਾਅਦ ਸਵੀਡਨ ਦੀ ਨਾਰਵੇ ਦੀ ਡੈਨਮਾਰਕ ਜਾਂ ਫਿਰ ਆਸਟਰੀਆ ਸਵੀਡਨ ਦੀ ਨਾਰਵੇ ਦੀ ਡੈਨਮਾਰਕ ਜਾਂ ਫਿਰ ਆਸਟਰੀਆ ਇੱਕ ਆਨਸਰ ਆਇਆ ਸਵੀਡਨ ਇੱਕ ਆਨਸਰ ਆਇਆ ਨਾਰਵੇ ਇੱਕ ਇਹਦਾ ਕੈਚ ਕਰਨਾ ਤੇ ਆਨਸਰ ਇਹਦਾ ਹੁੰਦਾ ਸਵੀਡਨ ਤੇ ਸੁਮਨਦੀਪ ਭਾਜੀ ਲੈ ਗਏ 6 ਨੰਬਰ ਲੈ ਲੈ ਸੁਮਦੀਪ ਕਹਿੰਦਾ ਐ ਕਿਦਾਂ ਐ ਮੇਰੇ ਹੁੰਦੇ ਐ ਕਿਦਾਂ ਕੋਈ 6 ਤੇ 4 ਹੋ ਗਏ ਭਾਜੀ ਦੇ ਹੋ ਗਏ 10 ਨੰਬਰ ਤਾਂ ਜੀ ਇਧਰ ਹੋ ਗਏ 10 ਤੇ ਦੂਜੇ ਨੰਬਰ ਤੇ 9 ਤੇ ਤੀਜੇ ਤੇ ਰਹਿ ਗਿਆ ਜੀਤ ਭਾਜੀ ਰਹਿ ਗਿਆ 4 ਨਾਲ ਠੀਕ ਹੈ ਠੀਕ ਹੈ ਤਾਂ ਇਹ ਰਹੀ ਇਸ ਵਾਰ ਦੀ ਰੈਂਕਿੰਗਸ ਆਪਾਂ ਆਪਾਂ ਉਹ ਦੇਖ ਲਈਏ ਸਕੋਰ ਬੋਰਡ ਦੇਖ ਲਈਏ ਹੁਣ ਐਂਡ 'ਚ ਇੱਕ ਮਿੰਟ ਰੁਕੋ ਸਾਰੇ ਸਕੋਰ ਬੋਰਡ ਦੇਖ ਕੇ ਜਾਓ ਚਲੋ 6 ਨੰਬਰ ਚਲੋ ਹੁਣ ਸਕੋਰ ਬੋਰਡ ਦੀ ਗੱਲ ਕਰੀਏ ਜੇ ਆਪਾਂ ਸਕੋਰ ਬੋਰਡ ਵਿੱਚ ਹੋਇਆ ਕੀ ਹੈ ਤਾਂ ਰਾਜਸਥਾਨ ਵੱਲੋਂ ਟਾਪ ਫਿਰ ਕੱਲ ਵੀ ਸੁਮਨ ਭਾਜੀ ਟਾਪ ਕਰਗੇ ਸੀ ਸੈਕਿੰਡ ਇਨਿੰਗ ਵਿੱਚ ਇਸ ਵਾਰ ਵੀ ਸੁਮਨ ਭਾਜੀ ਟਾਪ ਕਰਕੇ 10 ਨੰਬਰਾਂ ਨਾਲ ਵਾਜੂ ਭਾਜੀ ਰਹਿ ਗਏ ਦੂਜੇ ਨੰਬਰ ਤੇ 9 ਨੰਬਰਾਂ ਨਾਲ ਤੇ ਜੀਤ ਭਾਜੀ ਰਹਿ ਗਏ ਤੀਜੇ ਨੰਬਰ ਤੇ 4 ਅੰਕਾਂ ਨਾਲ ਠੀਕ ਹੈ 4 ਅੰਕ ਰਹਿ ਗਏ ਇਹਨਾਂ ਦੇ ਤੇ ਆਪਾਂ ਹੁਣ ਮੁੰਬਈ ਮੁੰਬਈ ਕਿੱਥੇ ਰਹਿ ਗਈ ਉਹ ਲੋਕੋ ਪੁਰਾਣਾ ਲੱਗਿਆ ਰਹਿ ਗਿਆ ਆਮ ਰੀਲੀ ਸੌਰੀ ਇਹਨੂੰ ਆਪਾਂ ਠੀਕ ਕਰੂੰਗੇ ਹੁਣੇ ਲੋਕੋ ਕਿਦਾਂ ਪੁਰਾਣਾ ਰਹਿ ਗਿਆ ਇਹ ਇੱਕ ਮਿੰਟ ਰੋ ਮੈਨੂੰ ਹੈ ਆਲੋ ਫਿਰ ਠੀਕ ਹੈ ਇਹ ਸਭ ਕੁਝ ਸੀ ਇੱਕ ਮਿੰਟ ਰੁਕ ਜਾ ਕਹਿੰਦੇ ਨਿਬੜ ਗਈ ਟੀਮ ਨਿਬੜ ਗਈ ਹੁਣ ਦੇਖ ਲੈਨੇ ਆਪਾਂ ਉਹਦੇ ਵਿੱਚੋਂ ਕੌਣ ਕੌਣ ਸੀਗੇ ਟੌਪ ਤੇ ਇੱਥੇ ਸੀਗੇ ਟੌਪ ਤੇ ਆਪਣੇ ਕੀ ਕਹਿੰਦੇ ਨੇ ਆਪਣੇ ਜੀਤਪਾ ਜੀ ਸੀਗੇ ਟੌਪ ਤੇ ਇੱਥੇ ਜੀਤਦੇ ਸੀਗੇ 8 ਇੱਥੇ ਹਰੀਸ਼ਪਾ ਜੀ ਸੀਗੇ ਟੌਪ ਤੇ ਹਰੀਸ਼ ਤੇ ਸੀਗੇ 6 ਤੇ ਵਾਸੂਪਾ ਜੀ ਸੀਗੇ ਟੌਪ ਤੇ ਇਹਨਾਂ ਦੇ ਰਹਿ ਗਏ 3 ਟੋਟਲ ਕਰੀਏ ਜੇ 8 6 14 3 17 17 ਸੀਗੇ ਇਹਨਾਂ ਦੇ ਟੋਟਲ ਇਹਨਾਂ ਦੇ 10 ਆ ਲਓ ਵੀ ਇਹ ਫੇਰ ਜਿੱਤੇਗੇ ਯਾਰ ਇਹ ਵਾਲੀ ਟੀਮ ਦੁਬਾਰੇ ਜਿੱਤੇਗੀ ਦੂਜੀ ਵਾਲੀ ਟੀਮ ਫੇਰ ਜਿੱਤੇਗੀ ਮੈਂ ਸੋਚਿਆ ਸੀ ਪੰਜਾਬ ਨੂੰ ਜਿਤਾਉਂਗੇ ਤੁਸੀਂ ਹੱਦ ਹੋ ਗਈ ਯਾਰ ਤੁਸੀਂ ਫੇਰ ਪੰਜਾਬ ਹਰਵਾਤਾ ਪੰਜਾਬ ਹਾਰ ਗਿਆ ਯਾਰ ਹੱਦ ਹੋ ਗਈ ਤੁਹਾਡੀ ਯਾਰ 10 9 19 19 4 23 ਤਾਂ ਜੀ ਅੱਜ ਦਾ ਮੈਚ ਵੀ ਕੌਣ ਜਿੱਤ ਗਿਆ ਅੱਜ ਦਾ ਮੈਚ ਆ ਮੇਲਾ ਲੁੱਟ ਕੇ ਲੈ ਗਿਆ ਜੀ ਰਾਜਸਥਾਨ ਵਾਲੇ ਲੁੱਟ ਕੇ ਲੈ ਗਏ ਤਾਂ ਇਹਨੂੰ ਫੋਟੋ ਖਿੱਚ ਲਿਆ ਕਿਉਂਕਿ ਐਂਡ ਵਿੱਚ ਇਹੀ ਕੰਮ ਆਣਾ ਤਾ ਜੀ ਰਾਜਸਥਾਨ ਵਾਲੇ ਫੇਰ ਮੇਲਾ ਲੁੱਟ ਕੇ ਰਹਿ ਗਈ ਅੱਜ ਦੇ ਮੈਨ ਆਫ ਦਿ ਮੈਚ ਦੀ ਗੱਲ ਕਰੀਏ ਤਾਂ ਅੱਜ ਦਾ ਮੈਨ ਆਫ ਦਾ ਮੈਚ ਬਣਦੇ ਨੇ ਜੀਤ ਪਾ ਜੀ 8 ਤੇ 4 12 9 10 11 12 ਉਹੋ ਅਰਥਾ 22 ਹੋ ਗਿਆ ਵਾਸੂ ਦੇ ਵੀ 12 ਤੇ ਜੀਤ ਦੇ ਵੀ 12 ਲੈ ਵੀ ਜੀਤ ਤੇ ਵਾਸੂ ਅੱਜ ਦੇ ਬਣ ਗਏ ਨੇ ਮੈਨ ਆਫ ਦਾ ਮੈਚ ਜਾਂ ਫਿਰ ਊਮਨ ਆਫ ਦਾ ਮੈਚ ਮੈਨੂੰ ਨਹੀਂ ਪਤਾ ਤਾਂ ਜੀ ਹੋ ਸਕੇ ਤਾਂ ਆਪਣੀ ਮੈਨੂੰ ਫੋਟੋ ਆ ਭੇਜ ਦਿਓ ਟੈਲੀਗ੍ਰਾਮ ਤੇ ਦੋਨੇ ਹੋ ਸਕੇ ਤਾਂ ਆਪਣੀ ਫੋਟੋ ਆ ਭੇਜ ਦਿਓ ਟੈਲੀਗ੍ਰਾਮ ਤੇ ਆਪਣੇ ਦੋਨੇ ਪੰਜਾਬ ਹਾਰਦਾ ਤੁਸੀਂ ਤੁਸੀਂ ਦੇਖੋ ਕਿਉਂ ਹਰਵਾਇਆ ਹੁਣ ਮੇਰੀ ਗਲਤੀ ਥੋੜੀ ਐ ਤੁਸੀਂ ਦੇਖੋ ਕਿਉਂ ਹਰਵਾਇਆ ਪੰਜਾਬ ਯਾਰ ਹੋ ਸਕੇ ਤਾਂ ਮੈਨੂੰ ਆਪਣੀ ਫੋਟੋਆਂ ਭੇਜ ਦਿਓ ਜੀਤ ਤੇ ਵਾਸੂ ਆਪਣੀ ਹੈ ਨਾ ਚਲੋ ਯਾਰ ਬਹੁਤ ਵਧੀਆ ਲੱਗਿਆ ਮੈਨੂੰ ਇਦਾਂ ਹੀ ਆਪਾਂ ਯਾਰ ਇਹ ਹਫਤਾ ਆਪਾਂ ਇਦਾਂ ਹੀ ਕਰਕੇ ਰੱਖਣਾ ਇਹ ਹਫਤਾ ਆਪਾਂ ਇਦਾਂ ਹੀ ਕਰਕੇ ਰੱਖਣਾ ਟੈਨਸ਼ਨ ਕੋਈ ਨਹੀਂ ਲੈਣੀ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਤਿਆਰੀ ਹੋ ਜੂਗੀ ਕੋਈ ਟੈਨਸ਼ਨ ਨਹੀਂ ਲੈਣੀ ਠੀਕ ਹੈ ਡਰਾ ਹੋ ਗਿਆ ਨਹੀਂ ਨਹੀਂ ਮੈਚ ਤਾਂ ਉਹ ਜਿੱਤ ਗਏ ਡਰਾ ਤਾਂ ਕੱਲਾ ਉਹ ਹੋਇਆ ਡਰਾ ਤਾਂ ਕੱਲਾ ਮੈਨ ਆਫ ਦਾ ਮੈਚ ਦਾ ਅਵਾਰਡ ਹੋਇਆ ਠੀਕ ਹੈ ਚਲੋ ਤੇ ਬਾਕੀ ਤੁਹਾਡੇ ਨਾਲ ਇੱਕ ਦੋ ਜਿਹੜੀ ਮੈਂ ਗੱਲ ਕਹਿਣੀ ਸੀਗੀ ਬੈਚਸ ਬਾਰੇ ਗੱਲ ਕਰਨੀ ਸੀ ਜਿਹੜੀ ਮੈਂ ਇਹ ਨੈਪ ਤਹਿਸੀਲਦਾਰ ਦਾ ਕ੍ਰੈਸ਼ ਕੋਰਸ ਹੈ ਜਿਹਨੇ ਜਿਹਨੇ ਕਰਨਾ ਹੋਵੇ ਮੰਨ ਲਓ ਪੜ੍ਹਨਾ ਜਿਹੜੇ ਕ੍ਰੈਸ਼ ਕੋਰਸ ਤਾਂ ਇਹ ਕ੍ਰੈਸ਼ ਕੋਰਸ ਹੈ 700 ਰੁਪਏ ਦਾ ਮਹੀਨੇ ਦੀ ਕਲਾਸਿਸ ਨੇ ਸਿਰਫ ਇਹਦੇ ਅੰਦਰ ਕੁਐਸਚਨ 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 ਹੋਣਗੇ ਠੀਕ ਹੈ ਅੱਗੇ ਚੱਲੀਏ ਤਾਂ ਦੋ ਸਿਲੈਕਸ਼ਨ ਕਿਟਾਂ ਵੀ ਨੇ ਇਹਦੇ ਅੰਦਰ ਕਲਾਸਿਸ ਆ ਪੂਰੀ ਰਿਕਾਰਡਡ ਇਹਦੇ ਅੰਦਰ ਥਿਉਰੀ ਵੀ ਇਹਦਾ ਫਾਇਦਾ ਬਸੇ ਇਹਦੇ ਅੰਦਰ ਥਿਉਰੀ ਵੀ ਹੈ ਟੈਸਟ ਸੀਰੀਜ਼ ਵੀ ਹੈ ਤੇ ਲਾਈਵ ਡਾਊਟ ਕਲੀਅਰਿੰਗ ਸੈਸ਼ਨ ਵੀ ਹੈ ਠੀਕ ਹੈ ਤੇ ਤੀਜਾ SSC ਦੇ ਬੈਚਸ ਵੀ ਨੇ ਤੇ ਬਾਕੀ ਮੈਂ ਬਾਰ-ਬਾਰ ਬਾਰ-ਬਾਰ ਕ੍ਰੈਸ਼ ਕੋਰਸ ਕਰਨਾ ਹੈ ਕ੍ਰੈਸ਼ ਕੋਰਸ ਤੇ ਸਿਰਫ ਤੁਹਾਡੀ ਪ੍ਰੈਕਟਿਸ ਹੋਗੀ ਉਹਦੇ ਵਿੱਚ ਇਹ ਨਾ ਸੋਚੋ ਤੁਹਾਨੂੰ ਥਿਉਰੀ ਕਰਾਊਗਾ ਕ੍ਰੈਸ਼ ਕੋਰਸ ਸਿਰਫ ਹਰ ਸਿਰਫ ਪ੍ਰੈਕਟਿਸ ਹੋਗੀ ਜੇ ਕਿਸੇ ਨੇ ਥਿਉਰੀ ਵੀ ਕਰਨੀ ਤਾਂ ਉਹਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਉਹਦੇ ਲਈ ਤੁਹਾਨੂੰ ਸਿਲੈਕਸ਼ਨ ਕਿਟ ਕਰਨੀ ਪੈਣੀ ਤਾਂ ਪੀਪੀਐਸਸੀ ਸਰਚ ਕਰਕੇ ਦੋਨੇ ਆਜੋਗੇ ਇੱਥੇ ਆ ਰਿਹਾ ਰਿਵੀਜ਼ਨ ਮੈਚ ਪੀਪੀਐਸਸੀ ਲਿਖਿਆ ਹੋਇਆ ਤੇ ਇਹ ਲਿਖਿਆ ਪੀਪੀਐਸਸੀ ਨੈਵਟ ਹਿੱਲਰ ਦੀ ਸਿਲੈਕਸ਼ਨ ਕਿਟ ਦੋਨਾਂ ਨੂੰ ਬਾਏ ਕਰਨ ਦਾ ਪ੍ਰੋਸੈਸ ਇੱਕ ਹੀ ਹੈ ਗਏ ਅੰਦਰ ਇੱਧਰ ਵਿਊ ਆਫਰਸ ਤੇ ਕਲਿੱਕ ਕੀਤਾ ਮਹਿੰਗਾ ਰੇਟ ਹੁੰਦਾ 쿠ਪਨ ਕੋਡ ਭਰੋਗੇ 쿠 383 Y388 ਕੋਪਨ ਕੋਡ ਲੱਗਦਾ ਤੇ ਇਹ ਦੇਖੋ ਇਹ ਪੈਗਾ ਸਿਰਫ 1000 ਰੁਪਏ ਦਾ ਪੈਗਾ ਸਿਲੈਕਸ਼ਨ ਕਿਟ ਇਹਦੇ ਅੰਦਰ ਸਾਰਾ ਬੈਚ ਰਿਕਾਰਡਡ ਹੈ ਕਲਾਸਿਸ ਨੇ ਥਿਉਰੀ ਹੈ ਪੂਰੀ ਭਰੀ ਹੋਈ ਟੈਸਟ ਸੀਰੀਜ਼ ਅਤੇ ਲਾਈਵ ਡਾਊਟ ਕਲੀਅਰਿੰਗ ਸੈਸ਼ਨ ਹੈ ਐਦਾਂ ਹੀ ਕਰਕੇ ਜੇ ਬਾਕੀ ਤੁਸੀਂ ਜੇ ਮੈਂ ਦੁਬਾਰੇ ਕਹੂੰਗਾ ਕ੍ਰੈਸ਼ ਕੋਰਸ ਹੈ ਜਿਹੜਾ ਹੈ ਕ੍ਰੈਸ਼ ਕੋਰਸ ਵੀ ਆਪਾਂ ਐਦਾਂ ਹੀ ਕਰਨਾ ਪਏ ਤੇ ਇਹਦੀ ਵੀ ਆਫਟਰ ਡਿਸਕਾਊਂਟ ਤੁਹਾਨੂੰ ਪੈ ਜਾਂਦਾ ਸਿਰਫ 735 ਰੁਪਏ ਦਾ ਤੇ ਬਾਕੀ 8:00 AM ਤੇ 10:00 AM ਦੋਨੋਂ ਕਲਾਸਾਂ ਜ਼ਰੂਰ ਲਾਣੀਆਂ ਜੇ ਕਰੰਟ ਅਫੇਅਰ ਆਪਣੇ ਪੱਕੇ ਕਰਨੇ ਬਾਕੀ ਜੀ ਸਤਿ ਸ਼ ਹੁਣ ਉੱਤਰ ਜੋਟਾ ਵਰ ਤੋਂ ਕਹਿੰਦੇ ਹੈ ਮੈਚ ਖਤਮ ਹੋ ਗਿਆ ਚਲੋ ਜੀ ਬਾਏ ਬਾਏ ਬਾਏ